2017 ਤੋਂ ਇਹ ਸੇਵਾ ਨਿਭਾ ਰਹੇ ਹਾਂ। ਇਸ ਵਕਤ ਸਾਡੇ ਕੋਲ ਜਿਹੜੇ ਰੱਬ ਆਸਰਾ ਵਿੱਚ ਗੁਰੂ ਪਿਆਰੇ ਰਹਿ ਰਹੇ ਆ ਤਕਰੀਬਨ 26 ਦੇ ਨੇੜੇ ਤੇੜੇ, ਇੱਥੇ ਜਿਹੜੇ ਬੇਸਹਾਰਾ ਬੇਵਸ ਲੋਕ ਆ ਉਹ ਸਾਡੇ ਕੋਲ ਰਹਿ ਰਹੇ ਆ। ਲੋਕ ਇਹ ਕਹਿੰਦੇ ਵੀ ਅੱਜ ਸੇਵਾ ਸੇਵਾ ਨਹੀਂ ਹੈਗੀ, ਪੈਸਾ ਕਮਾਉਣ ਦਾ ਜ਼ਰੀਆ ਹੈ। ਕੁਛ ਐਸਾ ਕਾਰਜ ਕਰੀਏ ਜਿਹਦੇ ਕਰਕੇ ਪਰਮਾਤਮਾ ਦੇ ਦਰ 'ਤੇ ਸੁਰਖਰੂ ਹੋ ਕੇ ਜਾਈਏ। ਸਿਸਟਮ ਠੀਕ ਹੈ ਸਰ? ਨਹੀਂ, ਸਿਸਟਮ ਜਿਹੜਾ ਹੈ ਉਹ ਜਿਸ ਤਰ੍ਹਾਂ ਨਾਲ ਚੱਲਣਾ ਚਾਹੀਦਾ ਉਹ ਨਹੀਂ ਚੱਲਦਾ। ਉਹਨਾਂ ਨੇ ਕਿਹਾ ਵੀ ਇਹ ਕੰਮ ਤਾਂ ਅਸੀਂ ਕਰਦੇ ਰਹਾਂਗੇ, ਕੋਈ ਗੱਲ ਨਹੀਂ ਵੀ ਤੁਸੀਂ ਬਾਕੀ ਦਾ ਇੱਥੇ ਕਾਰਜ ਸਾਂਭ ਲਿਆ ਕਰੋ, ਆਪ ਹੁਣ ਭੱਜ ਗਏ ਤੁਹਾਨੂੰ ਇੱਥੇ ਛੱਡ ਗਏ ਕੱਲੇ। ਕਿਤੇ ਇਹ ਤਾਂ ਨਹੀਂ ਲੋਕ ਇਹ ਕਹਿਣ ਵੀ ਹਰਦੀਪ ਸਿੰਘ ਬਣਾਉਣਾ ਤਾਂ ਤੂੰ ਆਪਣਾ ਚਾਹੁੰਦਾ, ਸਾਰੀ ਜਾਇਦਾਦ ਪ੍ਰੋਪਰਟੀ ਤੇਰੀ, ਅਸੀਂ ਭਾਈ ਪੈਸਾ ਕਿਹੜੀ ਗੱਲੋਂ ਦਈਏ? ਫਿਰ ਇਹ ਤਾਂ ਨਹੀਂ ਜੁਗ ਕਹੇ ਵੀ ਲਿਆ ਹਰਦੀਪ ਸਿੰਘ ਮੈਨੂੰ ਫੜਾ ਚਾਬੀਆਂ, ਮੈਂ ਚਲਾਉਣਾ ਆਸ਼ਰਮ ਅਤੇ ਮੈਂ ਸਾਰੀ ਇੱਥੇ ਸੇਵਾ ਸੰਭਾਲ ਕਰੂੰਗਾ। ਮੇਰੇ ਕੋਈ ਭੈਣ ਭਰਾ ਨਹੀਂ, ਮਾਮਾ ਚਾਚਾ ਤਾਇਆ ਮੇਰਾ ਤਾਂ ਕੋਈ ਨਹੀਂ ਇਹਨਾਂ ਵਿੱਚੋਂ, ਆਏ ਹੋਏ ਲਵਾਰਸ ਲੋਕ ਜਿਹੜੇ ਸੜਕ ਨਾਰੇ ਵਾਲੇ ਆ, ਅਸੀਂ ਕੋਈ ਕੀ ਮਾੜਾ ਕਰਦੇ ਹਾਂ, ਕੋਈ ਸਾਥ ਦੇਣਾ ਚਾਹੁੰਦੇ ਆ ਦਵੇ, ਜੇ ਉਹ ਸਾਹਮਣਾ ਚਾਹੁੰਦੇ ਅਸੀਂ ਉਹਨਾਂ ਨਾਲ ਰਲ ਕੇ ਚੱਲਣ ਨੂੰ ਵੀ ਤਿਆਰ ਹਾਂ। ਸ਼ਰਤ ਵੀ ਹੈਗੀ? ਕੋਈ ਸ਼ਰਤ ਨਹੀਂ, ਬਸ ਇਹਨਾਂ ਨੂੰ ਸਾਂਭੇ, ਅਸੀਂ ਕਹਾਂ ਅਕਾਊਂਟ ਉਹ ਆਪਣਾ ਬਣਾਉਣ, ਬੈਂਕ ਖਾਤਾ ਆਪਣਾ ਬਣਾਉਣ, ਆਪਣੀਆਂ ਰਸੀਦਾਂ ਬਣਾਉਣ, ਆਪਣਾ ਬੰਦਾ ਰੱਖਣ। ਜੇ ਅਸੀਂ ਦਖਲਦਾਜੀ ਕਰੀਏ ਸਾਡੇ ਫਿੱਟ ਲਾਉਣ ਤਾਂ ਅਸੀਂ ਕੀ ਕਰੋਗੇ ਫਿਰ? ਮੈਂ ਤਾਂ ਝਾੜੂ ਲਾਉਣਾ, ਪੋਚਾ ਲਾਉਣਾ, ਨਵਾਉਣਾ ਇਹਨਾਂ ਨੂੰ। ਰੱਬ ਅੱਗੇ ਅਰਦਾਸ ਕਰਦੇ ਵੀ ਇੱਥੇ ਵਿੱਚ ਹੀ ਰਹੀਏ, ਇਹੀ ਮਨ ਦੀ ਅਰਦਾਸ, ਇਹੀ ਕੁਛ ਕਰਨਾ ਚਾਹੁੰਦੇ ਹਾਂ। ਹੋਰ ਮੇਰੇ ਤੋਂ ਹੋਣਾ ਵੀ ਨਹੀਂ, ਨਾ ਮੈਂ ਕਰ ਸਕਦਾ, ਮੈਨੂੰ ਉਂਗਲ ਚਲਾਉਣੀ ਨਹੀਂ ਆਉਣੀ। ਬਾਪੂ ਜੀ ਮੈਂ ਵੀ ਆਸ਼ਰਮ ਖੋਲ੍ਹਾਂਗਾ ਕਿਸੇ ਦਿਨ, ਅਤੇ ਉਹ ਬਾਪੂ ਜੀ ਮੈਨੂੰ ਕਹਿ ਕਰ ਨਾ ਹਰਦੀਪ ਸਿੰਘ ਤੂੰ ਨਾ ਕਰੀਂ। ਮੈਂ ਕਿਹਾ ਮੈਂ ਕਾਹਤੋਂ ਨਹੀਂ ਕਰ ਸਕਦਾ, ਵੀ ਕੀ ਗੱਲ ਮੈਂ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ, ਕੀ ਮੈਨੂੰ ਸੇਵਾ ਨਹੀਂ ਕਰਨੀ ਆਉਂਦੀ? ਲੋਕ ਤਾਂ ਇੱਥੋਂ ਕੈਨੇਡਾ ਨੂੰ ਚੜ੍ਹ ਕੇ ਜਾਂਦੇ ਆ ਵੀ ਇੱਥੋਂ ਚੱਲ ਜਾਈਏ, ਕਿਸੇ ਤਰ੍ਹਾਂ ਵੀਜ਼ਾ ਲੱਗ ਜਾਵੇ। ਤੁਸੀਂ ਕਹਿੰਦੇ ਸਾਡਾ ਸਾਰਾ ਪਰਿਵਾਰ ਬਾਹਰ ਹੈ, ਫਿਰ ਵੀ ਤੁਸੀਂ ਇੱਥੇ ਵਾਪਸ ਆ ਗਏ। ਹੁਣ ਜਿਹੜੀ ਮੇਰੀ ਸਿਹਤ ਆ ਵੀ ਉਹ ਵੀ ਇੰਨੀ ਇਜਾਜ਼ਤ ਨਹੀਂ ਦਿੰਦੀ, ਸੜਕਾਂ ਦੇ ਕਿਨਾਰਿਓਂ ਬਾਲਣ ਇਕੱਠਾ ਕਰਦੇ ਫਿਰਨਾ, ਮਗਰ ਡਰੇਨ ਆ ਉੱਥੋਂ ਇਕੱਠੇ ਕਰਦੇ ਫਿਰਨਾ। ਮੈਨੂੰ ਹਾਰਟ ਦੀ ਆਈ ਹੈ ਸਮੱਸਿਆ, ਡਾਕਟਰਾਂ ਨੇ ਸਾਫ਼ ਕਿਹਾ ਝਾੜੂ ਨਹੀਂ ਲਾਉਣਾ, ਝੁਕਣਾ ਨਹੀਂ ਹੈ, ਖਾਲੀ ਪੇਟ ਇਹਨਾਂ 'ਚ ਵੜਨਾ ਨਹੀਂ ਹੈ, ਚੁੱਲ੍ਹੇ ਕੋਲ ਨਹੀਂ ਜਾਣਾ, ਕਿੱਧਰ ਕੀ ਦੱਸੋ ਕੀ ਨਹੀਂ ਕਰਾਂਗਾ, ਮਰੀਜ਼ ਨੂੰ ਨਹੀਂ ਚੱਕਣਾ ਕੀ ਨਹੀਂ ਕਰਾਂਗਾ, ਬੈੱਡ 'ਤੇ ਪਏ ਹੋਏ ਆ ਉੱਤੇ ਹੱਕ ਦੇ ਮੁੱਚ ਚੱਕਾਂਗਾ ਨਹੀਂ। ਹਾਂ ਇਹ ਅਮੈਰੀਕਾ ਸਿਟੀਜ਼ਨ ਆ, ਉੱਧਰ ਲਈ ਉੱਧਰ ਬੈਂਕ ਵਿੱਚ ਇਹ ਕਹਿੰਦਾ ਮੇਰਾ ਪੈਸਾ ਵੀ ਪਿਆ ਹੋਇਆ, ਇੱਧਰ ਇਹਦੀ ਜ਼ਮੀਨ ਵੀ ਆ, ਪਤਾ ਨਹੀਂ ਕਿਹੜਾ ਰਿਸ਼ਤੇਦਾਰ ਖਾਈ ਜਾਂਦਾ। ਹਾਂ ਪੂਰਾ ਠੀਕ ਆ, ਇਹ ਘਰ ਜਾਣਾ ਚਾਹੁੰਦਾ, ਘਰ ਵਾਲੇ ਹੁਣ ਅਡੋਪਟ ਹੀ ਨਹੀਂ ਕਰਦੇ, ਕੋਈ ਰਿਸ਼ਤੇਦਾਰ ਹਮ ਹੀ ਨਹੀਂ ਭਰਦਾ ਰਿਹਾ। ਠੀਕ ਹੋਣ ਦੇ ਬਾਵਜੂਦ ਵੀ ਲਵਾਰਿਸ ਆ, ਘਰਦੇ ਹੋਣ ਦੇ ਬਾਵਜੂਦ ਵੀ, ਸਭ ਕੁਛ ਹੋਣ ਦੇ ਬਾਵਜੂਦ ਵੀ ਵੀਡੀਓ ਬਣਾ ਕੇ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਆ। ਹੁਣ ਮੈਂ ਇਹਨਾਂ ਦੀ ਟੀ ਧੋਵਾਂ, ਇਹਨਾਂ ਨੂੰ ਨਵਾਵਾਂ, ਇਹਨਾਂ ਨੂੰ ਰੋਟੀ ਬਣਾਵਾਂ, ਬਾਲਣ ਖਿੱਚ ਕੇ ਲਿਆਵਾਂ ਬਾਹਰ ਸੜਕਾਂ ਤੋਂ, ਕੰਡੇ ਇਕੱਠੇ ਕਰਾਂ, ਨਦੀ 'ਚ ਝੋਲਿਆ ਲਿਆ ਕੇ ਰੱਖਾਂ, ਜਾਂ ਮੈਂ ਵੀਡੀਓ ਬਣਾਵਾਂ। ਕਈ ਆਦਮੀ ਆਉਂਦੇ ਆ ਜਿਹੜੇ ਗੁੱਸੇ ਹੋ ਜਾਂਦੇ ਆ, ਪਰਿਵਾਰ ਚੰਗੇ ਭਲੇ ਆ ਜਾਂ ਕੈਨੇਡਾ ਚਲੇ ਗਏ ਆ, ਬਜ਼ੁਰਗ ਇੱਧਰ ਇਕੱਲੇ ਰੁਲੀ ਜਾਂਦੇ ਆ। ਮੇਰੇ ਕੋਲ 35 ਕਿੱਲਿਆਂ ਵਾਲੀ ਬੀਬੀ ਦਾ ਇੱਥੇ ਐਡਰੈਸ ਆ, ਫੋਟੋ ਵੀ ਹੈਗੀ, ਲੋਕਲੀ ਆ, 7.5 ਕਿੱਲਿਆਂ ਵਾਲੀ ਇੱਥੇ ਤਪੇ ਪਈ ਆ, 85 ਸਾਲ ਦਾ ਇੱਥੇ ਰਾਮਪੁਰੇ ਆ, ਇੱਥੇ ਪੁਲਿਸ ਵਾਲਾ ਆਉਂਦਾ ਮੇਰਾ ਭਰਾ ਰੱਖ ਲਓ, ਇੱਕ ਇੱਥੇ ਬੱਚਾ ਦਰਾਮੂਰੇ ਮੋਟਰਸਾਈਕਲ ਦੇ, 8.5 ਹਜ਼ਾਰ ਪੈਨਸ਼ਨ ਲੈਂਦਾ ਮੇਰਾ ਤਾਇਆ, ਰੱਖ ਲਓ। ਤੁਸੀਂ ਰੱਖਦੇ ਕਿਉਂ ਨਹੀਂ ਫਿਰ? ਅਸੀਂ ਤਾਂ ਉਹਨਾਂ ਲੋਕਾਂ ਨੂੰ ਰੱਖਦੇ ਨਾ ਜਿਹਦੇ ਜੇਬ 'ਚ ਕੁਛ ਨਹੀਂ।
ਇੱਕ ਬੰਦੇ ਦਾ ਜਿਹੜਾ ਕਜੂਸੀ ਵਿੱਚ ਵੀ ਖਰਚਾ ਨਾ ਘੱਟੋ ਘੱਟ ਇੱਕ ਮਹੀਨੇ ਦਾ 4-5 ਹਜ਼ਾਰ ਰੁਪਈਆ ਦਾ ਖਰਚਾ। ਇਹ ਤਾਂ ਫਿਰ ਦੂਸਰੇ ਗੁਰੂ ਪਿਆਰੇ ਆ ਨਾਂ ਲਿਖਾਏ ਹੋਏ ਸੰਗਤਾਂ ਦੇ। ਮੈਂ ਫੋਨ ਕੀਤਾ, ਕਹਿੰਦਾ ਜੀ ਠੰਡ ਬਹੁਤ ਆ, ਮੈਂ ਨਹੀਂ ਆ ਸਕਦਾ, ਮੇਰਾ ਰਜਾਈ 'ਚੋਂ ਨਿਕਲੋ। ਦੂਸਰੇ ਮੇਰੇ ਘਰ ਵਾਲੀ ਨਹੀਂ ਆਉਣ ਦਿੰਦੀ ਜੀ। ਅੱਗੇ ਮੇਰਾ ਬਾਪੂ ਬਿਮਾਰ ਆ, ਉਹ ਕਹਿੰਦਾ ਨਹੀਂ ਉੱਥੇ ਨਹੀਂ ਜਾਣਾ। ਕਈ ਐਸੇ ਵੀ ਬੱਚੇ ਬੋਲਦੇ, ਬਾਪੂ ਕਹਿੰਦਾ ਉੱਥੇ ਨਾ ਜਾਈ, ਉਹ ਤਾਂ ਪਾਗਲ ਆ, ਤੂੰ ਵੀ ਪਾਗਲ ਹੋ ਜਾਣਾ। ਸੰਸਾਰ ਆ ਨਾ, ਇਹ ਬੜਾ ਕੁੰਡੀ ਵਾਲਾ ਸੰਸਾਰ ਆ। ਕਿਸੇ ਵੀ ਪਾਸੇ ਚਲੇ ਜਾਓ, ਹਸਪਤਾਲ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਜਾਂ ਕੁਝ ਲੋਕ ਜੁੜਦੇ ਆ, ਉਹ ਵੀ ਬਹੁਤੇ। ਸਾਰਿਆਂ ਨੂੰ ਮੈਂ ਕਿਸੇ ਦਾ ਹੱਥ ਬੰਨ ਕੇ ਬੇਨਤੀ ਫਿਰ ਦੁਬਾਰੇ ਕਰਾਂ, ਦਿਲ ਨਹੀਂ ਕਿਸੇ ਦਾ ਨਹੀਂ ਦਿਖਾਉਣਾ ਚਾਹੁੰਦਾ। ਉਹਨਾਂ ਦਾ ਇਹ ਮਕਸਦ ਹੁੰਦਾ ਵੀ ਆਪ ਖਾਓ ਅਤੇ ਸਾਨੂੰ ਖਾਣ ਦਿਓ ਬਸ। ਤੁਹਾਨੂੰ ਕਿਸੇ ਨੇ ਡੋਨੇਸ਼ਨਾਂ ਨਹੀਂ ਦਿੱਤੀਆਂ? ਬਾਹਰੋਂ ਤਾਂ ਬਹੁਤ ਪੈਸਾ ਆਉਂਦਾ ਵੀ ਇੱਥੇ ਡੋਨੇਸ਼ਨਾਂ ਦੇ ਰੂਪ ਦੇ ਵਿੱਚ ਕਰੋੜਾਂ ਰੁਪਇਆ ਆ ਜਾਂਦਾ ਜੀ, ਕਹਿੰਦੇ ਵੀ ਸੰਸਥਾਵਾਂ ਲੱਖਾਂ ਵਾਲੇ ਵੀ ਆਏ, ਕਰੋੜਾਂ ਵਾਲੇ ਵੀ ਆਏ, ਵੀ ਅੱਧ ਅੱਧ 'ਤੇ ਕਰ ਲਓ। ਮਾਇਆ ਦੀ ਕਾਹਤੋਂ ਲੋੜ ਆ ਤੁਹਾਨੂੰ, ਜਦੋਂ ਅਗਲੇ ਰਾਸ਼ਨ ਦੇ ਰਹੇ ਆ ਤੁਹਾਨੂੰ, ਇੱਥੇ ਕੰਬਲ ਦੇ ਰਹੇ ਆ, ਹੋਰ ਵਸਤਾਂ ਦੇ ਰਹੇ ਆ, ਫਿਰ ਮਾਇਆ ਦੀ ਲੋੜ ਕਿੱਥੇ ਰਹੇਗੀ? ਨਾ ਤਾਂ ਰਾਮਪੁਰੇ ਇਹਨਾਂ ਦਾ ਡਾਕਟਰ ਆ, ਨਾ ਹੀ ਕੋਈ ਤਪੇ ਆ। ਇਹਨਾਂ ਨੂੰ ਬਠਿੰਡੇ ਲੈ ਕੇ ਜਾਣਾ, ਬਰਨਾਲੇ ਲੈ ਕੇ ਜਾਣਾ, ਲੁਧਿਆਣੇ ਲੈ ਕੇ ਜਾਣਾ, ਜਾਂ ਚੰਡੀਗੜ੍ਹ ਕਿਤੇ ਅੱਗੇ ਵੱਡੇ ਹਸਪਤਾਲ ਲੈ ਕੇ ਜਾਣਾ, ਉਹ ਤਾਂ ਫਿਰ ਪੈਸੇ ਨਾਲ ਹੀ ਚੱਲੇਗਾ। ਕਿਸੇ ਨੇ ਸਨਮਾਨਿਤ ਕਰਨਾ ਸੀ, ਉਹਨਾਂ ਨੇ ਪਤਾ ਮੇਰੇ ਕੰਨ ਦੇ ਵਿੱਚ ਬਹਿੰਦੇ ਕੀ ਕਿਹਾ, ਕਹਿੰਦੇ ਜੀ ਇੱਕ ਸਾਲ ਪਹਿਲਾਂ ਸਾਡੇ ਕੋਲ ਸਾਈਕਲ ਹੀ ਸੀ, ਆਹ ਗੱਡੀ ਦੇਖੋ ਕਿੰਨੀ ਮਹਿੰਗੀ ਖੜ੍ਹੀ ਹੈ, ਘਰ ਨਹੀਂ ਸੀ, ਕੋਠੀ ਬਹੁਤ ਵਧੀਆ ਪਾਈ ਹੋਈ ਹੈ, ਸਾਡੇ ਕੋਲ ਇੱਥੇ 9 ਸਾਲ ਹੋ ਗਏ, ਪੁਰਾਣੀ ਗੱਡੀ ਹੈ। ਇਹ ਕੱਪੜੇ ਲੋਕਾਂ ਦਾ ਇੱਕ ਬਿਜ਼ਨਸ ਬਣਾਇਆ ਹੋਇਆ, ਵੇਚੀ ਜਾਂਦੇ। ਮੈਂ ਤਾਂ ਉਲਟਾ ਇੱਥੇ ਲਿਆਉਣ ਵਾਲੇ ਨੂੰ ਸਾਫ਼ ਕਹਿੰਦਾ, ਅਸੀਂ ਵੇਚਣਾ ਤਾਂ ਵੀ ਲੋਕ ਨਹੀਂ ਹਟਦੇ। ਲੋਕ ਫਿਰ ਜਿਹੜਾ ਲੀਰਾ ਕਚੀਰਾ ਜੋ ਘਰ ਦਾ ਆੜਕੁਆੜ ਉਹੀ ਦੇਈ ਜਾਂਦੇ ਆਸ਼ਰਮਾਂ ਨੂੰ? ਬਹੁਤਾ ਉਹੀ ਹੁੰਦਾ, ਗੁੱਸਾ ਨਾ ਕਰੇ, ਪਾਉਣ ਵਾਲੇ ਤਾਂ ਨਾ ਮਾਤਰ ਹੀ ਨਿਕਲਦੇ ਆ। ਵਿਆਹ ਜਦੋਂ ਉਹਨੂੰ ਹੱਥ ਬੰਨ ਕੇ ਬੇਨਤੀ ਕਰੀ ਦੀ ਆ ਵੀ ਸਾਡਾ ਆਧਾਰ ਆ ਮੈਡੀਕਲ 'ਤੇ ਚੱਲਦਾ ਰਾਮਪੁਰੇ, ਸਾਰਾ ਸਾਰਾ ਸਾਲ ਸਾਲ ਚੱਲਦਾ ਰਹਿੰਦਾ, ਵੀ ਤੁਸੀਂ ਦਵਾਈਆਂ ਦੇ ਦਿਓ, ਸਾਡਾ ਬਿਲਡਿੰਗ ਪਈ ਹੈ, ਇਹਦਾ ਮਟੀਰੀਅਲ ਦਾ ਆਧਾਰ ਢੂਲਾ ਇੱਥੇ ਕਰਾੜ ਵਾਲੇ ਦਾ ਹੀ ਆ, ਢੂਲੇ ਦਾ ਦੇਣ ਵਾਲਾ ਪਿਆ, ਕਿੰਨੇ ਸਾਲਾਂ ਸਾਡਾ ਆਧਾਰ ਹੀ ਚੱਲੀ ਜਾਂਦਾ, ਬਿਜਲੀ ਵਾਲਿਆਂ ਦਾ ਆਧਾਰ ਚੱਲੀ ਜਾਂਦਾ ਵਾ। ਵੈਸੇ ਕਹਿੰਦੇ ਅਸੀਂ ਇੱਕ ਰੱਬ ਦੀ ਔਲਾਦ ਹਾਂ, ਇੱਥੇ ਤਾਂ ਹਰ ਰੋਜ਼ ਅਰਦਾਸਾਂ ਹੁੰਦੀਆਂ ਗੁਰਦੁਆਰੇ ਜਾ ਕੇ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਆਸਰਿਆਂ ਦੇ ਆਸਰੇ, ਅਤੇ ਹੁਣ ਉਹ ਅਰਦਾਸਾਂ ਕਰਨ ਵਾਲੇ ਵੀ ਇੱਥੇ ਨਹੀਂ ਆਉਣ ਅਤੇ ਉਹ ਫਿਰ ਕਹਿਣ ਵੀ ਸਰਸੇ ਵਾਲਾ ਬੇਅਦਬੀ ਕਰਦਾ, ਭਨਿਆਰੇ ਵਾਲਾ ਕਰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਪਰਮਾਤਮਾ ਨੇ ਕਈ ਤਰ੍ਹਾਂ ਦੀ ਦੁਨੀਆ ਸਾਜੀ ਹੈ, ਮਨੁੱਖ ਜੂਨੀ ਸਭ ਤੋਂ ਉੱਤਮ ਜੂਨੀ ਮੰਨੀ ਗਈ ਹੈ। ਜਿੱਥੇ ਮਨੁੱਖ ਨੂੰ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ ਤਾਂ ਸਭ ਦਾ ਵੱਖਰਾ ਵੱਖਰਾ ਸੁਭਾਅ ਵੀ ਹੈ। ਆਪਣੇ ਸੁਭਾਅ ਦੇ ਮੁਤਲਕ ਹਰ ਬੰਦਾ ਇਸ ਦੁਨੀਆ ਦੇ ਵਿੱਚ ਰਹਿ ਕੇ ਕੁਝ ਨਾ ਕੁਝ ਕਰ ਰਿਹਾ, ਕੋਈ ਪੈਸੇ ਦੇ ਪਿੱਛੇ ਭੱਜ ਰਿਹਾ, ਕੋਈ ਕਿਸੇ ਤਰ੍ਹਾਂ ਦੇ ਕਾਰਜ ਕਰ ਰਿਹਾ, ਪਰ ਕੁਝ ਲੋਕ ਅਜਿਹੇ ਵੀ ਹੈ ਜੋ ਮਨੁੱਖਾਂ ਦੇ ਵਿੱਚੋਂ, ਜੋ ਅਜਿਹੇ ਲੋਕ ਹੈ ਜਿਨ੍ਹਾਂ ਨੂੰ ਉਨੀ ਬੁੱਧੀ ਨਹੀਂ ਮਿਲ ਸਕੀ ਜਿੰਨੀ ਅੱਜ ਦੇ ਜ਼ਮਾਨੇ ਦੇ ਵਿੱਚ ਬੁੱਧੀਮਾਨ ਲੋਕਾਂ ਕੋਲ ਹੋਣੀ ਚਾਹੀਦੀ ਸੀ। ਜਾਂ ਕਹਿ ਲਓ ਕਿ ਕੁਝ ਲੋਕ ਬੇਸਹਾਰਾ ਜਾਂ ਆਮ ਲੋਕਾਂ ਦੇ ਨਾਲੋਂ ਪਿੱਛੇ ਰਹਿ ਜਾਂਦੇ ਆ, ਰੁਲ ਜਾਂਦੇ ਇਸ ਦੁਨੀਆ ਦੇ ਵਿੱਚ, ਉਹਨਾਂ ਦੀ ਸੇਵਾ ਕਰਨ ਦੇ ਲਈ ਵੀ ਕੁਝ ਅਜਿਹੇ ਮਨੁੱਖ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਬਲ ਬਖਸ਼ਿਆ। ਉਹਨਾਂ ਦੇ ਵਿੱਚੋਂ ਇੱਕ ਭਾਈ ਹਰਦੀਪ ਸਿੰਘ ਜੀ ਨਾਲ ਅੱਜ ਤੁਹਾਨੂੰ ਮਿਲਾਉਣਾ ਹੈ, ਜਿਨ੍ਹਾਂ ਨੇ ਕਿ ਇਹਨਾਂ ਨਿਆਸਰਿਆਂ ਦੇ ਲਈ ਸੇਵਾ ਦਾ ਕਾਰਜ
ਆਰੰਭਿਆ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੇ ਆਸ਼ਰਮ ਨਿਆਸਰਿਆਂ ਦੀ ਸੇਵਾ ਲਈ, ਬੇਸਹਾਰਿਆਂ ਦੀ ਸੇਵਾ ਦੇ ਲਈ ਬਣੇ ਹੋਏ ਆ। ਪਰ ਭਾਈ ਹਰਦੀਪ ਸਿੰਘ ਜੀ ਨੇ ਆਫ ਰਿਕਾਰਡ ਕਈ ਅਜਿਹੀਆਂ ਗੱਲਾਂ ਬਾਤਾਂ ਕੀਤੀਆਂ ਜਿਹੜੀਆਂ ਤੁਹਾਡੇ ਤੱਕ ਆਉਣੀਆਂ ਵੀ ਚਾਹੀਦੀਆਂ। ਅਤੇ ਰੱਬ ਆਸਰਾ ਸੇਵਾ ਸੁਸਾਇਟੀ ਜੋ ਕਿ ਤਪਾ ਤੋਂ ਬਠਿੰਡੇ ਵੱਲ ਜਦੋਂ ਜਾਈਏ ਤਾਂ ਹਾਈਵੇ ਦੇ ਉੱਤੇ ਹੀ ਬਣਿਆ ਹੋਇਆ, ਜਿੱਥੇ ਕਿ ਬਹੁਤ ਸਾਰੇ ਨਿਆਸਰੇ ਜਾਂ ਬਿਮਾਰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹ ਇਸ ਥਾਂ ਦੇ ਉੱਤੇ ਸੇਵਾ ਕਰਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੋਂ ਤੋਂ ਇਹ ਤੁਸੀਂ ਸੇਵਾ ਨਿਭਾ ਰਹੇ ਹੋ, ਕਿੰਨੇ ਮੈਂਬਰ ਇਸ ਰੱਬ ਆਸਰਾ ਨਾਂ ਦੀ ਸੁਸਾਇਟੀ ਦੇ ਵਿੱਚ ਰਹਿ ਰਹੇ? ਅਸੀਂ ਤਕਰੀਬਨ 2017 ਤੋਂ ਇਹ ਸੇਵਾ ਨਿਭਾ ਰਹੇ ਹਾਂ। ਇਸ ਵਕਤ ਸਾਡੇ ਕੋਲ ਜਿਹੜੇ ਰੱਬ ਆਸਰਾ ਵਿੱਚ ਗੁਰੂ ਪਿਆਰੇ ਰਹਿ ਰਹੇ ਆ ਤਕਰੀਬਨ 26 ਦੇ ਨੇੜੇ ਤੇੜ, ਇੱਥੇ ਜਿਹੜੇ ਬੇਸਹਾਰਾ ਬੇਵਸ ਲੋਕ ਆ ਉਹ ਸਾਡੇ ਕੋਲ ਰਹਿ ਰਹੇ ਆ। ਅਤੇ ਬੇਸਹਾਰਾ ਲੋਕਾਂ ਨੂੰ ਸਾਂਭਣ ਦਾ ਕੰਮ ਇਹ ਕਿੱਥੋਂ ਸ਼ੁਰੂ ਹੁੰਦਾ ਹੈ, ਕਦੋਂ ਤੁਸੀਂ ਇਹ ਸਟਾਰਟ ਕੀਤਾ, ਕਿੰਨਾ ਸਮਾਂ ਹੋ ਗਿਆ, ਕਿੱਥੋਂ ਇਹ ਲਗਨ ਤੁਹਾਨੂੰ ਲੱਗੀ? ਮੈਂ ਪਲੱਸ ਟੂ ਵੇਲੇ ਟੂਰ ਗਿਆ ਸੀ ਸਕੂਲੋਂ, ਪਿੰਗਲਵਾੜੇ ਗਏ ਸੀਗੇ, ਫਿਰ ਉਸ ਤੋਂ ਬਾਅਦ ਮੋਹਾਲੀ ਰਹਿੰਦੇ ਹੋਏ ਪ੍ਰਭ ਆਸਰਾ ਵੀਰ ਸ਼ਮਸ਼ੇਰ ਸਿੰਘ ਜੀ ਨਾਲ ਸੇਵਾ ਕਰਾਉਂਦੇ ਰਹੇ। ਤਕਰੀਬਨ 2000 ਦੇ ਨੇੜੇ ਤੇੜੇ ਅਸੀਂ ਇਸ ਕਾਰਜ ਦੇ ਵਿੱਚ, ਮੈਂ ਸ਼ੁਰੂ ਵੇਲੇ ਪਿੰਗਲਵਾੜੇ 'ਚ ਜਾਣਾ ਕੀਤਾ ਸੀ। 2000 ਤੋਂ ਪਹਿਲਾਂ 1997 ਦੇ ਨੇੜੇ ਮੈਂ ਜਾਣਾ ਕੀਤਾ ਸੀ, ਫਿਰ ਉਸ ਤੋਂ ਬਾਅਦ ਇੱਦਾਂ ਹੀ ਜੁੜਦੇ ਗਏ ਸੇਵਾ ਦੇ ਵਿੱਚ, ਉੱਥੇ ਕਰਦੇ ਰਹੇ, ਕਿਤੇ ਜੋ ਟਾਈਮ ਲੱਗਦਾ ਫਿਰ ਪ੍ਰਭ ਆਸਰਾ 'ਚ ਕਰਦੇ ਰਹੇ ਮੋਹਾਲੀ, ਉੱਥੇ ਪਟਿਆਲੇ 'ਚ। ਇਸ ਤਰ੍ਹਾਂ ਇਹ ਸੇਵਾ ਵਿੱਚ ਜੁੜੇ ਹੋਏ ਹਾਂ। ਅਤੇ ਇੱਥੇ ਆ ਕੇ ਫਿਰ ਅਸੀਂ 2017 ਦੇ ਵਿੱਚ ਪਿੰਡ ਢਪਾਲੀ ਕਿਸੇ ਦੇ ਘਰ ਸ਼ੁਰੂ ਕੀਤੀ ਸੀ ਇਹ ਸੇਵਾ ਜੀ। ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਅੱਜ ਸੇਵਾ ਨਹੀਂ ਹੈਗੀ, ਪੈਸਾ ਕਮਾਉਣ ਦਾ ਜ਼ਰੀਆ। ਤੁਸੀਂ ਪੈਸਾ ਕਮਾਉਣ ਵਾਸਤੇ ਸ਼ੁਰੂ ਕੀਤਾ ਜਾਂ ਪੈਸਾ ਕਮਾਇਆ ਜਾ ਰਿਹਾ ਸੇਵਾ ਦੇ ਜ਼ਰੀਏ? ਤੁਹਾਨੂੰ ਲੱਗਦਾ ਵੀ ਲੋਕਾਂ ਦੇ ਬੜੇ ਸਵਾਲ ਹੈ ਇਸ ਚੀਜ਼ 'ਚ ਵੀ ਇਹ ਤਾਂ ਪੈਸਾ ਕਮਾਉਣ ਦੇ ਢੰਗ ਬਣਾਏ ਹੋਏ ਆ, ਲੋਕਾਂ ਤੋਂ ਪੈਸਾ ਮੰਗਾਉਣਾ ਹੁੰਦਾ ਹੈ, ਚਾਰ ਬੰਦੇ ਇੱਦਾਂ ਦੇ ਆਸਰੇ ਰੱਖ ਕੇ ਜਿੰਨਾ ਪੈਸਾ ਇਕੱਠਾ ਕਰ ਸਕਦੇ ਆ ਉਨਾ ਕੀਤਾ ਜਾ ਰਿਹਾ, ਆਪਣੀਆਂ ਐਸ਼ਾਂ ਕੀਤੀਆਂ ਜਾਂਦੀਆਂ। ਪਰਮੇਸ਼ੁਰ ਨੇ ਰੰਗੀ ਰੰਗੀ ਭਾਂਤੀ ਸਾਜੀ ਆ, ਕਈ ਤਰ੍ਹਾਂ ਜੀ ਸਾਜੇ ਆ, ਪਰ ਆਪਣਾ ਜ਼ਿੰਦਗੀ ਦਾ ਜਿਹੜਾ ਮਕਸਦ ਆ ਇਹੀ ਆ ਵੀ ਅਸੀਂ ਪਰਮੇਸ਼ੁਰ ਦੇ ਦਿੱਤੇ ਹੋਏ ਸਿਧਾਂਤ ਨੂੰ ਸਮਝਦੇ ਹੋਏ ਜੀਵਨ ਨੂੰ ਲੇਖੇ ਵਿੱਚ ਲਾਈਏ, ਕੁਛ ਐਸਾ ਕਾਰਜ ਕਰੀਏ ਜਿਹਦੇ ਕਰਕੇ ਪਰਮਾਤਮਾ ਦੇ ਦਰ 'ਤੇ ਸੁਰਖਰੂ ਹੋ ਕੇ ਜਾਈਏ, ਮੂੰਹ ਦਿਖਾਉਣ ਜੋਗੇ ਹੋ ਜਾਈਏ। ਬਸ ਇਸ ਭਾਵਨਾ ਨਾਲ ਇਹ ਕਾਰਜ ਆਰੰਭ ਕੀਤਾ ਸੀ, ਕਿਉਂਕਿ ਜਦੋਂ ਮੈਂ ਗਿਆ ਸੀ ਨਾ ਪਿੰਗਲਵਾੜੇ, ਉੱਥੇ ਸਮਾਂ ਮਿਲਿਆ ਕਈ ਵਾਰ ਬੀਬੀ ਜੀ ਨਾਲ ਬੈਠਣ ਦਾ ਜਾਂ ਹੋਰ ਕਿਤੇ ਨਾ, ਇੱਥੇ ਪ੍ਰਭ ਆਸਰਾ ਵੀ ਅਸੀਂ ਦੇਖਦੇ ਰਹੇ ਵੀ ਉਹ ਦੱਸ ਵੀ ਰਹੇ ਸੀ ਵੀ ਸਾਡੇ ਕੋਲ ਪੈਸਾ ਤਾਂ ਆਉਂਦਾ ਪਰ ਕੋਈ ਤਨ ਕਰਕੇ ਸੇਵਾ ਕਰਨ ਨੂੰ ਤਿਆਰ ਨਹੀਂ। ਫਿਰ ਮਨ ਬਣਾਇਆ ਵੀ ਆਪਾਂ ਵੀ ਇਹ ਸੇਵਾ ਆਰੰਭ ਕਰਾਂਗੇ, ਕਿਉਂਕਿ ਘਰ ਦੇ ਜਿਹੜੇ ਸਾਰੇ ਦੇ ਸਾਰੇ ਵਿਦੇਸ਼ ਹੀ ਸੀਗੇ ਪਹਿਲਾਂ ਤੋਂ ਹੀ ਤੁਹਾਡੇ ਘਰ ਦੇ? ਹਾਂਜੀ, ਸਾਡੇ ਪੂਰਾ ਦਾ ਪੂਰਾ ਪਰਿਵਾਰ ਬਾਹਰ ਹੀ ਆ, ਅਤੇ ਆਪਾਂ ਜ਼ਿਮੀਂਦਾਰ ਹੋਣ ਦੇ ਨਾਤੇ ਚਾਹੁੰਦੇ ਸੀ ਵੀ ਆਪਣੇ ਪਿੰਡ, ਮੇਰਾ ਪਿੰਡ ਮੁੱਲਾਪੁਰ ਕੋਲ ਢੱਟ, ਚਾਹੁੰਦੇ ਸੀ ਵੀ ਆਪਣੇ ਖੇਤਾਂ ਵਿੱਚ ਇਹ ਸੇਵਾ ਆਰੰਭ ਕਰਾਂਗੇ। ਮਨ ਦੀ ਇਹ ਭਾਵਨਾ ਸੀ, ਚਲੋ ਸਮਾਂ ਬਣਿਆ ਜਾਣ ਨੂੰ ਫਿਰ ਮੇਰੇ ਲਾਗੇ ਮਨੁੱਖਤਾ ਦੀ ਸੇਵਾ ਅਤੇ ਹੋਰ ਕਈ ਆਸ਼ਰਮ ਬਣ ਗਏ। ਤਕਰੀਬਨ 5-7 ਕਿਲੋਮੀਟਰ ਦੇ ਮੇਰੇ ਪਿੰਡ ਦੇ ਆਲੇ ਦੁਆਲੇ ਫਿਰ ਇਹ ਆਸ਼ਰਮ ਬਣ ਗਏ ਸੀ। ਫਿਰ ਚਲੋ ਇੱਧਰੋਂ ਦੇ ਕੁਝ ਲੋਕ ਮੈਨੂੰ ਉੱਥੇ ਪ੍ਰਭ ਆਸਰਾ ਮਿਲਦੇ ਗਿਲਦੇ ਰਹਿੰਦੇ ਸੀਗੇ। 2008 'ਚ ਮੈਂ ਇੱਥੇ ਇੱਕ ਵਾਰੀ ਪ੍ਰੈਸ ਕਾਨਫਰੰਸ ਵਿੱਚ ਵੀ ਆਇਆ ਸੀ ਬਠਿੰਡੇ, ਉਦੋਂ ਵੀ ਇੱਥੇ ਸਹਾਰਾ ਵਾਲੇ ਕਹਿੰਦੇ ਵੀ ਸਾਨੂੰ ਵੀ ਲੋੜ ਆ ਇਸ ਤਰ੍ਹਾਂ ਦੇ ਆਸ਼ਰਮ ਦੀ। ਅਤੇ ਉਹ ਬੰਦੇ ਜਿਹੜੇ ਇੱਧਰਲੇ ਮੈਨੂੰ ਮਿਲਦੇ ਸੀ ਜਾਂ ਮੇਰੇ ਕਾਲਜ ਤੋਂ ਬਾਅਦ 'ਚ ਪੜ੍ਹੇ ਹੋਏ ਆ, ਉਹਨਾਂ ਨੇ ਵੀ ਕਿਹਾ ਵੀ ਅਸੀਂ ਵੀ ਹੈਲਪ ਕਰਿਆ ਕਰਾਂਗੇ। ਅਤੇ ਉਹ ਮੈਨੂੰ ਫਿਰ ਇੱਧਰ ਲੈ ਆਏ ਅਤੇ ਇੱਧਰ ਆ ਕੇ ਫਿਰ ਉਹਨਾਂ ਨਾਲ ਇਹ ਸੇਵਾ ਅਸੀਂ ਆਰੰਭ ਕਰ ਦਿੱਤੀ। ਵੀਰ ਸ਼ਮਸ਼ੇਰ ਸਿੰਘ ਨੇ ਵੀ ਕਿਹਾ ਭਾਈ ਤੁਸੀਂ ਵੀ ਕਹਿੰਦੇ ਹੁੰਦੇ ਵੀ ਸੇਵਾ ਆਰੰਭ ਕਰਨੀ ਆ, ਇਹ ਵੀਰ ਆਇਆ
ਤੁਸੀਂ ਇਹਨਾਂ ਦੇ ਨਾਲ ਸੇਵਾ ਆਰੰਭ ਕਰ ਲਓ ਅਤੇ ਫਿਰ ਆਪਾਂ ਉਹਨਾਂ ਦੀ ਪ੍ਰੇਰਣਾ ਸਦਕਾ ਇੱਥੇ ਆ ਕੇ ਸੇਵਾ ਆਰੰਭ ਕਰ ਦਿੱਤੀ। ਆਸ਼ਰਮਾਂ ਦੀ ਲੋੜ ਹੈਗੀ ਇੱਦਾਂ ਦੇ ਵਾਕਿਆ ਜੀ? ਅੱਜ ਦੇ ਸਮੇਂ ਦੇ ਵਿੱਚ ਇੱਦਾਂ ਦੇ ਆਸ਼ਰਮਾਂ ਦੀ ਤਾਂ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਜਿਹੜਾ ਮਨੁੱਖ ਆ ਆਪਣੇ ਆਪ ਇਨਸਾਨੀਅਤ ਦੇ ਨਾਤੇ ਆਪਣੇ ਆਪ ਤੋਂ ਵੀ ਮੈਂ ਮਨੁੱਖ ਆ ਉਹ ਤੋਂ ਮੁਨਕਰ ਹੁੰਦਾ ਜਾ ਰਿਹਾ। ਸਾਡੇ ਕੋਲ ਤਾਂ ਕਈ ਇਸ ਤਰ੍ਹਾਂ ਦੀਆਂ ਮੇਰੇ ਮੋਬਾਈਲ ਵਿੱਚ ਵੀਡੀਓ ਪਈਆਂ ਹੋਈਆਂ ਲਾਗੇ ਜਾਗਿਆਂ ਦੀਆਂ, ਕਈ ਇਸ ਤਰ੍ਹਾਂ ਦੇ ਕੇਸ ਆਉਂਦੇ ਆ। ਇਹ ਤਾਂ ਇੱਕ ਵੱਖਰੀ ਕੈਟਾਗਰੀ ਆ। ਹੁਣ ਤਾਂ ਮੈਨੂੰ ਲੱਗਦਾ ਹਰ ਇੱਕ ਬੰਦਾ ਆਸ਼ਰਮੀ ਛੱਡਣ ਲਈ ਲੋਕ ਤਿਆਰ ਹੋਏ ਹੋਏ ਆ। ਸਾਡੇ ਨਾਲ ਇੱਥੇ ਕਈ ਆਦਮੀ ਆਉਂਦੇ ਆ ਜਿਹੜੇ ਗੁੱਸੇ ਹੋ ਜਾਂਦੇ ਆ, ਪਰਿਵਾਰ ਚੰਗੇ ਭਲੇ ਆ ਜਾਂ ਕੈਨੇਡਾ ਚਲੇ ਗਏ ਆ, ਬਜ਼ੁਰਗ ਇੱਧਰ ਇਕੱਲੇ ਰੁਲੀ ਜਾਂਦੇ ਆ, ਹੋਰ ਕਈ ਤਰ੍ਹਾਂ ਦੀਆਂ ਇਸ ਤਰ੍ਹਾਂ ਦੇ ਕਾਰਨਾਂ ਵੀ ਇਨਸਾਨ ਆਪਣੇ ਆਪ ਤੋਂ ਦੂਰ ਹੁੰਦਾ ਜਾ ਰਿਹਾ ਵੀ ਸਾਂਭਣ ਦਾ। ਉਹਨਾਂ ਨੇ ਜਿਵੇਂ ਪੁਰਾਤਨ ਸਮੇਂ ਵਿੱਚ ਆਪਾਂ ਦੇਖਿਆ ਵੀ ਗਾਵਾਂ ਛੱਡਤੀਆਂ ਨਾ, ਰੱਸੇ ਖੋਲ੍ਹ ਦਿੱਤੇ, ਇੱਦਾਂ ਹੀ ਅੱਜ ਦਾ ਇਨਸਾਨ ਇਹ ਚਾਹੁੰਦਾ ਵੀ ਸਾਡੇ ਗਲੋਂ ਇਹਨਾਂ ਦਾ ਰੱਸਾ ਖੜਾ ਖੜਾਓ, ਕਿਸੇ ਤਰ੍ਹਾਂ ਵੀ ਹਟਾਓ। ਬਜ਼ੁਰਗ ਛੱਡਣ ਆਉਂਦੇ ਆਪਣੇ ਜਿਹੜੇ ਆਪ ਵਿਦੇਸ਼ਾਂ ਚੱਲ ਗਏ ਲੋਕ ਛੱਡਣ ਆਉਂਦੇ ਇੱਥੇ ਆਪਣੇ ਮਾਪਿਆਂ ਨੂੰ? ਹਾਂਜੀ, ਇੱਥੇ ਛੱਡਣ ਲਈ ਆਉਂਦੇ ਆ, ਬੜੇ ਸਿਫਾਰਿਸ਼ਾਂ ਵੀ ਪਾਉਂਦੇ ਆ। ਮੈਂ ਵੈਸੇ ਦੱਸਣਾ ਚਾਹੁੰਦਾ ਵੀ ਸਾਨੂੰ ਐਂਬੂਲੈਂਸ ਦੀ ਜਿਹੜੀ ਸੇਵਾ ਆਈ ਹੋਈ ਆ ਇਹਨਾਂ ਰਾਹੀਂ ਵੀ ਸਿਫਾਰਿਸ਼ ਆਈ ਸੀ ਵੀ ਇੱਦਾਂ ਇੱਕ ਬਜ਼ੁਰਗ ਆ ਤੁਸੀਂ ਰੱਖ ਲਓ। ਅਸੀਂ ਉਹਨਾਂ ਨੂੰ ਕਿਹਾ ਵੀ ਨਹੀਂ, ਆਪਣਾ ਇਹ ਮਕਸਦ ਨਹੀਂ ਹੈ, ਆਪਣਾ ਮਕਸਦ ਆ ਉਹ ਲੋਕ ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ, ਖਾਣ ਨੂੰ ਰੋਟੀ ਨਹੀਂ, ਰਹਿਣ ਲਈ ਕੋਈ ਟਿਕਾਣਾ ਨਹੀਂ, ਸੜਕਾਂ ਦੇ ਉੱਤੇ ਦਿਮਾਗੀ ਅਪਸੈਟ ਹੋਏ ਤੁਰੇ ਫਿਰਦੇ ਆ, ਅਤੇ ਮਕਸਦ ਉਹਨਾਂ ਦਾ ਵੀ ਇਹੀ ਹੈ ਵੀ ਅਸੀਂ ਇੱਥੇ ਰੱਖੀਏ, ਪਰਮਾਤਮਾ ਦੀ ਕਿਰਪਾ ਦੁਆਰਾ ਸੰਘ ਦੇ ਸਹਿਯੋਗ ਦੁਆਰਾ ਉਹਨਾਂ ਟ੍ਰੀਟਮੈਂਟ ਕਰਾਈਏ, ਜਿਹੜੇ ਠੀਕ ਹੁੰਦੇ ਉਹਨਾਂ ਨੂੰ ਘਰੋਂ ਭੇਜ ਦਈਏ। ਹੁਣ ਵੀ ਪਿਛਲੇ ਸਾਲ ਦੇ ਵਿੱਚ 5-7 ਕੇਸ ਆਪਣੇ ਪਰਿਵਾਰ ਨੂੰ ਮਿਲ ਚੁੱਕੇ ਆ ਜਿਨ੍ਹਾਂ ਦੇ ਬੱਚੇ ਵੀਡੀਓ ਕਾਲ ਦੇ ਉੱਤੇ ਮਾਪਿਆਂ ਦੇ ਨਾਲ ਇੱਥੇ ਰੋਂਦੇ ਅਸੀਂ ਦੇਖੇ ਹੋਏ ਆ ਵੀ ਬਾਪੂ ਜਾਂ ਬੇਬੇ ਘਰ ਆ ਜਾ ਜਿਨ੍ਹਾਂ ਦੇ ਮਗਰ 3-3, 4-4 ਬੱਚੇ ਹੁੰਦੇ ਆ। ਅਤੇ ਹੁਣ ਜਦੋਂ ਗੱਲ ਕਰੀਏ ਇਹ ਆਸ਼ਰਮ ਜਦੋਂ ਤੁਸੀਂ ਸ਼ੁਰੂ ਕੀਤਾ ਕਿੰਨੀ ਮਾਇਆ ਸੀ ਤੁਹਾਡੇ ਕੋਲ, ਕੀ ਸਾਧਨ ਸੀਗੇ, ਕਿੱਦਾਂ ਸ਼ੁਰੂ ਕਰਿਆ ਤੁਸੀਂ? ਸੰਸਥਾਵਾਂ ਚਲਾਉਣੀਆਂ ਤਾਂ ਕੋਈ ਸੌਖਾ ਕੰਮ ਨਹੀਂ, ਆਪਣਿਆਂ ਨੂੰ ਨਹੀਂ ਲੋਕ ਪਾਲਦੇ, ਤੁਸੀਂ ਦੱਸਿਆ ਕਿ ਫਿਰ ਬੇਗਾਨਿਆਂ ਨੂੰ ਕਿੱਦਾਂ ਸਾਂਭਣਾ, ਕਿੰਨਾ ਕੁ ਸੌਖਾ ਰਹਿੰਦਾ? ਇੱਦਾਂ ਸੁਖਾਲਾ ਹੀ ਕੰਮ ਆ, ਜੇ ਮੈਂ ਚਾਹਾਂ ਵੀ ਆਸ਼ਰਮ ਖੋਲ੍ਹ ਲਵਾਂ, ਖੋਲ੍ਹ ਸਕਦਾ? ਨਹੀਂ, ਇੰਨਾ ਸੁਖਾਲਾ ਤਾਂ ਨਹੀਂ ਹੈਗਾ। ਕੁਝ ਦਸਬੰਧ ਇਕੱਠਾ ਕੀਤਾ ਹੋਇਆ ਸੀ, ਕੁਛ ਮੈਂ ਬਾਹਰੋਂ ਕੈਨੇਡਾ ਆਇਆ ਸੀ, ਕੋਈ ਡਾਲਰ ਸੀ ਮੇਰੇ ਕੋਲ, ਕੁਝ ਇੱਧਰਲੇ ਵੀਰ ਸੀ, ਅਤੇ ਉਹਨਾਂ ਦੇ ਨਾਲ ਰਲ ਕੇ ਫਿਰ ਇਹ ਕਿਸੇ ਦੇ ਘਰ ਟਪਾਲੀ ਕਿਸੇ ਦੇ ਘਰ ਸ਼ੁਰੂ ਕੀਤੀ ਸੀ, ਫਿਰ ਇਹ ਜਗ੍ਹਾ ਲਈ, ਫਿਰ ਉਦੋਂ ਬਾਅਦ ਇਸ ਸਥਾਨ 'ਤੇ ਆ ਕੇ ਇਹ ਸੇਵਾ ਆਪਾਂ ਆਰੰਭ ਕੀਤੀ। ਆਪਣੀ ਭਾਵਨਾ ਜਿਹੜੀ ਸੀਗੀ ਵੀ ਇਹੀ ਸੀ ਵੀ ਸੇਵਾ ਦੇ ਵਿੱਚ ਆਪਣਾ ਜੀਵਨ ਲਾਉਣਾ, ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਵੀ ਇਹਨਾਂ ਦੇ ਨਾਲ ਹੀ ਰਹੀਏ ਅਤੇ ਪਰਮਾਤਮਾ ਇੱਥੇ ਸਵਾਸ ਸਾਡੇ ਪੂਰੇ ਕਰਨ ਜੀ। ਇੰਨਾ ਕੁ ਜੀਵਨ ਦਾ ਮਕਸਦ ਸੀ ਸਾਨੂੰ ਇਹਦੇ ਵਿੱਚ, ਇਹ ਲਾਲਚ ਇਹੀ ਸੀ ਬਸ। ਲੋਕ ਤਾਂ ਇੱਥੋਂ ਕੈਨੇਡਾ ਨੂੰ ਚੜ੍ਹ ਕੇ ਜਾਂਦੇ ਆ ਵੀ ਇੱਥੋਂ ਚੱਲ ਜਾਈਏ, ਕਿਸੇ ਤਰ੍ਹਾਂ ਵੀਜ਼ਾ ਲੱਗ ਜਾਵੇ। ਤੁਸੀਂ ਕਹਿੰਦੇ ਸਾਡਾ ਸਾਰਾ ਪਰਿਵਾਰ ਬਾਹਰ ਹੈ, ਫਿਰ ਵੀ ਤੁਸੀਂ ਇੱਥੇ ਵਾਪਸ ਆ ਗਏ, ਉੱਥੇ ਕਿਉਂ ਨਹੀਂ ਤੁਸੀਂ ਰਹਿਣ ਦਾ ਸੋਚਿਆ, ਫਿਰ ਇੱਧਰ ਕਿਉਂ ਬਣਾ ਲਿਆ ਮਨ ਵੀ ਇੱਥੇ ਰਹੀਏ? ਪਰਮਾਤਮਾ ਦੀ ਕਿਰਪਾ ਦੁਆਰਾ ਕੁਛ ਜ਼ਿੰਦਗੀ ਦੇ ਤੱਤਾਂ ਨੂੰ, ਜ਼ਿੰਦਗੀ ਦੀ ਅਸਲੀਅਤ ਨੂੰ ਮੈਂ ਨਿੱਕੇ ਹੁੰਦੇ ਸਮਝ ਗਿਆ ਸੀ ਵੀ ਇਹ ਜਗਤ ਦੀ ਜਿਹੜੀ ਝੂਠੀ ਪ੍ਰੀਤ ਆ, ਪਰਮੇਸ਼ਰ ਦੇ ਦਰ 'ਤੇ ਸੁਰਖਰੂ ਹੋ ਕੇ ਜਾਣਾ, ਕੁਝ ਐਸਾ ਕੰਮ ਕੀਤਾ ਜਾਵੇ ਜਿਹਦੇ ਨਾਲ ਅਸੀਂ ਉਹਦੇ ਮੂੰਹ ਦਿਖਾਉਣ ਜੋਗੇ ਉਹਦੇ ਹੋ ਜਾਈਏ। ਫਿਰ ਆਪਾਂ ਇਹ ਕਾਰਜ ਤਾਂ ਮੈਂ ਬਹੁਤ ਚਿਰ ਪਹਿਲਾਂ ਹੀ ਆਰੰਭ ਕਰਨਾ ਚਾਹੁੰਦਾ ਸੀਗਾ, ਪਰ ਮੈਨੂੰ ਪਤਾ ਸੀ ਵੀ ਜਿਹੜਾ ਕਾਰਜ ਆ ਬੜੇ ਥੋੜ੍ਹਾ ਤੇਜ਼ ਤਰਾਰ ਲੋਕਾਂ ਵਾਲਾ ਹੁੰਦਾ। ਫਿਰ ਕੁਝ ਇੱਕ ਵੀਰ ਮਿਲਿਆ ਇੱਧਰੋਂ ਅਤੇ ਉਹਨੇ ਹਾਮੀ ਭਰੀ ਵੀ ਇਹ ਕਾਰ ਜਿਹੜਾ ਬਾਕੀ ਦਾ ਜਿਹੜਾ ਹੁੰਦਾ ਬਾਹਰ ਵਾਲਾ ਮੈਂ ਕਰਦਾ ਰਹਾਂਗਾ, ਤੁਸੀਂ ਆਪਣੀ ਸੇਵਾ ਕਰੀ ਜਾਇਓ। ਆਪਾਂ ਨੂੰ ਮਤਲਬ ਸੀ ਵੀ ਰੋਟੀ ਪਾਣੀ ਛਕਾਉਣਾ, ਨਵਾਉਣਾ ਧਵਾਉਣਾ, ਇਹਨਾਂ ਟੱਟੀਆਂ ਸਾਫ਼ ਕਰਤੀਆਂ, ਇਹਨਾਂ ਨੂੰ ਰੋਟੀ ਪਾਣੀ ਛਕਾ ਤਾ ਅਤੇ ਹੋਰ ਕੋਈ ਦੁੱਖ ਤਕਲੀਫ ਆ ਇੱਥੇ ਉਹ ਕਰ ਲਿਆ। ਆਪਣਾ ਮਕਸਦ ਇਹੀ ਹੈ, ਅੱਜ ਵੀ ਅਤੇ ਕੱਲ੍ਹ ਵੀ ਇਹੀ ਆ, ਕਦੇ ਆਪਣਾ ਉਹਦੇ ਵਿੱਚ ਪੈਣ ਦੀ ਕਦੇ ਸੋਚੀ ਨਹੀਂ ਸੀ ਅਤੇ ਇਸ ਭਾਵਨਾ ਦੇ ਨਾਲ ਹੀ ਸ਼ੁਰੂ ਕੀਤਾ ਹੋਇਆ ਸੀ। ਅਤੇ ਜੀ ਜ਼ਿੰਦਗੀ ਦਾ ਜਿਹੜਾ ਮਨੋਰਥ ਵੀ ਇਹੀ ਆ ਵੀ ਇਹ ਜਿਹੜੇ ਬੇਸਹਾਰਾ ਅਤੇ ਬੇਬਸ ਜਾਂ ਲੋੜਵੰਦ ਕੋਈ ਵੀ ਪ੍ਰਾਣੀ ਆ ਆਪਾਂ ਉਹਦੀ ਕੋਈ ਨਾ ਕੋਈ ਹੈਲਪ ਕਰੀਏ ਜੀ। ਠੀਕ ਚੱਲ ਰਿਹਾ ਸਾਰਾ, ਵਧੀਆ, ਬਹੁਤ ਸਿਸਟਮ ਠੀਕ ਆ ਸਰ?
ਆਪਣੀ ਸਿਸਟਮ ਜਿਹੜਾ ਹੈ ਜਿਸ ਤਰ੍ਹਾਂ ਨਾਲ ਚੱਲਣਾ ਚਾਹੀਦਾ ਉਹ ਨਹੀਂ ਚੱਲਦਾ। ਮੈਂ ਦੱਸਾਂ ਵੀ ਕੁਝ ਜਿਹੜੇ ਵੀਰ ਲੈ ਕੇ ਆਏ ਉਹ ਚਲਾਕੀਆਂ ਕਰ ਕਰਕੇ ਫਿਰ ਇੱਥੋਂ ਖਿਸਕਦੇ ਰਹੇ ਰੱਬ ਆਸਰਾ ਵਾਲੀ ਟੀਮ ਦੇ ਵਿੱਚੋਂ। ਵੀ ਤਾਂ ਤੁਹਾਨੂੰ ਸ਼ੁਰੂਆਤ ਵਿੱਚ ਨਾਲ ਲੈ ਕੇ ਆਉਂਦਾ ਵੀ ਆਪਾਂ ਇੱਦਾਂ ਤਾਂ ਬਣਾਈਏ, ਉਹ ਚਲੇ ਗਏ ਸਾਥ ਛੱਡ ਕੇ? ਸਭ ਦੇ ਸਾਡੇ ਤਕਰੀਬਨ ਚਲੇ ਜਾ ਚੁੱਕੇ ਆ। ਹੁਣ ਜਿਹੜੀ ਮੇਰੀ ਸਿਹਤ ਆ ਵੀ ਉਹ ਵੀ ਇੰਨੀ ਇਜਾਜ਼ਤ ਨਹੀਂ ਦਿੰਦੀ। ਸੜਕਾਂ ਦੇ ਕਿਨਾਰਿਓਂ ਬਾਲਣ ਇਕੱਠਾ ਕਰਦੇ ਫਿਰਨਾ, ਮਗਰ ਡਰੇਨ ਆ ਉੱਥੋਂ ਇਕੱਠੇ ਕਰਦੇ ਫਿਰਨਾ, ਇਹਨਾਂ ਨੂੰ ਨਵਾਉਣਾ ਧਵਾਉਣਾ, ਰੋਟੀ ਪਾਣੀ ਵੀ ਦੇਣਾ ਜਾਂ ਹੋਰ ਕਈ ਕਿਰਿਆ ਉਹ ਵੀ ਕਰਨੀ ਆ, ਵੀ ਉਹ ਹੁਣ ਬੜਾ ਔਖਾ ਹੋ ਰਿਹਾ। ਕੁਝ ਮੇਰੇ ਪੱਕੇ ਲੋਕ ਜਿਹੜੇ ਪੁਰਾਣੇ ਲੱਗੇ ਹੋਏ ਆ ਚੰਡੀਗੜ੍ਹ ਮੋਹਾਲੀ ਲੁਧਿਆਣਾ ਜਾਂ ਅੰਮ੍ਰਿਤਸਰ ਅਨੰਦਪੁਰ ਸਾਹਿਬ ਵੱਲੋਂ ਥੋੜ੍ਹੇ ਜਿਹੇ ਲੋਕ ਆ, ਉਹ ਕੁਛ ਮੰਥਲੀ ਭੇਜਦੇ ਆ, ਕੁਛ ਆਪਣੇ ਰਿਸ਼ਤੇਦਾਰ ਆ ਬਾਹਰ ਵਾਲੇ, ਕੁਛ ਉਹ ਸੇਵਾ ਕਰਦੇ ਆ। ਵੀ ਜਿਹੜਾ ਸਾਡਾ ਬਣਾਇਆ ਸਟਰਕਚਰ ਆ ਬਹੁਤਾ ਉਹਨਾਂ ਨਾਲ ਹੀ ਆ। ਮੈਂ ਕੁਛ ਦਿਨ ਪਹਿਲਾਂ ਦੀ ਗੱਲ ਹੀ ਦੱਸਦਾ, ਹੁਣੇ ਆਪਣਾ ਗੁਰਪੁਰਬ ਲੰਘ ਕੇ ਗਿਆ ਦਸ਼ਮੇਸ਼ ਪਿਤਾ ਜੀ ਦਾ, ਵੀ ਆਹ ਲੋਕਲ ਪਿੰਡ ਜਿਵੇਂ ਜੇਠੂਕਾ ਹੋ ਗਿਆ, ਕਰਾੜਾਲ ਵਾਲਾ ਹੋ ਗਿਆ, ਜੈਦ ਹੋ ਗਏ, ਇਹ ਪਿੰਡਾਂ 'ਚੋਂ ਨਾ ਇੱਕ ਦਿਨ ਵੀਰ ਆਏ ਨਗਰ ਕੀਰਤਨ ਵਾਲੇ ਦਿਨ, ਤਕਰੀਬਨ ਤਿੰਨ ਤਿੰਨ ਚਾਰ ਚਾਰ ਵੀਰ ਆਉਂਦੇ ਰਹੇ, ਅਤੇ ਉਹ ਕੋਈ ਬ੍ਰੈਡ ਲਿਆਵੇ, ਕੋਈ ਰੋਟੀ ਲਿਆਵੇ, ਕੋਈ ਦੁੱਧ ਲਿਆਵੇ, ਬਸ ਉਹ ਚੱਕ ਕੇ ਇੱਥੇ ਇਹਨਾਂ ਗੁਰੂ ਪਿਆਰਿਆਂ ਲਈ ਲੰਗਰ ਲਈ। ਮੈਂ ਸਾਰਿਆਂ ਨੂੰ ਜੀ ਆਇਆ ਕਹਿੰਦਾ, ਚੰਗੀ ਭਾਵਨਾ ਸ਼ਰਧਾ ਨਾਲ ਲੈ ਕੇ ਆਏ। ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮੈਂ ਕਿਹਾ ਵੀਰ ਜੀ ਗੁੱਸਾ ਤਾਂ ਨਹੀਂ ਕਰਦੇ, ਮੈਂ ਇੱਕ ਗੱਲ ਕਰਾਂ? ਕਹਿੰਦੇ ਹਾਂਜੀ ਕਰੋ। ਮੈਂ ਕਿਹਾ ਤੁਸੀਂ ਕਿੰਨੇ ਜਾਣੇ? ਕਹਿੰਦੇ ਅਸੀਂ 5 ਜਾਣੇ ਆਏ ਅੰਦਰ। ਮੈਂ ਕਿਹਾ ਤੁਸੀਂ ਇਹ ਲੰਗਰ ਤਾਂ ਲੈ ਆਏ ਸਾਡੇ, ਦੇਖੋ ਭਾਂਡੇ ਸੀਗੇ ਖਾਲੀ ਸੀ ਭਰ ਗਏ ਆ, ਵੀ ਇੱਥੇ ਰਜਾਈਆਂ ਲੈ ਆਉਂਦਾ, ਪੁਰਾਣੇ ਕੱਪੜੇ ਲੈ ਆਉਂਦੇ, ਉਹ ਭਰਿਆ ਪਿਆ ਸਾਰਾ ਖਜ਼ਾਨਾ। ਵੀ ਸਾਨੂੰ ਤੁਸੀਂ ਬਾਹਰ ਗੋਲਕ ਲੱਗੀ ਆ, ਕੋਈ ਰੁਪਈਆ 5 ਰੁਪਏ 10 ਰੁਪਏ ਕਿਸੇ ਨੇ ਪਾਏ? ਕਹਿੰਦੇ ਜੀ ਅਸੀਂ ਨਹੀਂ ਜੀ ਪਾਇਆ। ਨਹੀਂ ਫਿਰ ਤੁਹਾਨੂੰ ਮਾਇਆ ਦੀ ਲੋੜ ਆ, ਮਤਲਬ ਫਿਰ ਲੋਕ ਕਹਿਣਗੇ ਵੀ ਹਰਦੀਪ ਸਿੰਘ ਨੇ ਤਾਂ ਖੋਲ੍ਹੇ ਇਸ ਕਰਕੇ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਵੀ ਪੈਸਿਆਂ ਵਾਸਤੇ ਖੋਲ੍ਹਿਆ ਹੈ, ਹੁਣ ਅਪੀਲਾਂ ਵੀ ਇਹੀ ਕਰ ਰਹੇ ਵੀ ਸਾਨੂੰ ਮਾਇਆ ਦਿਓ ਮਾਇਆ ਦਿਓ। ਮਾਇਆ ਦੀ ਕਾਹਤੋਂ ਲੋੜ ਆ ਤੁਹਾਨੂੰ, ਜਦੋਂ ਅਗਲੇ ਰਾਸ਼ਨ ਦੇ ਰਹੇ ਆ, ਤੁਹਾਨੂੰ ਇੱਥੇ ਕੰਬਲ ਦੇ ਰਹੇ ਆ, ਹੋਰ ਵਸਤਾਂ ਦੇ ਰਹੇ ਆ, ਫਿਰ ਮਾਇਆ ਦੀ ਲੋੜ ਕਿੱਥੇ ਰਹੇਗੀ? ਮੈਂ ਬੇਨਤੀ ਕਰਾਂਗਾ ਵੀ ਆਪਾਂ ਜ਼ਿੰਦਗੀ ਦੇ ਵਿੱਚ ਸਭ ਨੇ ਪਤਾ ਹੀ ਆ ਵੀ ਇਕੱਲਾ ਰੋਟੀ ਨਾਲ ਕੰਬਲਾਂ ਨਾਲ ਇਹ ਸਿਸਟਮ ਚੱਲਣ ਵਾਲਾ ਨਹੀਂ। ਅਸੀਂ ਖਿੱਚੀ ਜਾਂਦੇ 8-9 ਸਾਲਾਂ ਤੋਂ, ਜਿਵੇਂ ਕਿਵੇਂ ਇਹ ਸਾਨੂੰ ਪਤਾ ਵੀ ਕਿਵੇਂ ਖਿੱਚ ਰਹੇ ਹਾਂ ਇਹ ਸਿਸਟਮ ਨੂੰ ਇੱਧਰ ਨੂੰ, ਅਤੇ ਕਿਵੇਂ ਇਹਨੂੰ ਚਲਾ ਰਹੇ ਹਾਂ। ਇਕੱਲਾ ਰੋਟੀ ਅਤੇ ਕੰਬਲ ਦੇ ਨਾਲ ਜਿਹੜੇ ਬੇਸਹਾਰਾ ਦਿਮਾਗੀ ਗੁਰੂ ਪਿਆਰੇ ਆ, ਜਿਹਨਾਂ ਨੇ ਲੜਨਾ ਭਿੜਨਾ ਤੋੜ ਭੰਨ ਕਰਨੀ, ਇਹਨਾਂ ਇੱਕ ਹੋਰ ਕਾਲਾ ਬਜ਼ਾਰੀ ਆ ਵੀ ਨਾ ਤਾਂ ਰਾਮਪੁਰੇ ਇਹਨਾਂ ਦਾ ਡਾਕਟਰ ਆ, ਨਾ ਹੀ ਕੋਈ ਤਪੇ ਆ। ਇਹਨਾਂ ਨੂੰ ਬਠਿੰਡੇ ਲੈ ਕੇ ਜਾਣਾ, ਬਰਨਾਲੇ ਲੈ ਕੇ ਜਾਣਾ, ਲੁਧਿਆਣੇ ਲੈ ਕੇ ਜਾਣਾ ਜਾਂ ਚੰਡੀਗੜ੍ਹ ਕਿਤੇ ਅੱਗੇ ਵੱਡੇ ਹਸਪਤਾਲ ਲੈ ਕੇ ਜਾਣਾ, ਉਹ ਤਾਂ ਫਿਰ ਪੈਸੇ ਨਾਲ ਹੀ ਚੱਲੇਗਾ। ਹੁਣ ਤੀਕਰ ਮੇਰੀ ਸਿਹਤ ਬਹੁਤ ਤੰਦਰੁਸਤ, ਅਤੇ ਕੁਝ ਮੈਂਬਰ ਵੀ ਰਹੇ ਹੁਣ ਸਭ ਖਿਸਕਦੇ ਜਾਂਦੇ ਆ, ਕਰਦਾ ਰਿਹਾ ਰਲ ਮਿਲ ਕੇ ਵੀ ਜਿਹੜੇ ਕਿਸੇ ਨੂੰ ਰੱਖਣਾ, ਮੈਨੂੰ ਤੁਹਾਡੇ ਵਰਗੇ ਵੀਰ ਨੂੰ ਹੀ ਮੈਂ ਇੱਥੇ ਰੱਖਣਾ, ਉਹਦਾ ਪਿੱਛੇ ਪਰਿਵਾਰ ਆ, ਉਹ ਕਹਿੰਦਾ ਮੈਂ ਪਰਿਵਾਰ ਵੀ ਚਲਾਉਣਾ, ਫਿਰ ਉਹਨੂੰ ਸੇਵਾ ਦੇਣੀ ਪੈਣੀ ਆ। ਮੈਂ ਤਾਂ ਬੇਨਤੀ ਕਰਦਾ ਹੱਥ ਬੰਨ ਕੇ ਵੀ ਜਿੰਨੇ ਵੀ ਨਗਰ ਆਲੇ ਦੁਆਲੇ ਦੇ ਇੱਕ ਇੱਕ ਰੁਪਈਆ ਵੀ ਕੱਢਣ ਸਾਡੇ ਲਈ, ਸਾਡਾ ਜਿਹੜਾ ਰੱਬ ਆਸਰਾ ਦਾ ਕਾਰਜ ਆ ਇਹ ਸਹੀ ਤਰੀਕੇ ਨਾਲ ਚੱਲਦਾ ਰਹੇ, ਅਸੀਂ ਵੀ ਆਪਣਾ ਲੰਗਰ ਬਣਾ ਕੇ ਤਾਜ਼ਾ ਤਰੋ ਤਾਜ਼ਾ ਸਕੀਏ। ਜਿਹੜਾ ਲੰਗਰ ਆ ਅਸੀਂ ਹੁਣ ਆ ਸੰਗਤਾਂ 'ਤੇ ਆਸ ਰੱਖੀ ਹੋਈ ਆ, ਇੱਕ ਦਿਨ ਇਕੱਠਾ ਹੋ ਜਾਂਦਾ, ਕਈ ਦਿਨ ਫਿਰ ਸਾਡਾ ਇਸ ਤਰ੍ਹਾਂ ਹੀ ਕਾਰਜ ਰਹਿੰਦਾ, ਕਿਸੇ ਦਿਨ ਮਿਲਦਾ ਹੀ ਨਹੀਂ, ਕਿਸੇ ਦਿਨ ਬਹੁਤਾ ਹੀ ਆ ਜਾਂਦਾ। ਹਾਂ, ਜਿਵੇਂ ਆਪਾਂ ਮੰਨ ਲਓ 5 ਭਾਈ ਹਾਂ, 5 ਨੇ ਇਕੱਠੇ ਹੀ ਖੰਡ ਪਾਠ ਕਰਾ ਲਿਆ ਇੱਕ ਦਿਨ 'ਚ, 5 ਇੱਕ ਜਗ੍ਹਾ ਦੇ ਦਈਏ, ਫਿਰ ਉਹ ਕਿੱਦਾਂ ਸਾਂਭਦੇ ਹੋਣਗੇ? ਸਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਬਾਲਣ ਅਸੀਂ ਸੜਕ ਦੇ ਕਿਨਾਰੇ ਉਹ ਕੰਡੇ ਖਿੱਚ ਕੇ ਚੱਲਿਆਉਂਦੇ ਹਾਂ, ਜਾਂ ਮੈਂ ਸਾਈਕਲ 'ਤੇ ਲੱਦ ਲਿਆਵਾਂ ਜਾਂ ਆਪ ਖਿੱਚ ਲਿਆਵਾਂ ਜਾਂ ਜਿਹੜੇ ਗੁਰੂ ਪਿਆਰੇ ਇੰਪਰੂਵ ਹੋ ਚੁੱਕੇ ਇਹਨਾਂ ਨੂੰ ਨਾਲ ਲਾ ਲਵਾਂ, ਉਹ ਤਾਂ ਬਾਲਣ ਦਾ ਫਿਰ ਉਹਨੂੰ ਦਾਲ ਸਬਜ਼ੀ ਨੂੰ ਬਾਲਾ ਦੇ ਕੇ ਰੱਖੋ, ਦੁੱਧ ਨੂੰ ਬਾਲਾ ਦੇ ਕੇ ਰੱਖੋ, ਕਿੰਨਾ ਖਰਚਾ, ਮਤਲਬ ਵੀ ਇੱਕ ਨੋਰਮਲ ਜਿਹੜਾ ਖਰਚਾ ਆਪਣੀ ਜ਼ਿੰਦਗੀ ਵਿੱਚ ਹੱਥ ਮਾਰ ਕੇ ਦੇਖੀ ਵੀ ਇੱਕ ਬੰਦੇ ਦਾ ਜਿਹੜਾ ਕਜੂਸੀ ਵਿੱਚ ਵੀ ਖਰਚਾ ਨਾ ਘੱਟੋ ਘੱਟ ਇੱਕ ਮਹੀਨੇ ਦਾ 4-5 ਹਜ਼ਾਰ ਰੁਪਈਆ ਦਾ ਖਰਚਾ, ਇਹ ਤਾਂ ਫਿਰ ਦੂਸਰੇ ਗੁਰੂ ਪਿਆਰੇ ਆ। ਕਿੰਨੇ ਜਾਣੇ ਹੋ ਜੀ ਇੱਥੇ ਤੁਸੀਂ ਇਸ ਘਰ 'ਚ? ਹੁਣ ਇਸ ਘਰ 'ਚ ਅਸੀਂ ਤਕਰੀਬਨ 30-35 ਜਾਣੇ ਜਿਹੜੇ ਵਲੰਟੀਅਰ ਹੋ ਗਏ ਜਾਂ ਕੁਛ ਮੈਂਬਰ ਇੱਥੇ ਨਾਲ ਰਹਿ ਰਹੇ ਆ, ਇੰਨੇ ਕੁ ਜਾਣੇ ਆ। ਸੇਵਾ ਕਰਨ ਵਾਲੇ ਹੁਣ ਕਿੰਨੇ ਆ ਤੁਸੀਂ?
ਸੇਵਾ ਕਰਨ ਵਾਲੇ ਜਿਹੜੇ ਰੈਗੂਲਰ ਆ ਉਹ ਅਸੀਂ ਚਾਰ ਜਾਣੇ ਹੀ ਆ, ਅਤੇ ਬਾਕੀ ਬਾਹਰੋਂ ਆ ਜਾਂਦੇ ਆ ਕੁਛ, ਉਹਨਾਂ ਨੂੰ ਸੱਦ ਲਈਦਾ। ਅਤੇ ਲਿਖਾਇਆ ਤਾਂ ਨਾਮ ਬਹੁਤ ਵੀਰ ਭਾਵਨਾ ਰਹਿਤਾ ਤਾਂ ਲਿਖਾ ਤਾਂ ਜਾਂਦੇ ਆ। ਮੈਂ ਕਈ ਸਾਲ ਪਹਿਲਾਂ ਦੀ ਗੱਲ ਕਰਦਾ, ਉਦੋਂ ਇਹ ਕਮਰੇ ਹਜੇ ਚਾਰ ਦੀਵਾਰੀ ਵੀ ਨਹੀਂ ਸੀ, ਨਾਂ ਲਿਖਾਏ ਹੋਏ ਸੰਗਤਾਂ ਦੇ, ਮੈਂ ਫੋਨ ਕੀਤਾ, ਕਹਿੰਦਾ ਜੀ ਠੰਡ ਬਹੁਤ ਆ, ਮੈਂ ਨਹੀਂ ਆ ਸਕਦਾ, ਮੇਰਾ ਰਜਾਈ 'ਚੋਂ ਨਿਕਲੂ। ਦੂਸਰੇ ਮੇਰੇ ਘਰ ਵਾਲੀ ਨਹੀਂ ਆਉਣ ਦਿੰਦੀ ਜੀ, ਅੱਗੇ ਮੇਰਾ ਬਾਪੂ ਬਿਮਾਰ ਆ, ਉਹ ਕਹਿੰਦਾ ਨਹੀਂ ਉੱਥੇ ਨਹੀਂ ਜਾਣਾ। ਕਈ ਐਸੇ ਵੀ ਬੱਚੇ ਬੋਲਦੇ ਕਿ ਬਾਪੂ ਕਹਿੰਦਾ ਉੱਥੇ ਨਾ ਜਾਈਂ, ਉਹ ਤਾਂ ਪਾਗਲ ਆ, ਤੂੰ ਵੀ ਪਾਗਲ ਹੋ ਜਾਣਾ। ਹੋਰ ਤਾਂ ਹੋਰ, ਇੱਕ ਵਾਰੀ ਆ ਜੇਠੂ ਕਿਆ ਤੋਂ ਵੀਰ ਵਿਚਾਰੇ ਕਿਸੇ ਸੇਵਾਦਾਰ ਡਾਲੀ ਵਾਲੇ ਨੂੰ ਕਿਤੋਂ ਲਿਆਏ ਕਿਸੇ ਗੁਰਦੁਆਰੇ 'ਚੋਂ, ਵੀ ਇੱਥੇ ਡਾਲੀ ਵਾਲਾ ਲੱਖਣਾ ਇੱਥੇ ਲਿਆਏ। ਜਦੋਂ ਇੱਥੇ ਆ ਕਹਿੰਦਾ ਮੈਨੂੰ ਤੁਸੀਂ ਇੱਥੇ ਲਿਆਏ, ਮੈਂ ਪਾਗਲਾਂ 'ਚ ਮੈਂ ਨਹੀਂ ਇੱਥੇ ਲੱਗਣਾ, ਮੈਂ ਤਾਂ ਸੋਚਿਆ ਸੀ ਮੈਨੂੰ ਕਿਤੇ ਗੁਰਦੁਆਰੇ ਲੈ ਕੇ ਜਾਊਂਗੇ। ਤਾਂ ਹੁਣ ਤੁਸੀਂ ਆਪ ਸੋਚੋ ਵੀ ਇੱਕ ਆਮ ਇਨਸਾਨ ਇਹਨਾਂ ਲੋਕਾਂ ਕੋਲ ਪੈਸਾ ਲੈ ਕੇ, ਨਾਲੇ ਇੱਕ ਹੋਰ ਗੱਲ ਦੱਸਾਂ, ਉਹਨੂੰ ਅਸੀਂ ਇਹ ਵੀ ਕਿਹਾ ਵੀ ਤੂੰ ਲਿਆ ਕੇ ਹੀ ਰੱਖ ਜਾਣੀ ਆ ਡਾਲੀ, ਵੀ ਤੂੰ ਇੱਥੇ ਤੈਥੋਂ ਅਸੀਂ ਕੋਈ ਕੰਮ ਨਹੀਂ ਲੈਂਦੇ। ਕਹਿੰਦਾ ਨਾ ਜੀ ਨਾ, ਮੈਂ ਇਹਨਾਂ ਕੋਲ ਨਹੀਂ ਜੇ ਆਉਣਾ। ਮੈਂ ਸੋਚਿਆ, ਇਹ ਸਭ ਕੁਛ ਮੈਨੂੰ ਪਤਾ ਸੀ, ਸੋਚਿਆ ਹੋਇਆ ਸੀ, ਮੈਨੂੰ ਪਤਾ ਸੀ ਵੀ ਇਹ ਥੋੜ੍ਹੀ ਚਲਾਕ ਲੋਕਾਂ ਦੀ ਕਾਢ ਆ, ਵੀ ਮੈਥੋਂ ਇਹ ਹੋਣਾ ਨਹੀਂ। ਮੈਂ ਇੱਕ ਗੱਲ ਹੋਰ ਜ਼ਿੰਦਗੀ ਦੀ ਜਿਹੜੀ ਸੱਚਾਈ ਉਹ ਵੀ ਦੱਸਦਾ, ਪ੍ਰਭ ਆਸਰਾ ਸੇਵਾ ਕਰਦੇ ਹੋਏ ਨਾ, ਮੈਂ ਕਈ ਵਾਰੀ ਕਿਹਾ ਬਾਪੂ ਸਰਜਾ ਸਿੰਘ ਜੀ ਹਜੇ ਜਿਉਂਦੇ ਹੋਣਗੇ ਮੋਹਾਲੀ ਵਾਲੇ, ਵੀ ਬਾਪੂ ਜੀ ਮੈਂ ਵੀ ਆਸ਼ਰਮ ਖੋਲ੍ਹਾਂਗਾ ਕਿਸੇ ਦਿਨ। ਮੇਰੇ ਮਨ ਦੀ ਭਾਵਨਾ ਕਿ ਉਹ ਸਾਰੇ ਬਾਹਰ ਗਏ, ਜ਼ਮੀਨ ਸਾਡੀ ਵਿਹਲੀ ਪਈ ਆ, ਘਰ ਦਾ ਬਾਹਰ ਹੈਗੇ ਆ ਵਧੀਆ, ਸਾਰੇ ਦੇ ਸਾਰੇ ਉੱਧਰ ਹੀ ਸੈਟਲ ਆ, ਵੀ ਉਹ ਵੀ ਉਹਨਾਂ ਨੇ ਵੀ ਸਹਿਮਤੀ ਦਿੱਤੀ ਹੋਈ ਆ, ਕੋਈ ਗੱਲ ਨਹੀਂ ਜੇ ਤੇਰੇ ਮਨ ਦੀ ਭਾਵਨਾ ਤਾਂ ਸ਼ੁਰੂ ਕਰ ਲਈ। ਅਤੇ ਮੈਂ ਕਿਹਾ ਵੀ ਮੈਂ ਉੱਥੇ ਸ਼ੁਰੂ ਕਰਨਾ ਚਾਹੁੰਦਾ, ਅਤੇ ਉਹ ਬਾਪੂ ਜੀ ਮੈਨੂੰ ਕਹਿ ਕਰ ਨਾ ਹਰਦੀਪ ਸਿੰਘ ਤੂੰ ਨਾ ਕਰੀ। ਦੋ ਤਿੰਨ ਵਾਰੀ ਜਦੋਂ ਗੱਲ ਹੋਈ ਥੋੜ੍ਹਾ ਮੈਂ ਫਿਰ ਗੁੱਸੇ ਹੋਇਆ, ਮੈਂ ਕਿਹਾ ਵੀ ਮੈਂ ਕਾਹਤੋਂ ਨਹੀਂ ਕਰ ਸਕਦਾ, ਵੀ ਕੀ ਗੱਲ ਮੈਂ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ, ਕੀ ਮੈਨੂੰ ਸੇਵਾ ਨਹੀਂ ਕਰਨੀ ਆਉਂਦੀ, ਕਿੱਥੇ ਗਲਤੀ ਕਿੱਥੇ ਆ? ਕਹਿੰਦੇ ਇਹੀ ਤਾਂ ਵੱਡੀ ਗਲਤੀ ਆ, ਵੀ ਜਿਹੜਾ ਕਿਸੇ ਨੇ ਪ੍ਰਬੰਧ ਚਲਾਉਣਾ ਆਸ਼ਰਮ ਖੋਲ੍ਹਣਾ, ਵੀ ਉਹ ਕੰਮ ਕਰਨ ਵਾਲਾ ਨਹੀਂ, ਉਹ ਤਾਂ ਉਂਗਲ ਚਲਾਉਣ ਵਾਲਾ ਚਾਹੀਦਾ। ਅਤੇ ਫਿਰ ਮੈਨੂੰ ਸੋਚਿਆ ਵੀ ਚਲੋ ਨਹੀਂ, ਫਿਰ ਕੁਝ ਇੱਧਰ ਦੇ ਲੋਕ ਜਿਹੜੇ ਇਸ ਤਰ੍ਹਾਂ ਦੇ ਸੀਗੇ ਮੇਰੇ ਬਾਅਦ 'ਚ ਪੜ੍ਹੇ ਹੋਏ ਸੀ, ਉਹਨਾਂ ਨੇ ਕਿਹਾ ਵੀ ਇਹ ਕੰਮ ਤਾਂ ਅਸੀਂ ਕਰਦੇ ਰਹਾਂਗੇ, ਕੋਈ ਗੱਲ ਨਹੀਂ, ਵੀ ਤੁਸੀਂ ਬਾਕੀ ਦਾ ਇੱਥੇ ਕਾਰਜ ਸਾਂਭ ਲਿਆ ਕਰੋ। ਆਪ ਹੁਣ ਭੱਜ ਗਏ, ਤੁਹਾਨੂੰ ਇੱਥੇ ਛੱਡ ਗਏ ਕੱਲਿਆਂ? ਹਾਂ, ਮੈਂ ਇੱਕ ਹੋਰ ਬੇਨਤੀ ਕਰਾਂ ਸੰਗਤ ਦੀ ਜਾਣਕਾਰੀ ਹਿੱਤ, ਵੀ ਜਦੋਂ ਸ਼ੁਰੂ ਕੀਤਾ ਆਪਾਂ ਕੋਈ ਮਤਲਬ ਨਹੀਂ, ਕੋਈ ਪੈਸਾ ਕਿੱਥੇ ਆਉਂਦਾ ਕਿੱਥੇ ਜਾਂਦਾ ਕੋਈ ਉਹਦੇ ਨਾਲ ਮੈਨੂੰ ਕੋਈ ਉਹਦਾ ਨਾ ਸੀ, ਵੀ ਇੱਥੇ ਆਪਾਂ ਇਹਨਾਂ ਨਵਾਉਣਾ ਧਵਾਉਣਾ ਰੋਟੀ ਪਾਣੀ ਦੇਣਾ ਸਾਰਾ ਕੁਛ ਇਹਨਾਂ ਦਾ ਇਹ ਕਰਨਾ, ਤੁਸੀਂ ਸੇਵਾ ਹੀ ਕਰਦੇ ਰਹੇ, ਤੁਹਾਨੂੰ ਨਹੀਂ ਪਤਾ ਪੈਸਾ ਕਿੱਥੇ ਆਇਆ ਕਿੱਥੇ? ਮੇਰੇ ਉਹਦੇ ਨੇ ਫਿਰ ਵੀ ਮਤਲਬ ਉਹ ਜਿਹੜੇ ਲੱਗੇ ਹੋਏ ਲੋਕ ਉਹ ਔਖੇ ਹੀ ਰਹੇ। ਹੋਰ ਤਾਂ ਹੋਰ ਗੱਲ ਦੱਸਾਂ, ਜਿਹੜਾ ਅੱਜ ਦਾ ਸੰਸਾਰ ਆ ਨਾ, ਇਹ ਬੜਾ ਕੁੰਡੀ ਵਾਲਾ ਸੰਸਾਰ ਆ, ਕਿਸੇ ਵੀ ਪਾਸੇ ਚਲੇ ਜਾਓ, ਹਸਪਤਾਲ ਚਲੇ ਜਾਓ, ਗੁਰਦੁਆਰੇ ਚਲੇ ਜਾਓ, ਜਾਂ ਕੁਝ ਲੋਕ ਜੁੜਦੇ ਆ ਉਹ ਵੀ ਬਹੁਤੇ, ਸਾਰਿਆਂ ਨੂੰ ਮੈਂ ਕਿਸੇ ਦਾ ਹੱਥ ਬੰਨ ਕੇ ਬੇਨਤੀ ਫਿਰ ਦੁਬਾਰੇ ਕਰਾਂ, ਦਿਲ ਨਹੀਂ ਕਿਸੇ ਦਾ ਨਹੀਂ ਦਿਖਾਉਣਾ ਚਾਹੁੰਦਾ, ਉਹਨਾਂ ਦਾ ਇਹ ਮਕਸਦ ਹੁੰਦਾ ਵੀ ਆਪ ਖਾਓ ਅਤੇ ਸਾਨੂੰ ਖਾਣ ਦਿਓ ਬਸ। ਅੱਜ ਦਾ ਜਿਹੜਾ ਸਿਸਟਮ ਆ ਬਹੁਤਾ ਇੱਦਾਂ ਦਾ ਹੀ ਹੈ, ਅਤੇ ਸਾਡੇ ਨਾਲ ਆਉਂਦੇ ਆ ਲੋਕ, ਕਈ ਆ ਕੇ ਜੁੜਦੇ, ਜੋ ਦੇਖਦੇ ਆ ਵੀ ਗੁਰੂ ਦੀ ਕਿਰਪਾ ਦੁਬਾਰਾ, ਮੈਂ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸਦਾ ਵਾਂ ਵੀ ਕਿਤੇ 5 ਰੁਪਏ ਦਾ ਪਾਣੀ ਨਹੀਂ ਪੀਤਾ ਪਹਿਲਾਂ, ਮੈਂ ਪ੍ਰਭ ਆਸਰਾ ਡਿਊਟੀ ਵੀ ਕੀਤੀ ਹੋਈ ਹੈ, ਕਿਤੇ ਉਹਨਾਂ ਨੂੰ ਪੁੱਛ ਕੇ ਦੇਖਿਓ ਜੇ ਉਹ ਵੀ ਕਹਿ ਦੇਣ ਤਾਂ ਹਾਂ ਵੀ ਇਹਨਾਂ ਨੇ ਕਿਤੇ ਇੱਦਾਂ। ਤੁਹਾਨੂੰ ਕਿਸੇ ਨੇ ਡੋਨੇਸ਼ਨਾਂ ਨਹੀਂ ਦਿੱਤੀਆਂ? ਬਾਹਰੋਂ ਤਾਂ ਬਹੁਤ ਪੈਸਾ ਆਉਂਦਾ ਹੈ ਵੀ ਇੱਥੇ ਡੋਨੇਸ਼ਨਾਂ ਦੇ ਰੂਪ ਦੇ ਵਿੱਚ ਕਰੋੜਾਂ ਰੁਪਏ ਆ ਜਾਂਦਾ ਜੀ, ਕਹਿੰਦੇ ਵੀ ਸੰਸਥਾਵਾਂ ਨੂੰ ਤਾਂ ਨਹੀਂ, ਜਿਹੜਾ ਇਹ ਜਿਹੜਾ ਬਾਹਰਲਾ ਡੋਨੇਸ਼ਨ ਵਾਲਾ ਚੱਕਰ ਆ ਨਾ, ਇਹ ਵੀ ਇੱਕ ਜਿਹੜਾ ਆਮ ਪਬਲਿਕ ਦੀ ਸਮਝ ਤੋਂ ਥੋੜ੍ਹਾ ਦੂਰ ਦਾ ਵਾ, ਉਹ ਅੱਧ ਅੱਧ 'ਤੇ ਆਉਂਦਾ ਇੱਥੇ ਤਾਂ। ਹੋਰ ਤਾਂ ਹੋਰ ਐਕਸਪੀਰੀਅੰਸ ਲੈਣ ਲਈ ਬੱਚੇ ਬਾਹਰ ਜਾਂਦੇ ਐਲੀਟ ਕਰਕੇ, ਉਹਨਾਂ ਨੂੰ ਆਸ਼ਰਮ ਦਾ ਐਕਸਪੀਰੀਅੰਸ ਹੁੰਦਾ, ਉਹ ਵੀ ਇੱਦਾਂ ਦੇ ਹੀ ਆਉਂਦੇ ਆ ਵੀ ਸਾਤੋਂ ਇੰਨੇ ਪੈਸੇ ਲੈ ਲਓ, ਸਾਨੂੰ ਐਕਸਪੀਰੀਅੰਸ ਦੇ ਦਿਓ। ਤੁਸੀਂ ਲੈ ਲਿਆ ਕਰੋ ਪੈਸੇ ਵੀ ਸਾਨੂੰ, ਚਲੋ ਲੈ ਲਓ ਭਾਈ ਐਕਸਪੀਰੀਅੰਸ ਸਰਟੀਫਿਕੇਟ ਲੈ ਲਓ, ਸਾਨੂੰ ਤਾਂ ਪੈਸੇ ਦੀ ਲੋੜ ਆ। ਨਹੀਂ, ਰੱਬ ਤੋਂ ਡਰਦੇ ਹੋਏ ਉਹ ਤੋਂ ਵੀ ਉਹਨੂੰ ਇੱਕ ਦਿਨ
ਹਿਸਾਬ ਕਿਤਾਬ ਦੇਣਾ। ਅੱਜ ਤੀਕਰ ਆਪਾਂ ਇੱਦਾਂ ਦਾ ਕਿਸੇ ਨੂੰ ਕੋਈ ਐਕਸਪੀਰੀਅੰਸ ਨਹੀਂ ਬਣਾ ਕੇ ਦਿੱਤਾ ਵੀ ਪੈਸੇ ਲੈ ਲਏ ਬਣਾ ਤੇ, ਅਤੇ ਅੱਜ ਤੀਕਰ ਨਾ ਕੋਈ ਇਹੋ ਜਿਹੀ ਡੋਨੇਸ਼ਨ ਲਈ ਆ, ਲੱਖਾਂ ਵਾਲੇ ਵੀ ਆਏ, ਕਰੋੜਾਂ ਵਾਲੇ ਵੀ ਆਏ, ਵੀ ਅੱਧ ਅੱਧ 'ਤੇ ਕਰ ਲਓ। ਪਰਮਾਤਮਾ ਦੀ ਦਇਆ ਰਹੀ ਅਤੇ ਆਪਾਂ ਕਿਹਾ ਵੀ ਇਹ ਕੰਮ ਛੱਡਣਾ ਮਨਜ਼ੂਰ ਆ, ਪਰ ਆਪਾਂ ਇਹ ਕੰਮ ਨਹੀਂ ਕਰਨਾ। ਹਰਦੀਪ ਸਿੰਘ ਜੀ, ਤੁਸੀਂ ਨਹੀਂ ਫਿਰ ਇਹ ਵੀਡੀਓ ਬਣਾਈਆਂ ਕਦੀ ਕਿਸੇ ਨੂੰ ਨਹਾ ਕੇ, ਕਿਸੇ ਨੂੰ ਵੀ ਅਜਿਹੀ ਵੀਡੀਓ, ਕਦੀ ਕਿਸੇ ਨੂੰ ਲੈਣ ਗਏ ਉੱਥੇ ਬਣਾ ਲਈ ਵੀਡੀਓ, ਵੀਡੀਓ ਬਣਾ ਕੇ ਲੋਕਾਂ ਤੱਕ ਗੱਲ ਪਹੁੰਚ ਜਾਂਦੀ ਆ? ਨਹੀਂ, ਅੱਜ ਤੀਕਰ ਬਹੁਤ ਚੈਨਲ ਵਾਲਿਆਂ ਤੋਂ ਵੀ ਮਾਫ਼ੀ ਮੰਗਦਾ, ਇੱਥੇ ਸਾਡੇ ਕੋਲ ਉਹਨਾਂ ਦਾ ਐਡਰੈਸ ਵੀ ਪਏ ਆ, ਅਸੀਂ ਕਿਹਾ ਵੀ ਸੋਚ ਕੇ ਦੱਸਾਂਗੇ। ਕੱਲ੍ਹ ਪਰਸੋਂ ਮੈਨੂੰ ਇੱਥੋਂ ਲੋਕਲ ਤੋਂ ਫੋਨ ਆਇਆ, ਮੈਂ ਵੀਡੀਓ ਬਣਾਉਣੀ ਆ, ਮੈਂ ਕਹਿੰਦਾ ਵੀ ਦੱਸਾਂਗੇ। ਅਸੀਂ ਨਹੀਂ ਜੀ ਇਹ ਬਣਾਈਆਂ, ਵੀਡੀਓ ਬਹੁਤ ਨਾ ਮਾਤਰ ਹੋਣਗੀਆਂ, ਉਹ ਵੀ ਜੇ ਕੋਈ ਇੱਥੇ ਆ ਗਿਆ ਨੌਜਵਾਨ ਬੱਚਾ ਉਹਨੇ ਬਣਾਤੀ ਅਤੇ ਚਾੜ੍ਹਤੀ, ਆਪਾਂ ਨੂੰ ਤਾਂ ਇਹ ਮੀਡੀਆ ਵਾਲਾ ਸਿਸਟਮ ਆਉਂਦਾ ਨਹੀਂ ਹੈ। ਅਤੇ ਮੈਂ ਬਾਕੀ ਵੀਡੀਓ ਬਣਾਵਾਂ ਵੀ ਕਿਹੜੇ ਵੇਲੇ ਅਤੇ ਕਿਹੜੇ ਵੇਲੇ ਇਹ ਕਾਰਜ ਕਰਾਂ? ਮੈਂ ਹੁਣ ਮੈਨੂੰ ਸੰਗਤ ਕਿ ਜਿਹੜੀ ਜੁੜੀ ਹੈ ਪ੍ਰੇਮ ਵਾਲੀ, ਉਹ ਕਹਿੰਦੀ ਵੀ ਆ ਵੀ ਬਣਾਓ ਤੁਸੀਂ, ਤਾਂ ਹੀ ਉਹ ਤੁਹਾਡਾ ਜਿਹੜਾ ਕਾਰਜ ਚੱਲਦਾ ਨਹੀਂ ਪਿਆ। ਅੱਜ ਮੀਡੀਆ ਜੋਗਾ, ਹੁਣ ਮੈਂ ਇਹਨਾਂ ਦੀ ਟੱਟੀ ਧੋਵਾਂ, ਇਹਨਾਂ ਨੂੰ ਨਵਾਵਾਂ, ਇਹਨਾਂ ਨੂੰ ਰੋਟੀ ਬਣਾਵਾਂ, ਬਾਲਣ ਖਿੱਚ ਕੇ ਲਿਆਵਾਂ ਬਾਹਰ ਸੜਕਾਂ ਤੋਂ, ਕੰਡੇ ਇਕੱਠੇ ਕਰਾਂ, ਨਦੀ 'ਚੋਂ ਲਿਆ ਕੇ ਰੱਖਾਂ, ਜਾਂ ਮੈਂ ਵੀਡੀਓ ਬਣਾਵਾਂ। ਇੱਕ ਬੰਦਾ ਕਿੰਨੇ ਕੰਮ ਕਰੂਗਾ? ਮੈਂ ਉਸ ਕਰਕੇ ਥੋੜ੍ਹਾ ਇਸ ਕਰਕੇ ਵੀ ਪ੍ਰਚਾਰ ਦੀ ਸਾਡੀ ਦੀ ਘਾਟ ਰਹੀ, ਕਿਉਂਕਿ ਮੈਂ ਮੀਡੀਆ ਬਾਰੇ ਵੀ ਨਹੀਂ ਜਾਣਦਾ, ਨਾ ਬਹੁਤੀ ਵੀਡੀਓ ਪਾ ਸਕਦਾ, ਉਹਦੇ ਕਰਕੇ ਜਿਹੜਾ ਦਸਵੰਧ ਆਉਂਦਾ ਨਹੀਂ। ਬਾਕੀ ਜਿਹੜਾ ਸਰੀਰ ਰੂਪੀ ਮੋਬਾਇਲ ਆ ਨਾ, ਆ ਜਿਹੜਾ ਸਰੀਰ ਆ, ਇਹਦੇ ਵਿੱਚ ਜਿਹੜਾ ਦਸਵੰਧ ਵਾਲਾ ਐਪ ਆ ਨਾ, ਇਸ ਇਲਾਕੇ ਵਿੱਚ ਗੁੱਸਾ ਨਹੀਂ ਕਰਨਾ, ਮਾਫ਼ੀ ਚਾਹੁੰਦਾ, ਪਿਆ ਹੋਇਆ ਹੀ ਨਹੀਂ। ਸੰਗਤ ਆਉਂਦੀ ਆ, ਲੰਗਰ ਦਾ ਕੋਈ ਘਾਟਾ ਨਹੀਂ ਰਹਿੰਦਾ ਸਾਨੂੰ, ਲੀੜੇ ਕੱਪੜੇ ਦਾ ਕੋਈ ਘਾਟਾ ਨਹੀਂ ਰਹਿੰਦਾ, ਬਹੁਤ ਆਉਂਦਾ ਵਾ, ਪਰ ਉਹ ਪੁੱਛ ਕੇ ਨਹੀਂ, ਆਪਣੇ ਆਪ ਜਿਹੜਾ ਉਹ ਆਉਂਦਾ ਰਹਿੰਦਾ। ਬਾਹਰ ਗੋਰਖ ਲੱਗੀ ਆ, ਮੈਂ ਪਹਿਲਾਂ ਵੀ ਕਿਹਾ, ਪੁੱਛਿਆ ਕਦੇ ਰੁਪਈਆ ਵੀ ਪਾਇਆ? ਕਹਿੰਦੇ ਨਹੀਂ ਜੀ, ਇਹ ਨਹੀਂ ਅਸੀਂ ਪਾਇਆ। ਮੈਂ ਲੋਕਲ ਕਿਸੇ ਪਿੰਡ ਦਾ ਨਾਂ ਨਹੀਂ ਲੈਣਾ ਚਾਹੁੰਦਾ, ਹੁਣ ਗੁਰਪੁਰਬ 'ਤੇ ਆਏ, ਬ੍ਰੈਡ ਲੈ ਕੇ ਵੱਡੀ ਸਾਰੀ ਪੇਟੀ, ਮੈਂ ਕਿਹਾ ਇਹਦੇ ਨਾਲ ਦੇਖੋ ਸਾਡਾ ਭਰ ਗਿਆ ਸਾਰਾ ਖਜ਼ਾਨਾ, ਵੀ ਇੱਕ ਰੁਪਈਆ। ਕਹਿੰਦੇ ਸਾਡੀ ਸਮਝ 'ਚ ਹੀ ਨਹੀਂ ਆਉਂਦਾ, ਕਹਿੰਦੇ ਇਹ ਗੱਲ ਮੇਰੀ ਸਮਝ 'ਚ ਨਹੀਂ ਆਉਂਦੀ। ਮੈਂ ਕਿਹਾ ਵੀਰ ਜੀ, ਇੱਕ ਰੁਪਈਆ ਕੱਢਿਆ ਕਰੋ ਇਹਨਾਂ ਲਈ, ਤਾਂ ਕਿ ਜਿਹੜਾ ਕਾਰਜ ਹੈ ਇਹਦੀਆਂ ਬਹੁਤ ਸਾਰੀਆਂ ਲੋੜਾਂ। ਹਰਦੀਪ ਸਿੰਘ ਜੀ, ਤੁਹਾਡੀ ਗੱਡੀਆਂ ਕਿੱਥੇ ਖੜੀਆਂ? ਵੀ ਤੁਸੀਂ ਬੜੀਆਂ ਗੱਡੀਆਂ ਆਸ਼ਰਮਾਂ ਕੋਲ ਹੁੰਦੀਆਂ ਜੀ, ਵੀ ਕਦੀ ਕਿਤੇ ਜਾਣਾ ਹੈ, ਕਿਤੇ ਰਸਦ ਲੈਣ ਜਾਣਾ, ਕਿਤੇ ਗ੍ਰਾਹੀ ਕਰਨ ਜਾਣਾ, ਕਿਤੇ ਕੱਪੜਾ ਲੀੜਾ ਲੈਣ ਜਾਣਾ, ਪਿੰਡਾਂ ਦੇ ਵਿੱਚ ਜਾ ਕੇ ਗਲੀਆਂ ਗਲੀਆਂ ਘੁੰਮ ਕੇ ਵੀ ਸਾਡੇ ਆਸ਼ਰਮ 'ਚ ਕੱਪੜਿਆਂ ਦੀ ਲੋੜ ਹੈ, ਕੋਈ ਆਪਣੇ ਪੁਰਾਣੇ ਬੱਚੇ ਕੱਪੜੇ ਦੇ ਦਿਓ? ਗੱਡੀਆਂ ਨਹੀਂ ਹੈਗੀਆਂ ਤੁਹਾਡੇ ਕੋਲ? ਨਹੀਂ, ਸਾਡੇ ਕੋਲ ਕੋਈ ਗੱਡੀ ਨਹੀਂ, ਸਮਾਂ ਦੀ ਘਰ ਦੇ ਬਾਹਰ ਗਏ ਹੋਏ ਆ, ਗੱਡੀ ਇੱਕ ਆਪਣੇ ਕੋਲ ਘਰੋਂ ਲਿਆਂਦੀ ਹੋਈ ਹੈ, ਜਾਂ ਇੱਕ ਪੁਰਾਣੀ ਐਂਬੂਲੈਂਸ ਆ। ਮੈਂ ਕਿੱਦਾਂ ਦੀ ਗੱਲ ਕਰਦਾ, ਮੈਂ ਕਿਸੇ ਨੂੰ ਵੀ ਕੁਝ ਨਹੀਂ ਕਹਿਣਾ, ਸਾਨੂੰ ਕਿਸੇ ਨੇ ਸਨਮਾਨਿਤ ਕਰਨਾ ਸੀ। ਉਹਨਾਂ ਨੇ ਪਤਾ ਮੇਰੇ ਕੰਨ ਦੇ ਵਿੱਚ ਬਹਿੰਦੇ ਕੀ ਕਿਹਾ? ਕਹਿੰਦੇ ਜੀ, ਇੱਕ ਸਾਲ ਪਹਿਲਾਂ ਸਾਡੇ ਕੋਲ ਸਾਈਕਲ ਹੀ ਸੀ, ਆਹ ਗੱਡੀ ਦੇਖੋ ਕਿੰਨੀ ਮਹਿੰਗੀ ਖੜੀ ਹੈ, ਘਰ ਨਹੀਂ ਸੀ, ਕੋਠੀ ਬਹੁਤ ਵਧੀਆ ਪਾਈ ਹੋਈ ਹੈ, ਸਾਡੇ ਕੋਲ ਇੱਥੇ 9 ਸਾਲ ਹੋ ਗਏ, ਪੁਰਾਣੀ ਗੱਡੀ ਹੈ, ਪਹਿਲਾਂ ਪੁਰਾਣਾ ਹਾਥੀ ਖਰੀਦਿਆ ਸੀ ਮਾੜਾ ਜਿਹਾ। ਕੱਪੜੇ ਕੁੱਪੜੇ ਆਸ਼ਰਮਾਂ ਵਿੱਚ ਕਿਸੇ ਜਿਹੜਾ ਨੇਕ ਨੀਅਤ ਨਾ ਕਰਦਾ, ਕਿਤੇ ਆਸ਼ਰਮ ਵਿੱਚ ਕੱਪੜੇ ਦੀ ਕੋਈ ਲੋੜ ਨਹੀਂ ਪੈਂਦੀ। ਕਿੱਥੇ ਜਾਂਦੇ ਕੱਪੜੇ ਫਿਰ ਤੁਹਾਡੇ ਹਿਸਾਬ ਨਾਲ, ਜਿਹੜੇ ਇੰਨੇ ਪਿੰਡਾਂ ਦੇ ਪੰਡਾਂ ਇਕੱਠੀਆਂ ਕਰ ਲੈਂਦੇ ਲੋਕ? ਇਹ ਕੱਪੜੇ ਲੋਕਾਂ ਦਾ ਇੱਕ ਬਿਜ਼ਨਸ ਬਣਾਇਆ ਹੋਇਆ, ਵੇਚੀ ਜਾਂਦੇ। ਮੈਂ ਤਾਂ ਉਲਟਾ ਇੱਥੇ ਲਿਆਉਣ ਵਾਲੇ ਨੂੰ ਸਾਫ਼ ਕਹਿੰਦਾ, ਅਸੀਂ ਵੇਚਣਾ, ਤਾਂ ਵੀ ਲੋਕ ਨਹੀਂ ਹਟਦੇ, ਅਤੇ ਇੱਥੇ ਵਿਕਦਾ ਵੀ ਨਹੀਂ ਪਿਆ। ਅਸੀਂ ਬਹੁਤ ਚਿਰ ਬਾਅਦ, ਹੁਣ ਥੋੜ੍ਹੇ ਚਿਰ ਪਹਿਲਾਂ ਸਟੈਲਕੋ ਵਾਲਿਆਂ ਨੂੰ ਦਿੱਤੀ ਇੱਕ ਗੱਡੀ, ਅਤੇ ਉਹਨਾਂ ਨੇ 5 ਰੁਪਏ ਹਿਸਾਬ ਨਾਲ ਉਹਨੂੰ ਸਾਂਭੀ ਚੱਲੋ, ਰੱਖੋ, ਅੰਦਰ ਕੱਢੋ, ਬਾਹਰ ਰੱਖੋ, ਉਹਨੂੰ ਸਾਂਭੋ, ਕਮਰਾ ਰੋਕ ਲਓ। ਇੱਦਾਂ ਦਾ ਸਾਡੇ ਕੋਲ ਬਹੁਤ ਬੇਲੋੜਾ ਸਮਾਨ ਆ। ਮੈਂ ਹੱਥ ਬੰਨ ਕੇ ਇਸ ਇਲਾਕੇ ਨੂੰ ਬੇਨਤੀ ਕਰਦਾ ਵੀ ਉਹ ਬੜਾ ਸਮਾਨ ਸਾਡੇ ਕੋਲ ਲਿਆਓ ਨਾ, ਸਾਡੇ ਕੋਲ ਤਾਂ ਮੰਜਾ ਡਾਉਣ ਨੂੰ ਜਗ੍ਹਾ ਨਹੀਂ ਰਹਿੰਦੀ। ਨਹੀਂ, ਲੋਕ ਫਿਰ ਜਿਹੜਾ ਲੀਰਾਂ ਕਚੀਰਾਂ ਜੋ ਘਰ ਦਾ ਆੜ ਕੁਆੜ ਉਹੀ ਦੇਈ ਜਾਂਦੇ ਆਸ਼ਰਮਾਂ ਨੂੰ? ਬਹੁਤਾ ਉਹੀ ਹੁੰਦਾ, ਗੁੱਸਾ ਨਾ ਕਰੇ, ਪਾਉਣ ਵਾਲੇ ਤਾਂ ਨਾ ਮਾਤਰ ਹੀ ਨਿਕਲਦੇ ਆ। ਕੋਈ ਵੀ ਬੰਦਾ ਕੱਲ੍ਹ ਤੋਂ ਆ ਕੇ ਇੱਥੇ ਖੜ ਜਾਵੇ, ਗੱਠੜੀ ਖੋਲ੍ਹ ਕੇ ਦੇਖ ਲਵੇ ਉਹਦੇ ਵਿੱਚੋਂ ਕਿੰਨਾ ਕੁ ਪਾਉਣ ਵਾਲਾ ਸਾਡੇ ਨਿਕਲਦਾ ਵਾ, ਪਾਉਣ ਵਾਲਾ ਬਹੁਤ ਘੱਟ ਹੁੰਦਾ। ਅਤੇ ਬਾਕੀ ਨਾ, ਕਿ ਹਰ ਇੱਕ ਬੰਦੇ ਦੇ ਮਨ 'ਚ ਪਿਆ ਹੋਇਆ ਵਾ ਵੀ ਕੰਬਲ ਦੇ ਦਿਓ, ਕੋਟੀਆਂ ਦੇ ਦਿਓ, ਜਰਾਬਾਂ ਦੇ ਦਿਓ, ਇਹੋ ਜਿਹੇ ਤਾਂ ਨਿੱਤ ਡੇਲੀ ਵਾਂਗੂ ਫੋਨ ਆਉਂਦੇ ਆ
ਵੀ ਹਾਲ ਜਦੋਂ ਉਹਨੂੰ ਹੱਥ ਬੰਨ ਕੇ ਬੇਨਤੀ ਕਰੀ ਦੀ ਆ ਵੀ ਸਾਡਾ ਆਧਾਰ ਆ ਮੈਡੀਕਲ 'ਤੇ ਚੱਲਦਾ ਰਾਮਪੁਰੇ, ਸਾਰਾ ਸਾਰਾ ਸਾਲ ਸਾਲ ਚੱਲਦਾ ਰਹਿੰਦਾ, ਵੀ ਤੁਸੀਂ ਦਵਾਈਆਂ ਦੇ ਦਿਓ, ਸਾਡਾ ਬਿਲਡਿੰਗ ਪਈ ਹੈ ਇਹਦਾ ਮਟੀਰੀਅਲ ਦਾ ਆਧਾਰ ਤਾਂ ਢੂਲਾ ਇੱਥੇ ਕਰਾੜ ਵਾਲੇ ਦਾ ਹੀ ਆ, ਢੂਲੇ ਦਾ ਦੇਣ ਵਾਲਾ ਪਿਆ, ਕਿੰਨੇ ਸਾਲਾਂ ਸਾਡਾ ਆਧਾਰ ਹੀ ਚੱਲੀ ਜਾਂਦਾ, ਬਿਜਲੀ ਵਾਲਿਆਂ ਦਾ ਆਧਾਰ ਚੱਲੀ ਜਾਂਦਾ ਵਾ। ਹੁਣ ਅੱਗੇ ਉਹ ਕੰਮ ਕਰ ਲੈਂਦੇ ਤੁਹਾਡੇ ਕੋਲ ਆ ਕੇ ਜਿਹਨਾਂ ਦਾ ਆਧਾਰ ਚੱਲਦਾ? ਜਿਹੜੇ ਤਾਂ ਗੁਰਮੁਖ ਆ ਉਹ ਤਾਂ ਲੱਗ ਜਾਂਦੇ ਆ, ਨਹੀਂ ਵਿਚਾਰੇ ਟੁੱਟ ਜਾਂਦੇ ਆ ਅਤੇ ਮਾੜਾ ਚੰਗਾ ਬੋਲਦੇ ਆ, ਬਸ ਸੁਣੀ ਜਾਂਦੇ ਆ ਅਤੇ ਕਿਵੇਂ ਕਰਕੇ ਕਿਤੇ ਕਿਹੜੇ ਵੀਰ ਨੂੰ ਆਪਦੇ ਨੂੰ ਬਾਹਰ ਕਹੀਦਾ ਜਾਂ ਆਪਣੇ ਜਾਣ ਪਛਾਣ ਕਹਿੰਦੇ ਭਾਈ ਕੱਢ ਪੈਸੇ ਕੁਛ ਦੇਣ ਵਾਲੇ ਪਏ ਆ, ਵੀ ਜਦੋਂ ਕੋਈ ਜ਼ਿਆਦਾ ਤੰਗ ਕਰਦਾ ਉੱਥੋਂ ਫੜ ਕੇ ਉਹਨਾਂ ਨੂੰ ਦਈਦੇ ਆ। ਅਤੇ ਹੋਰ ਤਾਂ ਹੋਰ ਜਿੰਨੇ ਵੀ ਮਿਸਤਰੀ ਇਸ ਇਲਾਕੇ ਦੇ ਸਾਰੇ ਉਹ ਸੁਣਦੇ ਹੋਣਗੇ, ਅਸੀਂ ਆਪ ਦਿਹਾੜੀਆਂ ਕਰ ਕਰਕੇ ਉਹਨਾਂ ਨਾਲ ਲੱਗ ਲੱਗ ਕੇ ਬਣਾਇਆ ਹੋਇਆ ਆ ਸਾਡਾ, ਜਿਹੜੀ ਠੇਕੇਦਾਰੀ ਧੰਨ ਗੁਰੂ ਨਾਨਕ ਦੇਵ ਜੀ ਨੇ ਤੋੜੀ ਸੀ ਨਾ, ਉਹ ਅਸੀਂ ਜਿਉਂ ਦੀ ਤਿਉਂ ਰੱਖੀ ਹੋਈ ਆ, ਅਸੀਂ ਨਹੀਂ ਕੰਮ ਕਰਨਾ ਚਾਹੁੰਦੇ, ਕੋਈ ਵੀ ਨਹੀਂ ਕਰਨਾ ਚਾਹੁੰਦਾ। ਅਸੀਂ ਜਦੋਂ ਨਾਲ ਲੱਗਦੇ ਹਾਂ ਉਹ ਵਿਚਾਰੇ ਔਖੇ ਹੋ ਜਾਂਦੇ, ਕਿਉਂਕਿ ਉਹਨਾਂ ਦਾ ਬਿਲੜ ਬਿਲੜ ਬੁਣਾ ਹੋਇਆ ਹੋਇਆ, ਬਿਲੜ ਖਾਣ ਗਿੱਜ ਗਏ ਆ ਉਹ। ਅਸੀਂ ਹੁਣ ਇੱਟਾਂ ਮੈਂ ਆਹ ਠੇਕਾ ਦੇਣ ਦੇ ਬਾਵਜੂਦ ਦਿਹਾੜੀਆਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਮੈਂ ਆਪ ਤਾਰ ਕਰਨਾ, ਅੱਜ ਕੱਲ੍ਹ ਸਿਆਲ ਨਵੰਬਰ ਦੇ ਮਹੀਨੇ ਲੈਂਟਰ ਪਿਆ, ਪਹਿਲਾਂ ਤਾਰ ਕਰ ਦੇਣਾ, ਰਾਤ ਨੂੰ ਵੀ ਤਾਰ ਕਰਕੇ ਰੱਖਣਾ, ਨੇੜੇ ਇੱਟਾਂ ਕਰਕੇ ਵੀ ਰੱਖਣੇ। ਜਦੋਂ ਸ਼ੁਰੂ 'ਚ ਕੀਤਾ 5 ਕਮਰੇ ਬਣਾਏ ਤਾਂ ਵੀ ਆਪ ਉੱਥੋਂ ਆਉਣਾ ਢਬਾਲੀ ਤੋਂ 10 ਵਜੇ ਆਉਣਾ, ਤਵੇਂ ਮੁੜਿਆ ਠੇਕਾ ਉਹਨੇ ਦਿੱਤਾ ਹੋਇਆ ਨਾਲ, ਉਹਨਾਂ ਦੇ ਫਿਰ ਵੀ ਉਹਦੇ ਨਾਲ ਲੱਗਣਾ। ਘਰਦੇ ਤੁਹਾਡੇ ਬਾਹਰ ਆ, ਉਹ ਨਹੀਂ ਤੁਹਾਨੂੰ ਪੈਸੇ ਭੇਜਦੇ, ਉਹਨਾਂ ਤੋਂ ਤਾਂ ਕੋਈ ਮਾਇਆ ਆਈ ਹੋਊਗੀ? ਉਹਨਾਂ ਕਰਕੇ ਤਾਂ ਇਹ ਸਟਰਕਚਰ ਜਿਹੜਾ ਚੱਲੀ ਜਾਂਦਾ, ਘਰ ਦੇ ਹੋ ਗਏ, ਹੋਰ ਚਾਚੇ ਤਾਇਆਂ ਦੇ ਬੱਚੇ ਹੋ ਗਏ, ਮਾਮੇ ਮਾਸੀਆਂ ਹੋ ਗਏ, ਕੁਛ ਨਾ ਕੁਛ ਹੋਰ ਹੋ ਗਏ ਜਿਹੜੇ ਉਹ ਭੇਜਦੇ, ਤਾਂ ਹੀ ਤਾਂ ਇਹ ਖੜ੍ਹਾ ਹੋਇਆ। ਨਹੀਂ ਤਾਂ ਮੈਂ ਇਲਾਕੇ ਵਾਲਿਆਂ ਨੂੰ ਸਾਫ਼ ਸਾਫ਼ ਕਹਿੰਦਾ ਵੀ ਕੋਈ ਕਹਿ ਸਕਦਾ ਵੀ ਅਸੀਂ ਰੈਗੂਲਰ ਕੁਛ ਸੇਵਾ ਦੇ ਰਹੇ ਹਾਂ? ਜਿਹੜਾ ਸਟਰਕਚਰ ਆ ਦਿਹਾੜੀ ਲਾ ਲਾ ਕੇ ਉਹਨਾਂ ਜਾਂ ਪੱਕੇ ਲੋਕ ਆ ਮੇਰੇ ਚੰਡੀਗੜ੍ਹ ਦੇ, ਮੋਹਾਲੀ ਦੇ, ਲੁਧਿਆਣੇ ਦੇ, ਜਾਂ ਕੋਈ ਜਲੰਧਰ ਜਾਂ ਕੋਈ ਅੰਮ੍ਰਿਤਸਰ ਵੱਲ ਦਾ, ਉਹ ਪਾ ਰਹੇ ਆ ਵਿਚਾਰੇ ਕੁਛ ਨਾ ਕੁਛ, ਉਹਦੇ ਕਰਕੇ ਕਾਰੋਬਾਰ ਥੋੜ੍ਹਾ ਥੋੜ੍ਹਾ ਚੱਲੀ ਜਾਂਦਾ। ਪਰ ਇਹ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਚੱਲਣਾ ਚਾਹੀਦਾ, ਬਹੁਤ ਵੱਡਾ ਕਾਰਜ ਆ, ਵੱਖਰੀ ਵੱਖਰੀ ਬਿਮਾਰੀ ਵਾਲਾ। ਮੈਂ ਇੱਕ ਹੋਰ ਹੈਰਾਨੀ ਦੀ ਗੱਲ ਤੁਹਾਨੂੰ ਦੱਸਾਂ, ਆਮ ਪਬਲਿਕ ਆਉਂਦੀ ਆ ਵਿਹੜੇ 'ਚ ਮੰਜਾ ਡਾਹ ਦਿਓ, ਇਨਸਾਨ ਦਾ ਵਿਹੜੇ 'ਚ ਮੰਜਾ ਡਾਹਿਆ ਜਾ ਸਕਦਾ? ਇੱਕ ਆਸ਼ਰਮ ਆ, ਸਾਡੀ ਜ਼ਿੰਮੇਵਾਰੀ ਉਹਨਾਂ ਪ੍ਰਤੀ, ਜੇ ਵਿਹੜੇ 'ਚ ਤਾਂ ਜਿੱਥੇ ਪਿਆ ਉੱਥੇ ਵਿਹੜੇ 'ਚ ਹੀ ਪਿਆ ਹੋਇਆ। ਇੱਥੇ ਤੀਕਰ ਵੀ ਆਇਆ ਜਦੋਂ ਅਸੀਂ ਕਿਹਾ ਨਾ ਵੀ ਇਹ ਕਾਗਜ਼ੀ ਕਾਰਵਾਈ ਪੂਰੀ ਕਰਾ ਕੇ ਲਿਆਓ, ਜਦੋਂ ਨਹੀਂ ਕਰਾਈ ਤਾਂ ਅਸੀਂ ਨਹੀਂ ਰੱਖ ਸਕਦੇ, ਧਮਕੀਆਂ ਦਿੱਤੀਆਂ ਗਈਆਂ। ਹੁਣ ਤੀਕਰ ਸਾਡਾ ਅੱਧੀ ਰਾਤ ਨੂੰ ਆ ਕੇ ਦਰਵਾਜ਼ਾ ਭੰਨ ਭੰਨ ਕੇ ਭੱਜ ਜਾਂਦੇ ਆ, ਇੱਥੇ ਅੰਦਰ ਆ ਕੇ ਸ਼ਰਾਬ ਪੀਤੀ ਹੋਈ, ਰਾਤ ਦਾ ਸਮਾਂ ਹੋਇਆ, ਅਸੀਂ ਇਹਨੂੰ ਢਾਹ ਦਾਂਗੇ, ਅਸੀਂ ਪੱਤਰਕਾਰ ਬੁਲਾਵਾਂਗੇ, ਅਸੀਂ ਸਰਪੰਚ ਇਕੱਠੇ ਕਰਾਂਗੇ। ਮੈਂ ਕਿਹਾ ਜੀ ਗਰਮ ਕਾਹ ਧੋਨੇ, ਮੈਨੂੰ ਤਾਂ ਖੁਸ਼ੀ ਦੀ ਗੱਲ ਆ, ਇਕੱਠੇ ਤਾਂ ਕਰੋ, ਅਸੀਂ ਤੁਸੀਂ ਆਪਦਾ ਦੁੱਖ ਰੋ ਲਿਓ, ਅਸੀਂ ਆਪਦਾ ਦੁੱਖ ਲਾਂਗੇ। ਕਿਤੇ ਇਹ ਤਾਂ ਨਹੀਂ ਲੋਕ ਇਹ ਕਹਿਣ ਵੀ ਹਰਦੀਪ ਸਿੰਘ ਬਣਾਉਣਾ ਤਾਂ ਤੂੰ ਆਪਣਾ ਚਾਹੁੰਦਾ, ਸਾਰੀ ਜਾਇਦਾਦ ਪ੍ਰੋਪਰਟੀ ਤੇਰੀ, ਅਸੀਂ ਭਾਈ ਪੈਸਾ ਕਿਹੜੀ ਗੱਲੋਂ ਦਈਏ? ਫਿਰ ਇਹ ਤਾਂ ਨਹੀਂ ਜੁਗ ਕਹੇ ਵੀ ਲਿਆ ਹਰਦੀਪ ਸਿੰਘ ਮੈਨੂੰ ਫੜਾ ਚਾਬੀਆਂ, ਮੈਂ ਚਲਾਉਣਾ ਆਸ਼ਰਮ ਅਤੇ ਮੈਂ ਸਾਰੀ ਇੱਥੇ ਸੇਵਾ ਸੰਭਾਲ ਕਰੂੰਗਾ? ਫਿਰ ਮੇਰੀ ਹੱਥ ਬੰਨ ਕੇ ਬੇਨਤੀ ਆ, ਜਦੋਂ ਦੇ ਅਸੀਂ ਆਏ ਹੋਏ ਹਾਂ ਮੈਂ ਤਾਂ ਬਹੁਤਿਆਂ ਨੂੰ ਬੇਨਤੀਆਂ ਕੀਤੀਆਂ ਹੋਈਆਂ ਵਾਂ, ਜਦੋਂ ਢਾਉਣ ਦੀ ਗੱਲ ਆਈ ਸੀ ਉਦੋਂ ਵੀ ਬੇਨਤੀ ਇਹ ਕੀਤੀ ਸੀ, ਜਦੋਂ ਧਮਕੀਆਂ ਦੇ ਸ਼ਰਾਬ ਪੀ ਕੇ ਇੱਥੇ ਉਹਨਾਂ ਨੂੰ, ਮੈਂ ਉਹਨਾਂ ਨੂੰ ਵੀ ਕਿਹਾ ਵੀ ਭਾਈ ਕਹਿੰਦੇ ਅਸੀਂ ਤਾਂ ਵੱਖਰਾ ਚਲਾਉਣਾ, ਮੈਂ ਕਿਹਾ ਸਾਡੇ ਵਾਲੇ ਹੀ ਸਾਂਭ ਲਓ, ਇੱਦਾਂ ਹੀ ਤੁਹਾਨੂੰ ਸੰਭਾਲ ਦੇਣਾ, ਤੁਸੀਂ ਸਾਂਭ ਲਓ। ਮੇਰੀ ਬੇਨਤੀ ਹੈ ਅੱਜ ਵੀ ਕੋਈ ਜੁੜਨਾ ਚਾਹੁੰਦਾ ਦਿਲੋਂ ਜੁੜੇ ਅਤੇ ਉਹ ਇਸ ਕਾਰਵਾਈ ਨੂੰ ਚੱਲਦਾ ਰੱਖੇ, ਕੋਈ ਵੱਡੀ ਸੰਸਥਾ ਵੀ, ਇਕੱਲਾ ਆਮ ਪਬਲਿਕ ਨੂੰ ਨਹੀਂ, ਜਿੰਨੀਆਂ ਵੀ ਧਾਰਮਿਕ ਸੇਵਾ ਸਮਾਜ ਦਰਦ ਰੱਖਣ ਵਾਲੀਆਂ ਸੰਸਥਾਵਾਂ ਜਿਹੜੀਆਂ ਕਹਿੰਦੀਆਂ ਕਿ ਅਸੀਂ ਸਮਾਜ ਸੇਵੀ ਹਾਂ, ਉਹਨਾਂ ਨੂੰ ਬੇਨਤੀ ਹੈ, ਅਸੀਂ ਕੋਈ ਬਿਜ਼ਨਸ ਤਾਂ ਨਹੀਂ ਕੀਤਾ ਹੋਇਆ, ਮੇਰੇ ਕੋਲ ਗੁਰੂ ਪਿਆਰੇ ਉਹੋ ਜਿਹੇ ਜਿਹੜੀ ਆਮ ਸੰਸਥਾ ਕੋਲ ਹੁੰਦੇ ਆ, ਮੇਰੇ ਕੋਈ ਭੈਣ ਭਰਾ ਨਹੀਂ, ਮਾਮਾ ਚਾਚਾ ਤਾਇਆ ਮੇਰਾ ਤਾਂ ਕੋਈ ਨਹੀਂ ਇਹਨਾਂ ਵਿੱਚੋਂ ਆਏ ਹੋਏ ਲਵਾਰਸ ਲੋਕ ਜਿਹੜੇ ਸੜਕਨਾਰੇ ਵਾਲੇ ਆ, ਅਸੀਂ ਕੋਈ ਕੀ ਮਾੜਾ ਕਰਦੇ ਹਾਂ, ਕੋਈ ਸਾਥ ਦੇਣਾ ਚਾਹੁੰਦਾ ਦਵੇ, ਜੇ ਉਹ ਸਾਹਮਣਾ ਚਾਹੁੰਦੇ ਅਸੀਂ ਉਹਨਾਂ ਨਾਲ ਰਲ ਕੇ ਚੱਲਣ ਨੂੰ ਵੀ ਤਿਆਰ ਹਾਂ। ਕੋਈ ਸ਼ਰਤ ਵੀ ਹੈਗੀ ਆ?
ਕੋਈ ਸ਼ਰਤ ਨਹੀਂ, ਬਸ ਇਹਨਾਂ ਨੂੰ ਸਾਂਭੇ। ਅਸੀਂ ਕਹਿੰਦੇ ਅਕਾਊਂਟ ਉਹ ਆਪਣਾ ਬਣਾਉਣ, ਬੈਂਕ ਖਾਤਾ ਆਪਣਾ ਬਣਾਉਣ, ਆਪਣੀਆਂ ਰਸੀਦਾਂ ਬਣਾਉਣ, ਆਪਣਾ ਬੰਦਾ ਰੱਖਣ। ਜੇ ਅਸੀਂ ਦਖਲਅੰਦਾਜ਼ੀ ਕਰੀਏ ਸਾਡੇ ਫਿੱਟ ਲਾਉਣ ਤਾਂ ਤੁਸੀਂ ਕੀ ਕਰੋਗੇ ਫਿਰ? ਮੈਂ ਤਾਂ ਝਾੜੂ ਲਾਉਣਾ, ਪੋਚਾ ਲਾਉਣਾ, ਨਵਾਉਣਾ ਇਹਨਾਂ ਨੂੰ। ਆਪਾਂ ਤਾਂ ਰੱਬ ਅੱਗੇ ਅਰਦਾਸ ਕਰਦੇ ਵੀ ਇੱਥੇ ਵਿੱਚ ਹੀ ਰਹੀਏ, ਇਹੀ ਮਨ ਦੀ ਅਰਦਾਸ, ਇਹੀ ਕੁਛ ਕਰਨਾ ਚਾਹੁੰਦੇ ਹਾਂ। ਹੋਰ ਮੇਰੇ ਤੋਂ ਹੋਣਾ ਵੀ ਨਹੀਂ, ਨਾ ਮੈਂ ਕਰ ਸਕਦਾ, ਮੈਨੂੰ ਉਂਗਲ ਚਲਾਉਣੀ ਨਹੀਂ ਆਉਣੀ, ਨਾ ਮੈਨੂੰ ਆਉਂਦੀ। ਤਾਂ ਕਿ ਤਾਂ ਬਾਪੂ ਸਰਜਾ ਸਿੰਘ ਕਹਿੰਦੇ ਸੀ ਭਾਈ ਤੈਨੂੰ ਇਹ ਆਉਂਦਾ ਨਹੀਂ, ਉਹ ਆਉਂਦੀ ਨਹੀਂ। ਹੁਣ ਇੱਥੇ ਲੰਗਰ ਲੱਗਦਾ ਹੈ ਸਰ ਸਲਾਨਾ, ਸਾਰੇ ਸੰਗਤ ਦੇਖਦੀ ਹੋਣੀ ਆ ਵੀ ਆਪ ਵੱਡੇ ਵੱਡੇ ਪਤੀਲੇ ਬਾਲਣ, ਸਾਰਾ ਕੁਛ ਸਭ ਨੂੰ ਪਤਾ। ਕਿਹਨੂੰ ਨਹੀਂ ਇੱਥੇ ਪਤਾ? ਪਬਲਿਕ ਨੂੰ ਕੋਈ ਕਹਿ ਦੇਵੇ ਵੀ ਸਾਨੂੰ ਪਤਾ ਨਹੀਂ, ਸਾਰਾ ਕੁਛ ਆਪ ਹੀ ਕਰਦੇ। ਕਿਉਂ ਨਹੀਂ ਫਿਰ ਆਉਂਦੇ? ਕਿਉਂ ਨਹੀਂ, ਕਾਰਨ ਕੀ ਆ? ਜਿਹੜਾ ਅੱਜ ਸਮਾਂ ਨਾ ਕੂੜਿਆਰ ਦਾ ਅਤੇ ਚਲਾਕੀਆਂ ਵਾਲਾ, ਉਹ ਮੈਨੂੰ ਆਉਂਦੀ ਨਹੀਂ। ਖਾਓ ਆਪ ਖਾਓ ਅਤੇ ਸਾਨੂੰ ਖਿਲਾਓ, ਉਹ ਮੇਰੇ ਤੋਂ ਹੋਣਾ ਨਹੀਂ। ਹੁਣ ਜਿਹੜੇ ਮੈਨੂੰ ਵੀਰ ਦਿੰਦੇ ਆ ਮੰਥਲੀ ਸੇਵਾ ਦਿੰਦੇ ਆ ਜਾਂ ਬਾਹਰੋਂ ਭੇਜਦੇ ਆ, ਮੈਂ ਬਾਹਰ ਆਪ ਰਿਹਾ ਹੋਇਆ, ਮੈਨੂੰ ਪਤਾ ਇੱਥੇ ਤਾਂ ਇੰਡੀਆ ਦਾ ਮੌਸਮ ਹੀ ਬੜਾ ਵਧੀਆ। ਉਹ ਵੱਖਰੀ ਗੱਲ, ਅਸੀਂ ਰੋਈ ਪਿੱਟੀ ਜਾਂਦੇ ਇੱਥੇ, ਕੱਖ ਨਹੀਂ ਕੱਖ ਨਹੀਂ ਕੱਖ ਕਿਉਂ ਨਹੀਂ? ਇਹ ਸੋਨੇ ਦੀ ਚਿੜੀਆ ਹੈ ਅਤੇ ਸੋਨੇ ਦੀ ਚਿੜੀਆ ਰਹੇਗੀ। ਇੱਥੇ ਵਰਗਾ ਆਨੰਦ ਕਿਤੇ ਵੀ ਨਹੀਂ ਹੈਗਾ। ਹਰਦੀਪ ਸਿੰਘ ਜੀ, ਤੁਸੀਂ ਕਹਿੰਦੇ ਵੀ ਮੈਨੂੰ ਤੇਰੀ ਸਿਹਤ ਮੇਰੀ ਠੀਕ ਨਹੀਂ, ਕੀ ਸਮੱਸਿਆ ਕੀ ਤੁਹਾਨੂੰ? ਮੈਨੂੰ ਹਾਰਟ ਦੀ ਆਈ ਹੈ ਸਮੱਸਿਆ, ਡਾਕਟਰਾਂ ਨੇ ਸਾਫ਼ ਕਿਹਾ ਝਾੜੂ ਨਹੀਂ ਲਾਉਣਾ, ਝੁਕਣਾ ਨਹੀਂ ਹੈ, ਖਾਲੀ ਪੇਟ ਇਹਨਾਂ 'ਚ ਵੜਨਾ ਨਹੀਂ ਹੈ, ਚੁੱਲ੍ਹੇ ਕੋਲ ਨਹੀਂ ਜਾਣਾ। ਕਿੱਧਰ ਕੀ ਦੱਸੋ, ਕੀ ਨਹੀਂ ਕਰਾਂਗਾ? ਮਰੀਜ਼ ਨੂੰ ਨਹੀਂ ਚੱਕਣਾ, ਕੀ ਨਹੀਂ ਕਰਾਂਗਾ? ਬੈੱਡ 'ਤੇ ਪਏ ਹੋਏ ਆ, ਉੱਤੇ ਹੱਕਦੇ ਮੁੱਚ ਚੱਕਾਂਗਾ ਨਹੀਂ, ਕੀ ਇਹਨਾਂ ਰੋਟੀ ਨਹੀਂ ਬਣਾ ਕੇ ਦੇਵਾਂਗਾ ਨਾਲ ਲੱਗ ਕੇ, ਕੀ ਝਾੜੂ ਨਹੀਂ ਲਾਵਾਂਗਾ? ਸਾਰੀ ਪਬਲਿਕ ਦੇਖਦੀ ਹੋਵੇਗੀ ਦਰਾਂ ਮੂਹਰੇ, ਮੈਂ ਦੂਏ ਤੀਏ ਦਿਨ ਆਪਣਾ ਡੇਲੀ ਨਹੀਂ ਦੂਏ ਦਿਨ ਝਾੜੂ ਲਗਾਉਂਦਾ ਦੇਖਦੀ ਹੋਵੇ। ਤੁਹਾਨੂੰ ਕਹਿੰਦੇ ਯਾਰ ਵੀ ਕਿੱਥੇ ਫਸਿਆਂ ਤੇਰੀ ਆਪਣੀ ਸਿਹਤ, ਕੈਨੇਡਾ ਸਾਰੇ ਸਿਟੀਜ਼ਨ ਅਸੀਂ, ਤੂੰ ਉੱਥੇ ਆ ਜਾ, ਉੱਥੇ ਆ ਕੇ ਆਪਣਾ ਇਲਾਜ ਕਰਾ, ਕਿਉਂ ਇੱਥੇ ਇਹਨਾਂ ਦੇ ਵਿੱਚ ਖਪ ਰਿਹਾ? ਘਰਦਿਆਂ ਨੇ ਤਾਂ ਕਹਿਣਾ ਹੀ ਕਹਿਣਾ, ਜਿਹੜੇ ਵੀਰ ਦਰਦ ਰੱਖਣ ਵਾਲੇ ਆ ਨਾ ਮੇਰੇ ਨਾਲ, ਜਿਹੜੇ ਸਾਡੇ ਹਾਲਾਤਾਂ ਨੂੰ ਜਾਣਦੇ ਆ, ਉਹ ਸਾਫ਼ ਕਹਿੰਦੇ ਆ ਵੀ ਨਹੀਂ ਹਰਦੀਪ ਸਿਓ, ਕਿੱਥੇ ਫਸਿਆ ਹੋਇਆ, ਛੱਡ ਹੈ ਖੜਾ। ਘਰਦੇ ਤਾਂ ਕਹਿਣਾ ਹੀ ਆ ਵੀ ਉਹ ਮੇਰੇ ਘਰਦੇ ਆ, ਉਹਨਾਂ ਨੇ ਤਾਂ ਕਹਿਣਾ ਹੀ ਆ, ਜਿਹੜੇ ਮੇਰੇ ਘਰਦਿਆਂ ਤੋਂ ਬਗੈਰ ਜਿਹੜੇ ਮੇਰੇ ਨਾਲ ਪ੍ਰੇਮ ਰੱਖਦੇ, ਜਿਹੜੇ ਮੈਨੂੰ ਜਿਨ੍ਹਾਂ ਨੇ ਇਹ ਆਸ਼ਰਮ ਨਹੀਂ ਦੇਖਿਆ ਹੋਇਆ, ਮੰਥਲੀ ਦਿੰਦੇ, ਮੈਂ ਦੱਸਦਾ ਵੀ ਮੈਨੂੰ ਹੁਣ ਔਖਾ ਜਿਹੜਾ ਕਾਰਜ ਵਧੀ ਜਾਂਦਾ, ਸੇਵਾ ਘਟਦੀ ਆ ਵੀ ਉਸ ਤਰ੍ਹਾਂ ਦਾ ਸੇਵਾ ਨਹੀਂ ਆ ਰਿਹਾ, ਕੁਝ ਚਲਾਕ ਲੋਕ ਲੱਗੇ ਉਹਨਾਂ ਕਾਰਨ ਸਾਡੀ। ਹੁਣ ਵੀ ਇੱਕ ਵੀਰ ਆਇਆ ਤਲਵੰਡੀ ਸਾਬੋ ਤੋਂ, ਮੈਂ ਨਾ ਨਹੀਂ ਲੈਣਾ, ਇੱਥੇ ਥਰਮਲ 'ਚ ਡਿਊਟੀ ਕਰਦਾ, ਕਹਿੰਦਾ ਸਾਨੂੰ ਪਤਾ ਲੱਗਿਆ ਤੁਹਾਡੇ ਇੱਥੇ ਇਹੋ ਜਿਹੇ ਬੰਦੇ ਸੀ, ਐਂ ਖਾਂਦੇ ਰਹੇ, ਐਂ ਹੁੰਦਾ ਰਿਹਾ। ਮੈਂ ਕਿਹਾ ਜੀ ਚੁੱਪ ਕਰੋ ਜੀ, ਬਸ ਰਾਮ ਰਾਮ ਜਪੋ, ਜਿਹਨੇ ਚੰਗਾ ਕੀਤਾ ਚੰਗਾ, ਜਿਹੜਾ ਕੋਈ ਕਰ ਲਿਆ ਉਹ ਆਪਣਾ ਆਪਣਾ। ਹੁਣ ਇਹ ਕਿੰਨੇ ਬੰਦੇ ਆ, ਕੌਣ ਕੌਣ ਇਹਨਾਂ ਦੇ, ਕਿਸ ਤਰ੍ਹਾਂ ਦੇ ਹਿਸਾਬ ਕਿਤਾਬ, ਕਿੱਥੋਂ ਕਿੱਥੇ ਤੁਹਾਡੇ ਕੋਲ ਆਏ ਆ? ਵੀ ਇਹ ਸਾਰੇ ਪ੍ਰਸ਼ਾਸਨ ਦੇ ਥਰੂ ਆਏ ਹੋਏ ਆ, DDR ਕੱਟ ਕੇ ਆਉਂਦੇ ਆ, ਡੇਲੀ ਟੀਮ ਦੇ ਟੈਸਟ ਹੁੰਦੇ ਆ। ਇਹਨਾਂ ਵਿੱਚੋਂ ਜਿਵੇਂ ਇਹ ਵੀਰ ਆ, ਇਹ ਅਮੈਰੀਕਾ ਸਿਟੀਜ਼ਨ ਆ, ਬਲਕਰ ਸਿੰਘ ਖੜੇ, ਅਮੈਰੀਕਾ ਸਿਟੀਜ਼ਨ, ਹਾਂ ਇਹ ਅਮੈਰੀਕਾ ਸਿਟੀਜ਼ਨ ਆ, ਉੱਧਰ ਲਈ ਉੱਧਰ ਬੈਂਕ ਵਿੱਚ, ਇਹ ਕਹਿੰਦਾ ਮੇਰਾ ਪੈਸਾ ਵੀ ਪਿਆ ਹੋਇਆ, ਇੱਧਰ ਇਹਦੀ ਜ਼ਮੀਨ ਵੀ ਆ, ਪਤਾ ਨਹੀਂ ਕਿਹੜਾ ਰਿਸ਼ਤੇਦਾਰ ਖਾਈ ਜਾਂਦਾ, ਕੋਈ ਇੱਕ ਪੈਸਾ ਵੀ ਅੱਜ ਤੀਕਰ ਉਹਨਾਂ ਨੇ ਉਹ ਰਿਸ਼ਤੇਦਾਰ ਨੇ ਜਿਹੜਾ ਜ਼ਮੀਨ ਖਾਂਦਾ ਇੱਥੇ ਨਹੀਂ ਭੇਜਿਆ। ਸੋਝੀ ਹੈਗੀ ਆ ਹੁਣ ਗੱਲਬਾਤ? ਹੁਣ ਪੂਰਾ ਤਕਰੀਬਨ ਕਾਫੀ ਸੈੱਟ ਹੋਏ ਹੋਏ ਆ, ਅਤੇ ਆਹ ਜਿਹੜਾ ਮੌਸਮ ਬਦਲਦਾ ਉਦੋਂ ਥੋੜ੍ਹੇ ਜਿਹੇ ਇਹ ਹੋ ਜਾਂਦੇ, ਹੁਣ ਥੋੜ੍ਹਾ ਜਿਹਾ ਦਿਮਾਗ ਹੈਗਾ ਠੈਚਲ ਹੋਇਆ ਹੋਇਆ, ਨਹੀਂ ਇਹ ਪੂਰੇ ਵਧੀਆ ਹੋ ਜਾਂਦੇ ਆ। ਅਤੇ ਜਦੋਂ ਦੀ ਇਹਦੀ ਇੱਕ ਭੈਣ ਨੈੱਟ ਦੇ ਰਾਹੀਂ ਬੁਲਾਈ ਲੱਭੀ ਇੱਥੇ ਆਈ ਵੀ, ਉਹ $200 ਦੇ ਕੇ ਚਲੀ ਗਈ। ਅਸੀਂ ਕਿਹਾ ਵੀ ਜਾਣ ਵੇਲੇ ਇੱਥੇ ਖੜੀ ਨੂੰ ਵੀ ਕਿਹਾ ਵੀ ਭੈਣੇ ਇਹ ਮਿਲਣਾ ਚਾਹੁੰਦਾ ਆਪਣੇ ਮਾਂ ਨਾਨਕੇ, ਆਪਣੀ ਮਾਂ ਹੈਗੀ ਕੌਮਾਂ 'ਚ ਪਈ ਆ ਇਹਦੀ, ਵੀ ਹੁਣ ਮਿਲਣਾ ਚਾਹੁੰਦਾ ਵੀ ਇਹਨੂੰ ਮਿਲਾ ਲਾ ਲੈ ਜਾਣਾ। ਕਹਿੰਦੀ ਮੈਂ ਕਿੱਥੇ ਖਿੱਚੀ ਫਿਰੂੰ, ਹੁਣ ਮੈਂ ਮਿਲਣਾ ਹੀ ਆ। ਅਸੀਂ ਕਿਹਾ ਜੀ ਚੱਲ ਤੂੰ ਹੁਣ ਨਾਂ ਲੈ ਕੇ ਜਾ, ਤੁਹਾਨੂੰ ਦੱਸਦੀ ਅਸੀਂ ਗੱਡੀ 'ਚ ਲੈ ਆਵਾਂਗੇ। ਤਾਂ ਵੀ ਉਹ ਦੱਸੇ ਬਗੈਰ ਆਪਣਾ ਵਾਪਸ ਅਮੈਰੀਕਾ ਚਲੀ ਗਿਆ। ਅਸੀਂ ਕਿਹਾ ਵੀ ਤੂੰ ਕੁਛ ਤੁਸੀਂ ਹੈਲਪ ਕਰੋ,
ਕੁਛ ਅਸੀਂ ਇੱਧਰ ਹੈਲਪ ਕਰਾਂਗੇ, ਵਿਚਾਰਾ ਕਿਸੇ ਟਿਕਾਣੇ 'ਤੇ ਲੱਗੇ ਆਪਣੇ ਸਟੇਟ ਨਾਲ, ਉੱਧਰ ਜਿਹੜੇ ਵਿਚਾਰੇ ਬੇਸਹਾਰਾ ਲੋਕ ਹੁੰਦੇ ਉਹਨਾਂ ਦੀ ਵਧੀਆ ਕੇਅਰ ਹੁੰਦੀ ਹੈ, ਸਹੀ ਟਿਕਾਣੇ 'ਤੇ ਲੱਗ ਜਾਵੇ, ਆਪਣੇ ਪਹੁੰਚ ਜਾਵੇ ਉੱਥੇ। ਬਲਕਾਰ ਸਿੰਘ ਜੀ ਕਿਵੇਂ ਹੋ, ਠੀਕ ਹੋ? ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਠੀਕ ਆ ਜੀ। ਕਿਵੇਂ ਤੁਹਾਡੇ ਪਰਿਵਾਰ 'ਚ ਕੌਣ ਕੌਣ ਸੀ ਤੁਹਾਡੇ? ਸਾਡੇ ਸਾਰੇ ਸੀਗੇ। ਸਾਰੇ ਸੀ? ਤੁਸੀਂ ਅਮੈਰੀਕਾ ਵੀ ਜਾ ਕੇ ਆਏ ਹੋ? ਹਾਂਜੀ, ਅਮੈਰੀਕਾ ਗਏ ਜੀ। ਅੱਛਾ ਜੀ, ਉੱਥੇ ਤੁਹਾਡਾ ਕੀ ਕੰਮ ਕਾਰ ਸੀ? ਉਹਦੇ ਪ੍ਰੂਣ ਸੀ, ਮੈਂ ਉਹਨੂੰ ਕੰਮ ਉੱਥੇ ਕਰਦੇ। ਅੱਛਾ, ਫਿਰ ਤੁਸੀਂ ਇੱਥੇ ਕਿੱਦਾਂ ਆ ਗਏ ਵਾਪਸ? ਜਹਾਜ਼ ਨਹੀਂ ਆਏ, ਜਹਾਜ਼ ਚੜ੍ਹ ਕੇ ਆਏ। ਹਾਂਜੀ। ਫਿਰ ਇੱਥੇ ਤੁਹਾਨੂੰ ਛੱਡ ਗਏ? ਨਹੀਂ ਜੀ, ਮੈਂ ਆਪ ਹੀ ਆਇਆ। ਗਏ ਕਾ ਤੋਂ ਨਹੀਂ ਤੁਸੀਂ ਵਾਪਸ? ਵਾਪਸ ਮੈਂ ਹੁਣ ਚੱਲ ਜਾਣਾ, ਸਟੇ ਆ ਮੇਰੀ ਇੱਥੇ ਦਿੱਲੀ। ਅੱਛਾ, ਫਿਰ ਬਿਲਕੁਲ ਥੋੜ੍ਹਾ ਜਿਹਾ ਹੋਰ ਜਿਹੜੇ ਵੀਰ ਹੈਗੇ ਫਿਰ ਇਹ ਕਿੱਥੋਂ ਤੁਹਾਡੇ ਕੋਲ? ਹਾਂ, ਜਿਵੇਂ ਇਹ ਕਾਕਾ ਵਾ, ਇਹ ਆਪਣੇ ਕੋਲ ਸ਼ੁਰੂ ਦਾ ਹੀ ਆ, ਪ੍ਰਭਜੋਤ ਸਿੰਘ। ਇਹ ਵੀਰ ਸ਼ੁਰੂ ਵਿੱਚ ਆਇਆ, ਮੈਂ ਇੱਕ ਹੋਰ ਗੱਲ ਦੱਸਾਂ, ਸਾਨੂੰ ਮਨੁੱਖਤਾ ਦੀ ਸੇਵਾ ਕੋਲ ਉਹਨਾਂ ਕੋਲ ਵੀ ਪਹਿਲਾਂ ਕੇਸ ਪਹੁੰਚਿਆ। ਅਸੀਂ ਦਵਾਈ ਪਹਿਲਾਂ ਥੋੜ੍ਹੀ ਉੱਥੋਂ ਵੀ ਲੈਂਦੇ ਰਹੇ, ਕਹਿੰਦੇ ਵੀਰ ਜੀ ਅਸੀਂ ਛੱਡਿਆ ਦਾ, ਇਹ ਤਾਂ ਬੜਾ ਭਿਆਨਕ ਕੇਸ ਸੀ, ਵੀ ਤੁਸੀਂ ਹਜੇ ਤੁਹਾਡਾ ਸਿਸਟਮ ਠੀਕ ਨਹੀਂ, ਵੇਖਣਾ ਔਖਾ ਕਾਹਤੋਂ ਲਿਆਂਦਾ। ਚਲੋ ਲਿਆਂਦਾ, ਇੱਥੇ ਆ ਕੇ ਠੀਕ ਹੋਇਆ ਪੂਰਾ। ਇਹ ਬੱਚਾ ਸਰਦਾਰ ਬਣ ਗਿਆ ਪੁਲਿਸ ਰਾਹੀਂ, ਇਹਦੇ ਮਾਪਿਆਂ ਨੂੰ ਵੀ ਸੌਂਪਿਆ, ਫਿਟਰ ਦਾ ਕੰਮ ਸਿੱਖ ਗਿਆ, ਪੈਸੇ ਵੀ ਕਮਾਉਣ ਲੱਗ ਗਿਆ, ਸਾਨੂੰ ਵੀ ਉੱਥੋਂ ਆ ਕੇ ਕਿਤੇ ਫਰੂਟ ਲੈ ਕੇ ਆਉਂਦਾ ਸਾਡੇ ਲਈ, ਸਾਨੂੰ ਪਰਚੀ ਵੀ ਕਟਾ ਕੇ ਜਾਂਦਾ, ਠੀਕ ਹੋ ਕੇ। ਸ਼ੁਰੂ ਵੇਲੇ ਦੀ ਗੱਲ ਸੀ, ਉਦੋਂ ਆਇਆ ਠੀਕ ਹੋਇਆ। ਫਿਰ ਇਹ ਘਰੇ ਫਿਰ ਉਹੋ ਜਿਹੀ ਘਟਨਾ ਵਾਪਰੀ, ਪਿਓ ਨੇ ਘਰ ਵੇਚਤਾ, ਫਿਰ ਸੜਕਾਂ ਦੇ ਉੱਤੇ ਫਿਰ ਫੋਨ ਆਉਂਦੇ ਸਾਨੂੰ ਵੀ ਇਹ ਬੱਚੇ ਨੂੰ ਰੱਖੋ ਜੀ। ਮੈਂ ਕਿਹਾ ਨਹੀਂ ਜੀ ਅਸੀਂ ਨਹੀਂ ਰੱਖਣਾ, ਸਾਡੇ ਕੋਲ ਤਾਂ ਲਵਾਰਸ ਕੇਸ ਆ, ਜਿਹਦੇ ਛੱਤ ਨਹੀਂ, ਜਿਹਦਾ ਘਰ ਨਹੀਂ, ਜਿਹੜਾ ਨਾ ਕਰਤੀ ਅਸੀਂ ਨਾ ਕਰਤੀ, ਅਸੀਂ ਲਿਆ ਨਹੀਂ। ਫਿਰ ਇਹਦੇ ਮਾਮਾ, ਹਾਂਜੀ ਦੱਸੋ ਕੌਣ ਕੌਣ ਸੀ? ਵੀਰਾ ਜੀ, ਇੱਕ ਇਹਦਾ ਮਾਮਾ ਅਤੇ ਇੱਕ ਇਹਦਾ ਮਾਸੀ ਦਾ ਮੁੰਡਾ ਲੈ ਆਏ। ਫਿਰ ਮੈਂ ਕਿਹਾ ਚਲੋ, ਸਾਨੂੰ ਜਦੋਂ ਠੀਕ ਸੀ ਵਿਚਾਰਾ, ਫਰੂਟ ਲੈ ਕੇ ਆਉਂਦਾ, ਇਨਸਾਨੀਅਤ ਸੀਗੀ, ਦਸਵੰਧ ਵੀ ਦਿੰਦਾ ਰਿਹਾ, ਹੁਣ ਜਦੋਂ ਸਾਰੀ ਮੁੱਖ ਮੋੜ ਗਏ ਆ, ਘਰ ਦੇ ਨਹੀਂ ਰੱਖਣਾ ਚਾਹੁੰਦੇ। ਠੀਕ ਆ ਵੀਰਾਂ ਨੂੰ ਪੂਰਾ? ਹਾਂ ਪੂਰਾ ਠੀਕ ਆ, ਇਹ ਘਰ ਜਾਣਾ ਚਾਹੁੰਦਾ, ਘਰ ਵਾਲੇ ਹੁਣ ਅਡੋਪਟ ਹੀ ਨਹੀਂ ਕਰਦੇ, ਕੋਈ ਰਿਸ਼ਤੇਦਾਰ ਹਮ ਹੀ ਨਹੀਂ ਭਰਦਾ ਰਿਹਾ। ਠੀਕ ਹੋਣ ਦੇ ਬਾਵਜੂਦ ਵੀ ਲਵਾਰਿਸ ਆ, ਘਰਦੇ ਹੋਣ ਦੇ ਬਾਵਜੂਦ ਵੀ, ਸਭ ਕੁਛ ਹੋਣ ਦੇ ਬਾਵਜੂਦ ਵੀ ਫੋਨ ਦੀ ਰਿਕਾਰਡਿੰਗ ਜੇ ਸਾਨੂੰ ਲੱਭ ਗਈ, ਆ ਜਾਂਗੇ ਇੱਥੇ ਆਇਆ ਉਹ ਸਾਨੂੰ ਦਸਵੰਧ ਦੇਣ ਆਇਆ ਹੋਇਆ, ਫਰੂਟ ਲੈ ਕੇ ਆਇਆ, ਮਗਰ ਫੋਨ ਆਉਂਦਾ ਵੀ ਵਾਪਸ ਆਇਆ ਜਲਦੀ, ਕਿੰਨੇ ਦਿਨ ਹੋ ਗਏ ਇੱਥੇ ਬੈਠੇ ਨੂੰ, ਕੈਸ ਜਮ੍ਹਾਂ ਕਰਾਉਣੀ ਆ, ਪੈਸੇ ਦੇ ਆ ਕੇ। ਹਾਂ ਇੱਦਾਂ ਦਾ ਫੋਨ ਆਉਂਦਾ, ਇੱਥੇ ਆਏ ਹੋਏ ਇਹਨੂੰ ਵੀ, ਹੁਣ ਇੱਥੇ ਆ ਗਿਆ ਬਾਈ ਗੱਲ ਹੈ ਸਾਰੀ। ਹਾਂਜੀ ਠੀਕ ਆ ਜੀ। ਅਤੇ ਤੁਸੀਂ ਜਦੋਂ ਤੁਹਾਡੇ ਕੋਲ ਤੁਹਾਡੇ ਸੇਵਾ ਵੀ ਕਰਦਾ ਰਿਹਾ, ਦਸਵੰਧ ਵੀ ਕੱਢਦਾ ਰਿਹਾ, ਤੁਸੀਂ ਫਿਰ ਨਾ ਕਦੋਂ ਕਰਤੀ ਰੱਖਣ ਤੋਂ? ਨਾ ਤਾਂ ਕਰਤੀ ਸੀ ਵੀ ਲਵਾਰਸ ਲੋਕਾਂ ਦਾ ਬਾਪੂ ਹੈਗਾ, ਮਾਂ ਹੈਗੀ, ਘਰ ਹੈਗਾ, ਭੈਣ ਹੈਗੀ, ਸਭ ਕੁਛ ਹੈਗਾ, ਇਹ ਵੀ ਠੀਕ ਆ, ਅਤੇ ਖਰਾਬ ਤਾਂ ਤੁਸੀਂ ਅਸੀਂ ਆਪ ਕੀਤਾ ਨਾ, ਵੀ ਇਹਨੂੰ ਠੀਕ ਕਰਨ, ਠੀਕ ਹੋ ਕੇ ਫਿਟਰ ਦਾ ਕੰਮ ਸਿੱਖਿਆ, ਠੀਕ ਹੋ ਕੇ ਸਿੰਘ ਸਰਦਾਰ, ਪੈਸੇ ਵੀ ਕਮਾਏ, ਪੈਸੇ ਸਿੰਘ ਸਰਦਾਰ ਬਣਿਆ, ਠੀਕ ਹੋ ਕੇ ਬਣਿਆ। ਹੁਣ ਇਹ ਜਿੰਨੀਆਂ ਵੀ ਐਨ ਜੀ ਓ ਆ, ਉਹਨਾਂ ਦਾ ਮਕਸਦ ਤਾਂ ਇਹੀ ਆ ਵੀ ਠੀਕ ਹੋ ਕੇ ਪਰਿਵਾਰਾਂ ਨੂੰ ਸੌਂਪਿਆ ਜਾਵੇ, ਹੈ ਨਾ, ਵੀ ਜਿਹੜੇ ਹੋਰ ਕੇਸ ਆ, ਇਹ ਤਾਂ ਐਡਾ ਵੱਡਾ ਇਹ ਸਿਸਟਮ ਆ ਜਿਹੜਾ ਲਵਾਰਸ ਲੋਕਾਂ ਦਾ, ਜਿੰਨੇ ਇੰਡੀਆ ਵਿੱਚ ਆਸ਼ਰਮ ਖੁੱਲ੍ਹੇ ਉਦੋਂ ਦੁੱਗਣੇ ਹਜੇ ਵੀ ਸੜਕਾਂ ਉੱਤੇ ਆ, ਇਹ ਤਾਂ ਸੜਕਾਂ ਉੱਤੇ ਇਹ ਤਾਂ ਹੈਗੇ ਹੀ ਹੈਗੇ ਆ, ਉਦੋਂ ਤਾਂ ਹੁਣ ਜਿਹੜੇ ਆਮ ਨੋਰਮਲ ਘਰਾਂ ਵਾਲੇ ਜਿਹੜੇ ਬਾਹਰ ਚਲੇ ਗਏ ਲੋਕ ਆ, ਉਹ ਵੀ ਰੁਲਦੇ ਫਿਰਦੇ ਆ। ਸਾਡੇ ਕੋਲ ਕਈ ਵੀਡੀਓ ਉਹਨਾਂ ਦੀਆਂ, ਮੇਰੇ ਕੋਲ 35 ਕਿੱਲਿਆਂ ਵਾਲੀ ਬੀਬੀ ਦਾ ਇੱਥੇ ਐਡਰੈਸ ਆ, ਫੋਟੋ ਵੀ ਹੈਗੀ, ਲੋਕਲੀ ਆ, 7.5 ਕਿੱਲਿਆਂ ਵਾਲੀ ਇੱਥੇ ਤਪੇ ਪਈ ਆ, 85 ਸਾਲ ਦਾ ਇੱਥੇ ਰਾਮਪੁਰ ਆ, ਇੱਥੇ ਪੁਲਿਸ ਵਾਲਾ ਆਉਂਦਾ, ਮੇਰਾ ਭਰਾ ਰੱਖ ਲਓ, ਇੱਕ ਇੱਥੇ ਬੱਚਾ ਦਰਾ ਮੂਹਰੇ ਮੋਟਰਸਾਈਕਲ ਦੇ, 8.5 ਹਜ਼ਾਰ ਪੈਨਸ਼ਨ ਲੈਂਦਾ, ਮੇਰਾ ਤਾਇਆ ਰੱਖ ਲਓ। ਤੁਸੀਂ ਰੱਖਦੇ ਕਿਉਂ ਨਹੀਂ ਫਿਰ? ਅਸੀਂ ਤਾਂ ਉਹਨਾਂ ਲੋਕਾਂ ਨੂੰ ਰੱਖਦੇ ਨਾ ਜਿਹਦੀ ਜੇਬ 'ਚ ਕੁਛ ਨਹੀਂ, ਜਿਹਨੂੰ ਖਾਣ ਨੂੰ ਹੈ ਨਹੀਂ, ਜਿਹਦੀ ਬਾਲੀ ਵਾਰਸ ਕੋਈ ਨਹੀਂ, ਬਾਲੀ ਵਾਰਸ ਕੋਈ ਨਹੀਂ। ਇੱਥੇ ਬਹੁਤ ਲੋਕ ਨਾਰਾਜ਼ ਹੋਏ, ਬੜੇ ਗੁੱਸੇ ਹੁੰਦੇ ਆ,
ਇੱਥੇ ਸਾਡੇ ਇੱਕ ਪਿੰਡ ਦੇ ਚਾਰ ਚਾਰ ਪੰਜ ਪੰਜ, ਮੈਂ ਰਾਮਪੁਰਾ ਪਿੰਡ ਦਾ ਨਾਂ ਲਵਾਂ, ਚਾਰ ਪੰਜ ਘਰਾਂ ਦੇ ਸਾਡੇ ਕੋਲ ਆਏ ਹੋਏ ਲੋਕ, ਜਦੋਂ ਉਹਦੀ ਹੈਸਟੀ ਪੁੱਛਦੇ ਆ ਨਾ ਵੀ ਭੈਣ ਕੌਣ ਆ, ਗੁੱਸੇ ਹੁੰਦੇ ਆ, ਲੜਦੇ ਆ ਸੰਬੰਧੀ ਉਲਟਾ। ਤੁਹਾਡੇ ਕੋਲ ਜਗ੍ਹਾ ਹੁਣ ਕਿੰਨੀ ਆ, ਕਿੰਨਿਆਂ ਨੂੰ ਰੱਖ ਸਕਦੇ ਹੋ ਇਹਨਾਂ ਤੋਂ ਵੱਧ? ਸਾਡੇ ਕੋਲ ਜਗ੍ਹਾ ਜਿਹੜੀ ਇਹ ਚਾਰ ਕਨਾਲ ਆ, ਇਹਨਾਂ ਤੋਂ ਵੱਧ ਰੱਖਣ ਵਾਲਾ ਹਜੇ ਸਾਡੇ ਕੋਲ ਸਿਸਟਮ ਨਹੀਂ ਹੈ। ਇਹਨਾਂ 'ਚ ਬੜੀਆਂ ਭਿਆਨਕ ਬਿਮਾਰੀਆਂ ਵਾਲੇ ਹੁੰਦੇ ਆ, ਵੱਖਰੀ ਵੱਖਰੀ ਕੈਟਾਗਰੀ ਵਾਲੇ ਹੁੰਦੇ ਆ। ਤੁਹਾਡੇ ਸਾਰੇ ਹੁਣ ਇਕੱਠੇ ਬੈਠੇ ਆ ਜੀ? ਇਹ ਦਵਾਈ ਦਿੱਤੀ ਹੋਈ, ਜਿਵੇਂ ਤਾਂ ਕੁਛ ਅਮਰੂਵ, ਇਹ ਜਿਹੜਾ ਇੰਪਰੂਵ ਹੋਇਆ ਹੋਇਆ ਕੁਛ ਸਿਸਟਮ ਜਿਹੜਾ, ਇਹ ਜਿੰਨੇ ਚਿਰ ਆਪਾਂ ਖੜੇ ਹਾਂ। ਜਿਹੜੇ ਭਿਆਨਕ ਬਿਮਾਰੀ ਵਾਲੇ ਉਹ ਕਿੱਥੇ ਫਿਰ? ਉਹ ਇੱਧਰ ਆ ਕਮਰਿਆਂ ਦੇ ਵਿੱਚ ਅਲੱਗ ਰੱਖਿਆ, ਟੀਵੀ ਵਾਲਾ ਹੋਇਆ, ਹੋਰ ਕਾਸੇ ਵਾਲਾ ਹੋਇਆ, ਸਾਰੇ ਇੱਧਰ ਵੱਖ ਵੱਖ ਕਮਰਿਆਂ ਦੇ ਵਿੱਚ ਪਏ ਹੋਏ ਆ। ਅਲੱਗ ਅਲੱਗ ਰੱਖੇ? ਹਾਂ, ਅਲੱਗ ਅਲੱਗ ਰੱਖਿਆ। ਇਹਨਾਂ ਵਿੱਚੋਂ ਵੀ ਇਹ ਕੈਟਾਗਰੀ ਅਲੱਗ ਅਲੱਗ ਰੱਖਣ ਵਾਲੀ ਹੁੰਦੀ ਹੈ। ਇਹਨਾਂ ਨੇ ਲੜਨਾ, ਭਿੜਨਾ, ਸਾਰਾ ਕੁਛ ਇਹਨਾਂ ਵਿੱਚ ਸਾਰਾ ਕੁਛ ਉਵੇਂ ਚੱਲਣਾ। ਕਈ ਵਾਰ ਆਮ ਨੋਰਮਲ ਆ ਸੇਵਾ ਕਰਨ ਆਏ ਵੀਰ ਪੁੱਛਦੇ ਹੁੰਦੇ ਆ, ਕਹਿੰਦੇ ਲੜਦੇ ਵੀ ਆ। ਮੈਂ ਕਿਹਾ ਆਪਾਂ ਹਟਦੇ ਹਾਂ, ਆਪਣੇ ਕੇਸ ਕਿੰਨੇ ਚੱਲਦੇ ਆ। ਜਦੋਂ ਆਪਾਂ ਨਹੀਂ ਹਟਦੇ, ਸੋਚੋ ਕਦੇ ਵੀ ਇਹ ਕਿਵੇਂ ਹੋ ਜੂ ਫਿਰ ਸਿਸਟਮ, ਵੀ ਇਹ ਕਿਵੇਂ ਨੋਰਮਲ ਰਹਿ ਸਕਦਾ। ਫਿਰ ਇਹਨਾਂ ਨੂੰ ਸਾਹਮਣਾ, ਤੁਸੀਂ ਹੈਰਾਨ ਰਹਿ ਜਾਓਗੇ, ਇੱਥੇ ਇਹ ਘੁੰਮਦੇ ਪਏ ਆ। ਕੋਈ ਵੀਰ ਇੱਦਾਂ ਜਿਵੇਂ ਵੀਰ ਆਏ ਹੋਏ ਆ ਲੰਗਰ ਲੈ ਕੇ ਆਏ ਹੋਏ, ਉੱਥੇ ਬਾਲਟੀਆਂ ਪਈਆਂ, ਆਪਸ ਵਿੱਚ ਇਹਨਾਂ ਨੂੰ ਪਤਾ ਨਹੀਂ ਕੀ ਕਰਾਮਾਤ ਵਾਪਰੀ, ਮਾਰੀ ਲੱਤ ਸਬਜ਼ੀ ਦੀ, ਹਾਂ ਬਾਲਟੀਆਂ ਰੋੜਤੀਆਂ, ਉਹ ਵੀ ਦੇਖਣ, ਮੈਂ ਵੀ ਦੇਖ ਖੇਡ, ਇਹ ਘੁੰਮਦੇ ਆਪਸ ਵਿੱਚ ਹੀ ਆ। ਮੈਂ ਉਹਨਾਂ ਕੋਲ ਬੈਠਾ ਆਪਸ ਵਿੱਚ ਗੱਲਾਂ ਕਰਦਾ, ਪਤਾ ਨਹੀਂ ਕੀ ਗੱਲ ਹੋਈ ਆਪਸ ਵਿੱਚ, ਕੀ ਖੜੂ ਜਾ ਗਿਆ, ਮਾਰੀ ਲੱਤ ਡੋਲਤਾ ਸਾਰਾ ਕੁਝ। ਇਹ ਵੀ ਨਹੀਂ ਪਤਾ, ਇੰਨੀ ਵੀ ਸੋਝੀ ਨਹੀਂ ਹੈਗੀ ਕਿ ਇਹ ਸਾਡੇ ਲਈ ਆਇਆ ਖਾਣ ਲਈ। ਨਹੀਂ, ਉਸ ਦਿਨ ਫਿਰ ਪ੍ਰਸ਼ਾਦਾ ਛਕਣ ਲਈ ਹੈਗਾ ਸੀ ਜਦੋਂ ਇਹ ਗੱਲ ਹੋਈ। ਹਾਂ, ਉਹ ਤਾਂ ਇਹ ਪ੍ਰਸ਼ਾਦਾ ਤਾਂ ਆਪਾਂ ਤਾਂ ਬਣਾਉਣਾ ਹੀ ਹੈ, ਉਹ ਤਾਂ ਵੀ ਬਹੁਤਾ ਜਿਹੜਾ ਪ੍ਰਸ਼ਾਦਾ ਬਿਨੇ ਦੱਸੇ ਆਉਂਦਾ, ਸੰਗਤ ਗੁੱਸਾ ਨਾ ਕਰੇ, ਸਾਡੇ ਕੋਲ ਕਈ ਸਮਝ ਜੇ, ਅਸੀਂ ਜਵਾਬ ਹੀ ਦਿੰਦੇ ਹਾਂ। ਇਹ ਤਾਂ ਪ੍ਰਚਾਰ ਹੋ ਗਿਆ ਆਲੇ ਦੁਆਲੇ ਕਈ ਪਿੰਡਾਂ 'ਚ ਵੀ, ਉਹ ਲੰਗਰ ਨਹੀਂ ਲੈਂਦੇ, ਉਹ ਪ੍ਰਚਾਰ ਨਹੀਂ ਹੋਇਆ ਭਾਈ। ਜਦੋਂ ਬਾਲਾ ਆਉਂਦਾ ਉਹ ਕਹਿੰਦੇ ਸਾਂਭਿਆ ਨਹੀਂ ਜਾਣਾ, ਹੁਣ ਸਾਨੂੰ ਲੋੜ ਨਹੀਂ, ਅਸੀਂ ਲੈ ਨਹੀਂ ਸਕਦੇ, ਵੀ ਵੇਸਟ ਜਾਏਗਾ, ਇਸਦੇ ਮੂੰਹ ਪੈ ਜੇ। ਨਕਾਰਾਤਮਕ ਗੱਲਾਂ ਹੀ ਫੈਲਾਈਆਂ ਜਾਂਦੀਆਂ ਫਿਰ, ਜਿਹੜੀ ਪੋਜ਼ਿਟਿਵ ਗੱਲ ਆ ਜਾਂ ਕੋਈ ਗਿਆਨ ਵਾਲੀ ਗੱਲ ਆ ਉਹ ਨਹੀਂ ਦੱਸੀ ਜਾਂਦੀ। ਤੁਹਾਡੀ ਛੁੱਟੀ ਕਦੋਂ ਹੁੰਦੀ ਹੈ ਫਿਰ? ਤੁਸੀਂ ਕਦੀ, ਇਹ ਵੀ ਹੈਗਾ ਵੀ ਕਦੀ ਆਪ ਵੀ ਛੁੱਟੀ ਲੈਂਦੇ ਹੋ ਵੀ ਚਲੋ ਅੱਜ ਮੈਂ ਇੱਧਰੋਂ ਇਸ ਕੰਮ ਤੋਂ ਕਦੀ ਛੁੱਟੀ ਲੈ ਲਵਾਂ, ਮੁਕਤ ਹੋ ਜਾਵਾਂ ਅੱਜ? ਛੁੱਟੀ ਕਦੇ ਨਹੀਂ ਹੋਈ। ਮੈਂ ਤਲਵੰਡੀ ਸਾਬੋ ਤੋਂ ਪੜ੍ਹਿਆ ਹੋਇਆ, ਸਾਡੇ ਬਾਪੂ ਮਾਲੀ ਬੰਤ ਸਿੰਘ ਸੇਖਵਾਂ ਪਿੰਡ ਦੇ ਛੋਟੇ ਜ਼ਿਮੀਂਦਾਰ ਆ, ਬੜੇ ਪ੍ਰੇਮ ਕਰਨ ਵਾਲੇ ਸਨ। ਕਈ ਵਾਰ ਸੁਨੇਹੇ ਆ ਗਿਆ ਮੈਂ ਉੱਥੇ ਨਹੀਂ ਜਾ ਸਕਿਆ, ਇੰਡੀਆ ਮੇਰਾ ਕੋਈ ਆਇਆ ਰਹਿ ਵੇ, ਮੈਂ ਰਾਤ ਨਹੀਂ ਕੱਟ ਸਕਦਾ ਉੱਥੇ। ਤੁਹਾਡਾ ਪਰਿਵਾਰ ਇੰਡੀਆ ਆਉਂਦਾ ਕਦੀ? ਮੈਂ ਉੱਥੇ ਰਾਤ ਨਹੀਂ ਕੱਟ ਸਕਦਾ। ਕੋਈ ਮੈਂ ਜਿਹੜਾ ਇਤਿਹਾਸਕ ਦਿਹਾੜੇ ਹੁੰਦੇ ਆ, ਜਿਵੇਂ ਸਭਾ ਹੋ ਗਈ, ਅਨੰਦਪੁਰ ਸਾਹਿਬ ਹੋ ਗਿਆ, ਵਿਸਾਖੀ ਹੋ ਗਈ, ਹਰੇਕ ਥਾਂ ਦੇ ਉੱਤੇ ਬਣਦਾ ਯੋਗਦਾਨ ਪਾਉਣਾ, ਜਾਣਾ ਆਉਣਾ, ਹੋਰ ਪਿੰਡ ਦੇ ਕਾਰਜ ਵੀ ਕਰਨੇ ਜਿਹੜੇ ਹੁੰਦੇ ਆ, ਇੱਥੋਂ ਮੈਂ ਪੈਰ ਨਹੀਂ ਪੜ ਸਕਦਾ। ਮੈਂ ਆਲੇ ਦਾ ਪਬਲਿਕ ਜਾਣਦੀ ਹੋਵੇਗੀ, ਕਈ ਗੱਲਾਂ ਵੀ ਕਰਦੀ, ਮੇਰੇ ਕੋਲ ਆ ਕੇ ਪੁੱਛਦੀ ਵੀ ਹੈ, ਤੁਹਾਨੂੰ ਅਸੀਂ ਕਿਤੇ ਦੇਖਿਆ ਹੀ ਨਹੀਂ, ਮੈਂ ਰਾਮਪੁਰੇ ਨਹੀਂ ਕਦੇ ਬਹੁਤਾ ਗਿਆ ਨਾ ਤੱਪੇ ਗਿਆ, ਮੈਂ ਇੱਥੋਂ ਮਤਲਬ ਇੱਥੋਂ ਬਾਹਰ ਨਹੀਂ ਨਿਕਲ ਸਕਦਾ। ਇੱਥੇ ਸਾਰਾ ਕੁਝ ਬਣ ਗਿਆ ਹੁਣ, ਅਤੇ ਹੁਣ ਤੁਹਾਡਾ ਪ੍ਰਬੰਧ ਕਿਸ ਤਰ੍ਹਾਂ ਦਾ, ਇੱਕ ਵਾਰੀ ਪ੍ਰਬੰਧ ਦੇਖ ਲੈਂਦੇ ਆ, ਕਿੰਨੇ ਜਿਹੜੇ ਹੈਗੇ ਆ ਕਮਰੇ ਤੁਹਾਡੇ ਕੋਲ ਇਸ ਸਮੇਂ ਬਣੇ ਹੋਏ ਆ, ਅਤੇ ਕਿੰਨਾ ਪ੍ਰਬੰਧ ਆ, ਇਹ ਜਿੰਨੇ ਤੁਹਾਡੇ ਕੋਲ ਹੁਣ ਬੰਦੇ ਹੈਗੇ ਇਹਨਾਂ ਲਈ ਰਹਿਣ ਲਈ ਢੁਕਵਾਂ ਪ੍ਰਬੰਧ ਹੈ ਜੀ? ਢੁਕਵਾਂ ਤਾਂ ਨਹੀਂ, ਬਸ ਟਾਈਮ ਪਾਸ ਵਾਲਾ ਪ੍ਰਬੰਧ। ਹਾਂ, ਇਹ ਲੰਗਰ ਹਾਲ ਅੱਜ ਦੇ ਸਮੇਂ ਦੇ ਵਿੱਚ, ਇਹਦੇ ਵਿੱਚ ਹੀ ਖਾਂਦੇ ਹਾਂ, ਕਈ ਵਾਰ ਬੈੱਡੇ 'ਚ ਡੋਨੇ ਆ ਨਾ। ਹਾਂ, ਇਹ ਇਹਨਾਂ ਦੇ ਕਮਰੇ ਆ, ਇੱਥੇ ਛਕ ਲੈਂਦੇ ਹੋ ਲੰਗਰ ਵਗੈਰਾ? ਹਾਂ, ਇੱਥੇ ਛਕ ਲੈਂਦੇ ਹਾਂ, ਇਹ ਇਹਨਾਂ ਦੇ ਬੈੱਡਰੂਮ ਆ। ਠੀਕ ਹੈ ਜੀ, ਅਤੇ ਇਹ ਫਿਰ ਬੈੱਡ ਤੁਸੀਂ ਮੁੱਲ ਖਰੀਦੇ ਆ ਜਾਂ ਇਹ ਵੀ ਕਿਤੋਂ ਡੋਨੇਸ਼ਨ? ਵੀਰ ਸ਼ਮਸ਼ੇਰ ਸਿੰਘ ਜੀ ਨੇ ਪ੍ਰਭਾ ਆਸਰਾ ਵੇਲੇ ਜਦੋਂ ਸ਼ੁਰੂ ਕਰਨਾ ਕਿਹਾ ਸੀ ਹਰਦੀਪ ਸਿੰਘ, ਤੁਸੀਂ ਵੀ ਕਹਿੰਦੇ ਨੇ ਆਰੰਭ ਕਰਨਾ, ਜਦੋਂ ਇੱਧਰਲੇ ਭਾਈ ਸਾਹਿਬ ਸਾਡੇ ਨਾਲ ਗਏ ਸੀ ਹਰਜੀਤ ਸਿੰਘ ਢਵਾਲੀ ਜੀ, ਤੁਸੀਂ ਇਹਨਾਂ ਨਾਲ ਆਰੰਭ ਕਰ ਲਓ। ਫਿਰ ਇਹ ਕੁਛ ਉੱਥੋਂ ਲਿਆਉਂਦੇ ਹੋਏ, ਉਹਨਾਂ ਨੇ ਸੇਵਾ ਦਿੱਤੇ ਹੋਏ ਆ ਕੁਛ, ਜਿਵੇਂ ਕੋਈ ਘਰਾਂ ਦੇ ਵਿੱਚ ਹੁੰਦਾ ਐਸਾ ਮਰੀਜ਼ ਪੂਰਾ ਹੋ ਜਾਂਦਾ, ਫਿਰ ਕੁਛ ਉਹ ਆਏ ਹੋਏ ਆ, ਅਤੇ ਇੱਧਰ ਦੂਸਰੇ ਬੈੱਡ ਲਾਏ ਹੋਏ, ਲੱਕੜ ਦੇ ਬੈੱਡ ਜਿਵੇਂ ਹੈਗੇ ਆ, ਕੁਛ ਮੰਜਿਆਂ ਦੇ ਪਏ ਆ ਜਿਹੜੇ ਡੇਲੀ ਉੱਤੇ ਬਾਥਰੂਮ ਕਰਨ ਵਾਲੇ ਆ, ਜਾਂ ਹਲਚੁੱਲ ਨਹੀਂ ਸਕਦੇ, ਜਾਂ ਕੋਈ ਇਸ ਦੌਰੇ ਵਾਲੇ ਆ, ਉਹ ਇਸ ਤਰ੍ਹਾਂ ਦੇ ਨਾਲ ਉਹ ਉੱਥੇ ਰੱਖੇ ਹੋਏ ਆ, ਅਤੇ ਇਹ ਸਾਰੇ ਉਹ ਵੀਰ ਆ
ਤੇ ਜਿਹੜਾ ਸਿਸਟਮ ਦੇ ਵਿੱਚ ਜਿਹੜਾ ਆਉਣ ਵਾਲਾ ਵਾ ਵੀ ਸੰਗਤ ਜਿਹੜੀ ਹੈ ਥੋੜ੍ਹੀ ਜਾਗੇ, ਉਹਨਾਂ ਨੂੰ ਬੇਨਤੀ ਆ ਵੀ ਸਾਨੂੰ ਲੀੜੇ ਕੱਪੜੇ ਦੀ ਜਿਹੜੀ ਲੋੜ ਆ ਉਹ ਇੰਨੀ ਹੁਣ ਨਹੀਂ ਹੁੰਦੀ। ਮੈਂ ਇੱਥੇ ਆਇਆ ਨੂੰ ਗੇਟ 'ਤੇ ਕਈਆਂ ਨੂੰ ਕਿਹਾ ਹੋਇਆ ਵੇਚਣਾ ਵਾ ਪਰ ਵਿਕਦਾ ਨਹੀਂ ਹੈ ਇੱਥੇ। ਵੇਚਣ ਲਈ ਵੀ ਲਾਇਆ ਹੋਇਆ ਤੁਸੀਂ ਆਸ਼ਰਮ ਇਹ? ਨਹੀਂ, ਆ ਕੱਪੜੇ ਦੀ ਗੱਲ ਕਰਦੇ, ਹਾਂ ਕੱਪੜਾ ਪੁਰਾਣਾ ਲੈ ਕਹਿੰਦੇ ਸੀ ਵੇਚਣਾ ਵਾ ਵੀ ਇਹ ਵਿਕਦਾ ਇੱਥੇ ਕੋਈ ਨਹੀਂ। ਹੁਣ ਢੇਰ ਲੱਗ ਜਾਂਦੇ ਆ, ਕਮਰਿਆਂ ਦੇ ਕਮਰੇ ਭਰੇ ਪਏ ਆ, ਕੰਮ ਨਹੀਂ ਆਉਂਦੇ ਉਹ ਫਿਰ? ਨਹੀਂ ਉਹ ਬਹੁਤਾ ਕਬਾੜ ਹੀ ਹੁੰਦਾ, ਉਹ ਕੰਮ ਨਹੀਂ ਆਉਂਦਾ। ਮੈਂ ਉਹਨੂੰ ਬੇਨਤੀ ਕਰਦਾ ਹੁੰਦਾ ਵੀ ਸਾਨੂੰ ਪੁੱਛ ਕੇ ਵੀ ਫਿਰ ਲੈ ਕੇ ਆਣ। ਤੁਸੀਂ ਵੈਸੇ ਇਕੱਠੇ ਕਰਦੇ ਹੋ ਪਿੰਡਾਂ ਪਿੰਡਾਂ ਜਾ ਕੇ? ਜਿੱਦਾਂ ਆਮ ਤੌਰ 'ਤੇ ਅਸੀਂ ਦੇਖਦੇ ਸਾਡੇ ਪਿੰਡਾਂ 'ਚ ਵੀ ਤੁਰੀਆਂ ਹੁੰਦੀਆਂ ਗੱਡੀਆਂ ਅਤੇ ਇਕੱਠੇ ਕਰਦੇ ਆਸ਼ਰਮਾਂ ਦੀ, ਉਹ ਦਿਖਾ ਕੇ ਇੱਕ ਪਰਚਾ ਜਿਹਾ ਹੁੰਦਾ ਵੀ ਆਹ ਲਓ ਜੀ ਸਾਡਾ ਇਹ ਆਸ਼ਰਮ ਹੈ ਜੀ, ਸਾਨੂੰ ਕੱਪੜਿਆਂ ਦੀ ਲੋੜ ਹੈ। ਨਹੀਂ ਅਸੀਂ ਇਹ ਇਕੱਠਾ ਨਹੀਂ ਕਰਦੇ, ਇਕੱਠਾ ਕਰਨ ਦੀ ਤਾਂ ਇਹ 'ਚ ਲੋੜ ਹੀ ਨਹੀਂ ਪੈਂਦੀ। ਇਹ ਤਾਂ ਸਾਡੇ ਜਿਹੜਾ ਉਹ ਫਿਰ ਕਦੇ ਲਈ ਇਕੱਠਾ ਕਰਦੇ? ਉਹ ਫੈਕਟਰੀ ਵਾਲਿਆਂ ਨੂੰ ਵੇਚਣ ਲਈ ਜਾਂ ਇੱਧਰ ਉੱਧਰ ਵੇਚਣ ਲਈ ਕੁਛ ਪਰਚੀ ਕੱਟਦੇ ਹੋ ਤੁਸੀਂ ਕੱਪੜੇ ਦੀ? ਨਹੀਂ ਨਹੀਂ, ਜਿੱਦਾਂ ਮਾਇਆ ਮੂਇਆ ਲੈ ਕੇ ਪਰਚੀਆਂ ਲੈ ਕੇ ਘੁੰਮਣ ਛੱਡੇ ਹੁੰਦੇ? ਨਹੀਂ ਨਹੀਂ, ਅਸੀਂ ਇਹ ਇਲਾਕਾ ਵੈਸੇ ਇਸ ਤਰ੍ਹਾਂ ਦਾ ਹੀ ਹੈ, ਇਹ ਇਲਾਕਾ ਮੇਰੇ ਨਾਲ ਹੁਣ ਪਿਛਲੇ 3 ਸਾਲ ਤਾਂ ਜਿਉਂਦ ਵਾਲੇ ਗੁੱਸੇ ਹੁੰਦੇ ਰਹੇ ਵੀ ਆ ਜਾਓ ਕਣਕ ਇਕੱਠੀ ਕੀਤੀ ਪਹਿਲੇ ਜੋ, ਮੈਂ ਕਿਹਾ ਨਹੀਂ ਆਉਣਾ। ਫਿਰ ਆ ਬੁੱਗਰਾਂ ਪਿਛਲੇ ਸਾਲ ਅਸੀਂ ਗਏ ਸੀਗੇ ਇੱਥੇ ਵਿਸਾਖੀ ਤੋਂ ਬਾਅਦ, ਸਾਨੂੰ ਸੱਦਿਆ ਸੀ ਸੰਗਰਾਂਦ 'ਤੇ, ਅਤੇ ਉਹ ਕਹਿੰਦੇ ਸੀ ਬਈ ਆਓ ਬਈ ਤੁਸੀਂ ਬੋਲ ਕੇ ਇੱਥੇ ਬੈਠ ਹੀ ਜਾਓ ਬਈ ਕਣਕ ਇਕੱਠੀ ਹੋ ਜੂ। ਮੈਂ ਕਿਹਾ ਜੀ ਨਾ, ਮੈਂ ਬੋਲਣਾ ਨਾ, ਨਹੀਂ ਅਸੀਂ ਨਹੀਂ ਮੰਗਣਾ ਅਤੇ ਨਾ ਇਹ ਇਕੱਠੀ ਕਰਨੀ ਹੈ। ਉਹ ਫਿਰ ਇਹ ਨਹੀਂ ਕਹਿਣਗੇ ਵੀ ਇਹ ਤਾਂ ਹਰਦੀਪ ਸਿੰਘ ਭਾਈ ਕੌੜਾ ਹੀ ਬਹੁਤ ਆ, ਜਦੋਂ ਅਸੀਂ ਕਹਿੰਦੇ ਵੀ ਲੈ ਜਾਓ ਅਸੀਂ ਇਕੱਠਾ ਕਰਦੇ ਹਾਂ ਉਦੋਂ ਫਿਰ ਲੈਣ ਨਹੀਂ ਆਉਂਦਾ, ਹੁਣ ਸਾਨੂੰ ਮਿਹਣੇ ਮਾਰੀ ਜਾਂਦਾ? ਨਹੀਂ ਕੌੜਾ ਹੈਗਾ, ਆਪਾਂ ਤੰਦਰੁਸਤ ਹਾਂ, ਪਰਮੇਸ਼ਰ ਨੇ ਤੰਦਰੁਸਤੀ ਦਿੱਤੀ ਆ, ਜਿਉਂਦ ਸਾਹਮਣੇ ਹੀ ਆ, ਇੱਥੋਂ ਦੀ ਰਾਹ ਸਾਡੇ ਗੇਟ ਮੂਹਰੇ ਦੀ ਲੰਘਣਾ ਵਾ, ਆਪਣੇ ਆਪ ਦੇ ਕੇ ਜਾਣਾ ਦਸਵੰਧ ਗੁਰੂ ਦਾ ਸਾਡਾ ਫਰਜ਼। ਅਸੀਂ ਪੂਰਨਤਾ ਜਿਹਦਾ ਮੁੱਲ ਹੀ ਨਹੀਂ ਹੈ ਤਾਂ ਵਿਚਾਰੇ ਬੇਵਾਸਤੇ ਲਾਚਾਰ ਆ। ਅਸੀਂ ਨਾਲੇ ਧਰਮੀ ਨਹੀਂ, ਵੈਸੇ ਕਹਿੰਦੇ ਅਸੀਂ ਇੱਕ ਰੱਬ ਦੀ ਔਲਾਦ ਹਾਂ, ਇੱਥੇ ਤਾਂ ਹਰ ਰੋਜ਼ ਅਰਦਾਸਾਂ ਹੁੰਦੀਆਂ ਗੁਰਦੁਆਰੇ ਜਾ ਕੇ, ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਆਸਰਿਆਂ ਦੇ ਆਸਰੇ, ਅਤੇ ਹੁਣ ਉਹ ਅਰਦਾਸਾਂ ਕਰਨ ਵਾਲੇ ਵੀ ਇੱਥੇ ਨਹੀਂ ਆਉਣ ਅਤੇ ਉਹ ਫਿਰ ਕਹਿਣ ਵੀ ਸਰਸੇ ਵਾਲਾ ਬੇਅਦਬੀ ਕਰਦਾ, ਭਨਿਆਰੇ ਵਾਲਾ ਕਰਦਾ, ਰਾਧਾ ਸਵਾਮੀ ਕਰਦੇ ਆ। ਹੁਣ ਆਪਣੇ ਅੰਦਰ ਝਾਤ ਮਾਰਨੀ ਹੈ, ਹੱਟੇ ਕੱਟਿਆਂ ਨੇ ਲੰਗਰ ਬਣਾ ਲਿਆ ਅਤੇ ਆਪ ਹੀ ਛਕ ਲਿਆ, ਫਿਰ ਸਾਡੇ ਕੋਲ ਸਾਡੇ ਇਲਾਕੇ ਦੇ ਵਿੱਚ ਬਣੀ ਹੋਈ ਇਹ ਜਗ੍ਹਾ ਜਿੱਥੇ ਬੇਵੱਸ ਲਾਚਾਰ ਲੋਕ ਰਹਿੰਦੇ ਆ, ਜਿਹੜੇ ਸਾਡੇ 3 ਮਾਤਰ ਕੀਤੇ ਹੋਏ ਸਹਾਰੇ ਨਾਲ, ਜਿਨ੍ਹਾਂ ਨੂੰ ਬਹੁਤ ਵੱਡਾ ਆਨੰਦ, ਬਹੁਤ ਵੱਡੀ ਖੁਸ਼ੀ, ਜਿਨ੍ਹਾਂ ਦੇ ਪਰਿਵਾਰ ਮਿਲ ਸਕਦੇ, ਆਪਣੇ ਪਰਿਵਾਰਾਂ ਵਿੱਚ ਇੱਕ ਮਨੁੱਖਤਾ ਭਰਿਆ ਜੀਵਨ ਜੀ ਸਕਦੇ, ਸਾਡੇ 3 ਮਾਤਰ ਸਹਾਰੇ ਨਾਲ ਕਿਉਂ ਨਹੀਂ ਕਰਦੇ? ਹੁਣ ਚਾਹੁੰਦੇ ਕੀ ਹੋ, ਸੰਗਤ ਨੂੰ ਅਪੀਲ ਕੀ ਕਰਦੇ ਹੋ? ਸੰਗਤ ਨੂੰ ਅਪੀਲ ਆ ਵੀ ਪਿਛਲੀ ਵਿਸਾਖੀ ਤੋਂ ਪਹਿਲਾਂ ਇਸ ਆਸ਼ਰਮ ਦੇ ਵਿੱਚ ਅਸੀਂ ਇੱਥੇ ਕਾਪੀ 'ਤੇ ਨੋਟ ਕਰਦੇ ਹਾਂ ਵੀ ਕਿਹਨੇ ਲੰਗਰ ਦਿੱਤਾ, ਕਿਹਨੇ ਕੀਤਾ। 3 ਗੱਟੇ ਕਣਕ ਦੇ ਆਏ ਸੀ, ਉਹਨਾਂ ਨੂੰ ਅਪੀਲ ਆ ਵੀ ਧਰਮ ਨਹੀਂ ਸੇਵਾ ਨਹੀਂ, ਸਾਡੀ ਹੱਥ ਬੰਨ ਕੇ ਬੇਨਤੀ ਆ ਇਨਸਾਨੀਅਤ, ਅਤੇ ਅਸੀਂ ਵੀ ਤੁਹਾਡੇ ਭੈਣ ਭਰਾ ਹੋਵਾਂਗੇ ਜਿਹੜੇ ਬੇਵਾਸਤੇ ਲਾਚਾਰ ਹੋ ਚੁੱਕੇ ਹਾਂ, ਵੀ ਥੋੜ੍ਹਾ ਥੋੜ੍ਹਾ 1-1 ਰੁਪਈਆ ਹੀ ਕੱਢਣ ਇਹਨਾਂ ਲਈ। ਪਿੰਡ ਨਗਰ ਦੇ ਵਿੱਚ ਹੋਰ ਬੜੇ ਹੁੰਦੇ ਆ ਸੇਵਾ ਵਾਲੇ ਕਾਰਜ, ਸਾਡੇ ਲਈ 100 ਚੋਂ 1 ਰੁਪਈਆ ਹੀ ਕੱਢ ਲੈਣ ਤਾਂ ਕਿ ਜੇ ਕਾਰਜ ਸਹੀ ਤਰੀਕੇ ਨਾਲ ਚੱਲਦਾ ਜਾਵੇ, ਸੇਵਾਦਾਰ ਜਿਹੜੇ ਉਹਨਾਂ ਦੀ ਸੈਲਰੀ ਦਿੱਤੀ ਜਾਵੇ, ਹੋਰ ਜਿਹੜੇ ਕਾਰਜ ਆ ਪੈਸੇ ਵਾਲੇ ਉਹ ਉਸ ਤਰ੍ਹਾਂ ਚੱਲਦੇ ਰਹਿਣ। ਮੈਂ ਇਸ ਤੋਂ ਇਲਾਵਾ ਫਿਰ ਵੀ ਬੇਨਤੀ ਕਰਦਾ, ਸਾਨੂੰ ਨਹੀਂ ਦੇਣਾ ਲੋਕ ਲੱਸੀ, ਕਿਉਂਕਿ ਪਰਦੇਸੀ ਆ, ਇੱਕ ਤਾਂ ਇਹ ਬੜਾ ਇਫੈਕਟ ਪੈਂਦਾ ਜ਼ਿੰਦਗੀ ਦਾ, ਅਸੀਂ ਬਾਹਰੋਂ ਆ ਕੇ ਇੱਥੇ ਸਾਨੂੰ ਲੈ ਆਉਂਦਾ, ਜਿਹੜੇ ਲੋਕ ਤਾਂ ਭੱਜ ਗਏ ਹੁਣ, ਸਾਡਾ ਇਹ ਇਫੈਕਟ ਪੈਂਦਾ ਜਿਹਦਾ ਬਾਹਰ ਲੈ ਆ। ਤੁਸੀਂ ਲੋਕ ਆਪ ਹੀ ਇਕੱਠਾ ਕਰੋ, ਆਪ ਹੀ ਉਹਦਾ ਹਿਸਾਬ ਕਿਤਾਬ ਰੱਖੋ, ਸਾਨੂੰ ਦਵਾਈਆਂ ਦਵਾ ਦਿਆ ਕਰੋ, ਕੋਈ ਸੇਵਾਦਾਰ ਉਹਦੀ ਸੈਲਰੀ ਦੇ ਦਿਆ ਕਰੋ, ਕੋਈ ਗੱਡੀ ਤੇਲ ਪਵਾਉਣ ਵਾਲਾ ਤੇਲ ਪਵਾ ਦਿਆ ਕਰੋ, ਟੁੱਟ ਭੱਜ ਹੁੰਦੀ ਆ ਉਹ ਕਰ ਦਿਓ, ਕੋਈ ਛੱਤ ਢੱਕਣ ਲਈ, ਕੋਈ ਬਣਾਉਣਾ ਸੈੱਟ ਢੱਕਣ ਲਈ, ਕੋਈ ਉਹ ਬਣਾ ਦਿਓ, ਤੁਹਾਨੂੰ ਪੈਸੇ ਨਾ ਦਿਓ, ਜੇ ਲੋੜ ਉਹੀ ਪੂਰੀ ਕਰ ਦਿਓ। ਹਾਂ, ਮੇਰੀ ਹੱਥ ਬੰਨ ਕੇ ਬੇਨਤੀ ਆ, ਕੋਈ ਪੈਸੇ ਦੀ ਲੋੜ ਨਹੀਂ ਹੈ,
ਬਸ ਜਿਹੜਾ ਸਾਡਾ ਇੱਥੋਂ ਦਾ ਨਿਤਪਤੀ ਦਾ ਖਰਚਾ ਉਹ ਪੂਰਾ ਆਪਣੇ ਆਪ ਸੰਗਤ ਆਪਣਾ ਹਿਸਾਬ ਕਰੇ, ਆਪਣਾ ਰੱਖੇ, ਸਾਨੂੰ ਉਹਦੇ ਵਿੱਚ ਕੋਈ ਇੰਟਰਫੇਅਰ ਸਾਡਾ ਕੋਈ ਨਹੀਂ ਹੋਵੇਗਾ। ਹਰਦੀਪ ਸਿੰਘ ਜੀ, ਲੋਕ ਕਹਿਣਗੇ ਵੀ ਉੱਦਾਂ ਕਹਿੰਦੇ ਸਾਡੇ ਕੋਲ ਪੈਸੇ ਨਹੀਂ, ਸਾਨੂੰ ਹੈਲਪ ਕਰ ਦਿਉ। ਕਬੂਤਰ ਦੇਖੇ ਮੈਂ ਇੱਥੇ, ਕਬੂਤਰ ਰੱਖੇ ਹੋਏ ਤੁਸੀਂ, ਇਹ ਫਿਰ ਕਬੂਤਰਾਂ ਦਾ ਸ਼ੌਂਕ ਆ? ਤੁਹਾਨੂੰ ਉਹ ਕਹਿਣਗੇ ਵੀ ਆਪ ਸ਼ੌਂਕ ਪਾਲ ਰਹੇ ਆ, ਸਾਨੂੰ ਕਹਿੰਦੇ ਆ ਵੀ ਤੁਸੀਂ ਸਾਡੀ ਸੇਵਾ ਕਰੋ ਆ ਕੇ, ਸਾਡੀ ਮਦਦ ਕਰੋ ਆ ਕੇ ਜੀ, ਸਾਨੂੰ ਪੈਸੇ ਦੀ ਲੋੜ ਆ, ਵੀ ਸ਼ੌਂਕ ਇੱਦਾਂ ਦੇ ਕਬੂਤਰਾਂ ਦੇ ਪਾਲੀ ਫਿਰਦੇ ਆ? ਇਹ ਸਾਡਾ ਕੋਈ ਸ਼ੌਂਕ ਨਹੀਂ, ਇਹ ਕਬੂਤਰ ਇਹ ਵੀ ਇੱਕ ਵੱਖਰਾ ਜਿਹਾ ਵਿਸ਼ਾ ਵਾ ਵੀ ਜਿਹੜੇ ਵੀਰ ਰੱਖਦੇ ਆ ਉਹ ਵਿਚਾਰੇ ਇਹਨਾਂ ਨੂੰ ਨਸ਼ੇ ਨੁਸ਼ੇ ਦੇ ਦਿੰਦੇ ਆ ਜਦੋਂ ਬਾਜ਼ੀਆਂ ਬੂਜ਼ੀਆਂ ਉਡਾਉਂਦੇ ਆ। ਇੱਦਾਂ ਦਾ ਕਬੂਤਰ ਸਾਡੇ ਕੋਲ ਆਇਆ ਅਤੇ ਫਿਰ ਸਾਡੇ ਕੋਲ ਇੱਥੇ ਮਤਲਬ ਡੈਗ ਪਿੱਛੇ ਅਸੀਂ ਰਹਿੰਦੇ ਸੀਗੇ ਟਪਾਲੀ, ਜਦੋਂ ਰਹਿੰਦੇ ਸੀਗੇ ਉੱਥੇ ਬੀਬੀਆਂ ਜਿਹੜੀਆਂ ਇਹਨਾਂ ਵਿੱਚੋਂ ਠੀਕ ਹੁੰਦੀਆਂ ਭਾਂਡੇ ਮਾਂਦੀਆਂ, ਥਾਲੀ ਵਿੱਚ ਪਾਣੀ ਰੱਖਤਾ, ਉਹ ਆ ਗਿਆ ਇੱਦਾਂ ਹੀ। ਫਿਰ ਇੱਦਾਂ ਹੀ ਬਾਬਾ ਸੁਖੀ ਉਹ ਦਸਵੀਂ ਦਾ ਲੰਗਰ ਆਉਂਦਾ ਸਾਡੇ ਕੋਲ, ਉਹਨਾਂ ਨੂੰ ਕਿਹਾ ਵੀ ਇੱਕ ਜਾਨਵਰ ਆ ਗਿਆ ਗੁਰਦੁਆਰੇ ਰੱਖੇ ਆ ਵੀ ਤੁਸੀਂ ਲੈ ਜਾਓ ਮਰ ਜਾਓ, ਬਾਬਾ ਜੀ ਇਹ ਨਹੀਂ ਵੱਜਦਾ ਸਮਾਂ ਜੀ, ਦੋ ਹੋਰ ਆ ਗਏ। ਉਦੋਂ ਬਾਅਦ ਇਹ ਵੱਧਦਾ ਗਿਆ ਕਾਰੋਬਾਰ, ਅਸੀਂ ਹੁਣ ਉਹਨਾਂ ਨੂੰ ਚੁਕਾਉਂਦੇ ਹਾਂ, ਗਿਆਨੀ ਜੀ ਨੂੰ ਫੋਨ ਮਾਰ ਦੇਈਦਾ, ਆਮ ਪਬਲਿਕ ਨੂੰ ਦਿੰਦੇ ਨਹੀਂ, ਇਹ ਜੀ ਜੰਤ ਸਭ ਖਸਮ ਦੇ ਵੀ ਇਹਨਾਂ ਦੀ ਕੌਣ ਕੀਮਤ ਵੱਸਦਾ। ਇੱਥੇ ਸਵੇਰੇ ਇੱਕ ਕਬੂਤਰ ਆ ਗਿਆ ਸੀ, ਡਿੱਗ ਗਿਆ, ਉਹਦੇ ਕਰਕੇ ਤੁਸੀਂ ਕਬੂਤਰ ਵੀ ਇੱਥੇ ਖੁੱਲ੍ਹੇ ਹੀ ਰੱਖ ਲਏ? ਹਾਂ ਹਾਂ, ਇੱਦਾਂ ਹੀ ਰੱਖੇ ਹੋਇਆ, ਸ਼ੌਂਕ ਕੋਈ ਨਹੀਂ ਹੈ, ਬਸ ਇੱਦਾਂ ਰੱਖਿਆ, ਸਵੇਰੇ ਖੋਲ੍ਹ ਦੇਈਦੇ ਆ, ਰਾਤ ਨੂੰ ਬੰਦ ਕਰ ਦੇਈਦੇ, ਜਿਹੜਾ ਜਾਂਦਾ ਜਾਵੇ, ਜਿਹੜਾ ਕੋਈ ਆਉਂਦਾ ਆਵੇ। ਅਤੇ ਜਿਹੜੇ ਆਮ ਇਕੱਲਾ ਇਨਸਾਨਾਂ ਦੇ ਲਈ ਰੱਬ ਆਸਰਾ ਨਹੀਂ ਹੈਗਾ, ਪੰਛੀਆਂ ਲਈ ਵੀ ਆ। ਹਾਂ, ਪੰਛੀਆਂ ਲਈ ਪਾਲਤੂ, ਕਾਹਤੋਂ ਸਾਰੇ ਪਾਲਤੂ ਆ ਜੀ ਇਹ? ਹਾਂ, ਇਹਦੇ ਵਿੱਚ ਜੰਗਲੀ ਵੀ ਜਿਹੜੇ ਆਮ ਜੰਗਲੇ 'ਚ ਹੁੰਦੇ ਆ, ਫਿਰ ਤਾਂ ਖੇਤਾਂ ਵਿੱਚ ਉਹ ਵੀ ਇਹਦੇ ਵਿੱਚ ਹੀ ਹੁੰਦੇ ਆ, ਦੂਸਰੇ ਵੀ ਸਾਰੇ ਇਕੱਠੇ ਹੀ ਰਹੀ ਜਾਂਦੇ ਆ। ਖਾ, ਪਿੰਜਰਾ ਨਹੀਂ ਹੈਗਾ, ਆਜ਼ਾਦ ਘਰ ਆ ਇੱਕ। ਹਾਂ, ਇੱਕ ਆਜ਼ਾਦ ਘਰ ਹੀ ਆ, ਕੋਈ ਬੰਦਾ ਨਹੀਂ ਰੱਖਿਆ ਹੋਇਆ, ਨਾ ਹੀ ਕੋਈ ਸ਼ੌਂਕ ਆ, ਬਸ ਉੱਦਾਂ ਇੱਥੇ ਰੱਖੇ ਹੋਏ, ਇਹਨਾਂ ਨੂੰ ਦਾਣਾ ਪਾ ਦਿੱਤਾ, ਆਉਂਦੇ ਜਾਂਦੇ ਰਹਿੰਦੇ ਆ, ਆਪਣੇ ਆਪ ਆਈ ਜਾਂਦੇ। ਸੋ ਬਿਲਕੁਲ, ਵੀਰ ਹਰਦੀਪ ਸਿੰਘ ਜੀ ਹੋਰਾਂ ਵੱਲੋਂ ਰੱਬ ਆਸਰਾ ਨਾਂ ਦੀ ਇਹ ਸੰਸਥਾ ਤਾਂ ਸ਼ੁਰੂ ਕੀਤੀ ਗਈ, ਹਾਲਾਂਕਿ ਜਿੱਦਾਂ ਇਹਨਾਂ ਨੇ ਦੱਸਿਆ ਕਿ ਭਾਵਨਾ ਇੱਕ ਸ਼ੁਰੂ ਤੋਂ ਸੀ, ਇੱਕ ਭਾਵਨਾ ਨੂੰ ਲੈ ਕੇ ਸੇਵਾ ਕਿਤੇ ਕਰ ਰਹੇ ਸੀ, ਕੁਝ ਵੀਰ ਉੱਥੋਂ ਸੱਦ ਕੇ ਇੱਥੇ ਲੈ ਤਾਂ ਆਏ ਪਰ ਆਪ ਇਸ ਥਾਂ ਤੋਂ ਇਹਨਾਂ ਦੇ ਦੱਸਣ ਮੁਤਾਬਕ ਬਾਹਰ ਹੋ ਗਏ। ਹੁਣ ਇਹ ਇਸ ਥਾਂ ਦੇ ਉੱਤੇ ਜਿੱਥੇ ਲਾਵਾਰਿਸ ਉਹ ਇਨਸਾਨ ਜਿਹੜੇ ਜਿਨ੍ਹਾਂ ਦਾ ਕੋਈ ਵਾਰਿਸ ਹੀ ਹੈ ਨਹੀਂ, ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ, ਉਹਨਾਂ ਨੂੰ ਸਾਂਭ ਰਹੇ, ਉਹਦੇ ਨਾਲ ਹੀ ਇਹ ਇੱਕ ਖੁੱਲ੍ਹਾ ਹੀ ਆਲ੍ਹਣਾ ਵੀ ਬਣਾਇਆ ਹੋਇਆ ਜਿੱਥੇ ਇੱਕ ਕਬੂਤਰ ਕਿਸੇ ਵੱਲੋਂ ਕੋਈ ਨਸ਼ਾ ਖਵਾ ਕੇ ਭੇਜਿਆ ਹੋਇਆ ਡਿੱਗ ਗਿਆ ਸੀ। ਉਸ ਤੋਂ ਬਾਅਦ ਇਹ ਗਿਣਤੀ ਉਸੇ ਤਰ੍ਹਾਂ ਵੱਧ ਹੀ ਗਈ, ਹੁਣ ਕਬੂਤਰ ਆਈ ਜਾਂਦੇ ਜਾਈ ਜਾਂਦੇ ਆ, ਰਾਹ ਖੁੱਲ੍ਹਾ। ਸੋ ਜੋ ਅਪੀਲ ਵੀਰ ਜੀ ਹੋਰਾਂ ਨੇ ਕੀਤੀ ਆ ਕਿ ਹੁਣ ਆਸਰਾ ਇਹ ਬਣਤਾ ਗਿਆ ਨਿਆਸਰਿਆਂ ਦੇ ਲਈ, ਪਰ ਇਹਨੂੰ ਚੱਲਦਿਆਂ ਰੱਖਣ ਦੇ ਲਈ ਬਹੁਤ ਸਾਰੇ ਸਹਿਯੋਗ ਦੀ ਲੋੜ ਹੈ। ਸੋ ਸਾਰੀਆਂ ਗੱਲਾਂ ਬਾਤਾਂ ਤੁਸੀਂ ਸੁਣ ਹੀ ਲਈਆਂ, ਜੇਕਰ ਤੁਹਾਨੂੰ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਲੱਗਦੀ ਹੈ, ਇਹ ਭਾਵਨਾ ਸੱਚੀ ਲੱਗਦੀ ਹੈ, ਤਾਂ ਜਿਸ ਤਰ੍ਹਾਂ ਦੀ ਬੇਨਤੀ ਵੀਰ ਹਰਦੀਪ ਸਿੰਘ ਜੀ ਹੋਰਾਂ ਵੱਲੋਂ ਕੀਤੀ ਗਈ ਹੈ, ਉਮੀਦ ਕਰਦੇ ਹਾਂ ਉਸ ਨੂੰ ਮੰਨ ਕੇ ਤੁਸੀਂ ਇਸ ਸੇਵਾ ਦੇ ਕਾਰਜ ਦੇ ਵਿੱਚ ਜ਼ਰੂਰ ਬਣਦਾ ਹਿੱਸਾ ਪਾਓਗੇ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।